ਸਾਂਝਾ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸਵੇਰ ਤੋਂ ਸ਼ਾਮ ਤੱਕ 24 ਘੰਟੇ ਸਾਂਝਾ ਪੰਜਾਬ ਰੇਡੀਓ ਐਂਡ ਟੀਵੀ ਨਾਲ ਜੋੜਦੇ ਹੋ, ਸੋ 24 ਘੰਟੇ ਤੁਸੀਂ ਇਸ ਨੂੰ ਮਾਣਦੇ ਹੋ। ਸਵੇਰੇ ਗੁਰਬਾਣੀ ਕਥਾ ਕੀਰਤਨ ਦੇ ਨਾਲ ਸ਼ੁਰੂ ਹੋ ਕੇ ਐਵਰੀਡੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਅੰਟਾਰੀਓ ਖਾਲਸਾ ਦਰਬਾਰ ਡਿਕਸੀ ਗੁਰਦੁਆਰ ਤੋਂ ਤੁਸੀਂ ਗੁਰਬਾਣੀ ਨਾਲ ਕਥਾ ਕੀਰਤਨ ਵਿਚਾਰਾਂ ਨਾਲ ਜੁੜਦੇ ਹੋ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਚੈਨਲ ਨੂੰ ਇੰਨਾ ਪਿਆਰ ਦੇਣ ਦੇ ਨਾਲ। ਸੋ ਅਸੀਂ ਅੱਜ ਫਿਰ ਹਰੇਕ ਵੀਰਵਾਰ ਦੀ ਤਰ੍ਹਾਂ ਅੱਜ ਫਿਰ ਤੁਹਾਡੇ ਨਾਲ ਲਾਈਵ ਹੋਏ ਹਾਂ। ਅਸੀਂ ਹਮੇਸ਼ਾ ਹੀ ਵੱਖਰੇ ਵੱਖਰੇ ਮੁੱਦਿਆਂ 'ਤੇ ਵੱਖਰੇ ਵੱਖਰੇ ਸਿਆਸੀ ਲੀਡਰਾਂ ਨਾਲ, ਸਿਆਸੀ ਆਗੂਆਂ ਨਾਲ ਹਮੇਸ਼ਾ ਅਜੋਕੇ ਸਮੇਂ 'ਤੇ ਗੱਲਬਾਤ ਕਰਦੇ ਹਾਂ। ਸੋ ਅੱਜ ਹਮੇਸ਼ਾ ਦੀ ਤਰ੍ਹਾਂ ਸਾਡੇ ਅੱਜ ਨਵੇਂ ਗੈਸਟ ਸਾਂਝਾ ਪੰਜਾਬ ਟੀਵੀ 'ਤੇ ਸਾਡੇ ਸਟੂਡੀਓ 'ਚ ਪਹੁੰਚੇ ਨੇ। ਸੋ ਬਹੁਤ ਹੀ ਹੋਣਹਾਰ ਭੈਣ ਜੀ ਸਾਡੇ ਬਲਬੀਰ ਕੌਰ ਜੀ ਸੋਹੀ। ਸੋ ਬਲਬੀਰ ਜੀ, ਤੁਹਾਨੂੰ ਅੱਜ ਸਾਂਝਾ ਪੰਜਾਬ ਟੀਵੀ 'ਤੇ ਪਹੁੰਚਣ 'ਤੇ ਜੀ ਆਇਆਂ ਅਤੇ ਧੰਨਵਾਦ। ਥੈਂਕ ਯੂ ਭਾਅ ਜੀ, ਅਤੇ ਸਾਰੇ ਹੀ ਸਾਂਝਾ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਮੈਨੂੰ ਇੱਥੇ ਮੌਕਾ ਦਿੱਤਾ, ਥੈਂਕ ਯੂ ਭਾਅ ਜੀ। ਜਿੱਦਾਂ ਮੈਂ ਜਿੰਨੇ ਵੀ ਸਾਡੇ ਦਰਸ਼ਕ ਇਸ ਵੇਲੇ ਦੇਖ ਰਹੇ ਨੇ, ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ, ਕਿਉਂਕਿ ਜਿਹੜੀਆਂ ਅੱਜ ਕੱਲ੍ਹ ਇੱਥੇ ਆਪਣੇ ਪ੍ਰੋਵਿੰਸ ਦੇ ਵਿੱਚ ਮਿਊਂਸਪੈਲਿਟੀ ਚੋਣਾਂ ਹੋ ਰਹੀਆਂ, ਸੋ ਇਸ ਵਾਰੀ ਸਾਡੇ ਸਾਰੇ ਉਹਨਾਂ 'ਤੇ ਫੋਕਸ ਹਨ ਵੀ ਵੱਖਰੇ ਵੱਖਰੇ ਕੈਂਡੀਡੇਟਸ ਨੂੰ ਅਸੀਂ ਲੈ ਕੇ ਆਉਂਦੇ ਹਾਂ। ਸੋ ਇਸੇ ਤਰ੍ਹਾਂ ਜਿਹੜੇ ਬਲਬੀਰ ਕੌਰ ਜੀ ਸੋਹੀ ਹਨ, ਇਹ ਸਕੂਲ ਟਰੱਸਟੀ ਦੇ ਤੌਰ 'ਤੇ ਆਪਣੇ ਤਿਆਰੀ ਕਰ ਰਹੇ ਹਨ। ਸੋ 9 ਅਤੇ 10 ਨੰਬਰ ਵਾਰਡ ਬ੍ਰੈਂਪਟਨ ਦੇ ਵਿੱਚੋਂ, ਜਿਹੜਾ ਕਿ ਬਹੁਤ ਹੀ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਜੀ ਇਹ ਵਾਰਡ, ਸੋ ਉੱਥੋਂ ਇਹ ਜ਼ੋਰ ਅਜਮਾਇਸ਼ ਕਰ ਰਹੇ ਨੇ 9 ਅਤੇ 10 ਵਾਰਡ ਤੋਂ ਬਲਬੀਰ ਕੌਰ ਜੀ ਸੋਹੀ। ਸੋ ਅਸੀਂ ਇਹਨਾਂ ਨਾਲ ਕਰਦੇ ਹਾਂ ਗੱਲਬਾਤ। ਬਲਬੀਰ ਜੀ, ਪਹਿਲਾਂ ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ, ਜਿੰਨੇ ਵੀ ਦਰਸ਼ਕ ਦੇਖ ਰਹੇ ਆ, ਕਿਉਂਕਿ ਬਹੁਤ ਵਾਰ ਦਰਸ਼ਕ ਜਿਹੜੇ ਤੁਹਾਨੂੰ ਜਾਣਦੇ ਵੀ ਹੈਗੇ ਕਿ ਕਾਫੀ ਲੰਬੇ ਸਮੇਂ ਤੋਂ ਤੁਸੀਂ ਇੱਥੇ ਹੋ, ਸੋ ਤੁਸੀਂ ਕਦੋਂ ਆਪਣੇ ਇੱਥੇ ਬ੍ਰਹਮਟਨ ਦੇ ਵਿੱਚ ਆਏ ਅਤੇ ਕੀ ਤੁਹਾਡਾ ਵੀ ਗ੍ਰੈਜੂਏਸ਼ਨ ਕਿੱਦਾਂ, ਕਿੱਥੋਂ ਤੁਹਾਡੀ ਪੜ੍ਹਾਈ? ਮੇਰਾ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈਗਾ ਭਾਅ ਜੀ ਨੇ, ਕਿ ਮੈਂ ਇਸ ਟਾਈਮ ਵਾਰਡ 9 ਐਂਡ 10 ਦੇ ਵਿੱਚੋਂ ਐਜ਼ ਅ ਸਕੂਲ ਟਰੱਸਟੀ ਕੈਂਡੀਡੇਟ ਹੈਗੀ ਹਾਂ। ਸੋ ਮੇਰੀ ਜਿਹੜੀ ਸ਼ੁਰੂਆਤ ਹੋਈ ਹੈ ਬ੍ਰੈਂਪਟਨ ਦੇ ਵਿੱਚ, ਮੈਂ ਜਦੋਂ ਕੈਨੇਡਾ ਦੇ ਵਿੱਚ ਆਈ, ਇਨ 2002 ਆਈ ਕੇਮ ਟੂ ਕੈਨੇਡਾ, ਐਂਡ ਇਨ 2003 ਆਈ ਸਟਾਰਟਡ ਲਿਵਿੰਗ ਇਨ ਬ੍ਰੈਂਪਟਨ, ਐਂਡ ਸਿੰਸ ਦੈਨ ਫੋਰ ਆਲ ਦੀਸ ਈਅਰਸ ਆਈ ਐਮ ਇਨ ਬ੍ਰੈਂਪਟਨ। ਮੇਰੇ 2 ਬੱਚੇ ਹੈਗੇ ਨੇ, ਬੇਟਾ ਜੀ ਮੇਰਾ ਹਾਈ ਸਕੂਲ ਦੇ ਵਿੱਚ ਹੈਗਾ, ਬੇਟੀ ਹੈ ਮੇਰੀ ਉਹ ਮਿਡਲ ਸਕੂਲ ਦੇ ਵਿੱਚ ਹੈਗੀ ਹੈ। ਸੋ ਬੋਥ ਮਾਈ ਖਿਡਸ ਆਰ ਇਨ ਬ੍ਰੈਂਪਟਨ, ਜਿਹੜਾ ਪਬਲਿਕ ਸਕੂਲ ਬੋਰਡ ਸਿਸਟਮ ਹੈਗਾ ਉਹਦੇ ਵਿੱਚ ਜਾ ਰਹੇ ਹੈਗੇ ਨੇ, ਅਤੇ ਐਜ਼ ਅ ਮਦਰ ਆਈ ਅੰਡਰਸਟੈਂਡ ਦੇਅਰ ਇਸ਼ੂਜ਼, ਐਂਡ ਦੈਟਸ ਵੇਅਰ ਆਮ ਪਰਸੂਇੰਗ ਹੇਅਰ। ਮੇਰੀ ਜਿਹੜੀ ਬੈਕਗਰਾਊਂਡ ਹੈਗੀ ਹੈ, ਮੈਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ MSc ਕੀਤੀ, MSc ਬੋਟਨੀ, ਐਂਡ ਆਫਟਰ ਦੈਟ ਵੈਨ ਆਈ ਮੂਵਡ ਇਨ ਕੈਨੇਡਾ ਆਈ ਸਟਾਰਟਡ ਮਾਈ ਕਰੀਅਰ ਡੈਂਟਲ ਇੰਡਸਟਰੀ ਦੇ ਵਿੱਚ। ਆਈ ਸਟਾਰਟਡ ਐਜ਼ ਅ ਡੈਂਟਲ ਅਸਿਸਟੈਂਟ, ਡੈਂਟਲ ਟ੍ਰੀਟਮੈਂਟ ਕੋਆਰਡੀਨੇਟਰ, ਐਂਡ ਦੈਨ ਡੈਂਟਲ ਹਾਈਜੈਨਿਸਟ। ਕਾਫੀ ਸਾਰੇ ਸਾਡੇ ਵਿਊਅਰਸ ਨੇ ਜਿਹੜੇ ਦੇਖ ਰਹੇ ਹੋਣਗੇ, ਉਹਨਾਂ ਨੇ ਮੈਨੂੰ ਡੈਂਟਲ ਇੰਡਸਟਰੀ ਦੇ ਨਾਲ ਕਾਫੀ ਲੰਬੇ ਅਰਸੇ ਤੋਂ ਦੇਖਿਆ ਹੈਗਾ। ਵੱਖ ਵੱਖ ਕਮਿਊਨਿਟੀ ਦੇ ਇਨੀਸ਼ੀਏਟਿਵਸ ਕੀਤੇ ਨੇ ਅਸੀਂ ਪਿਛਲੇ ਲੰਬੇ ਕਾਫੀ ਅਰਸੇ ਤੋਂ। ਕਾਫੀ ਲੋਕ ਮੈਨੂੰ ਐਜ਼ ਅ ਡੈਂਟਲ ਟਰੱਕ ਵਾਲੀ ਕਹਿ ਕੇ ਜਾਣਦੇ ਹੈਗੇ ਨੇ। ਸੋ ਆਈ ਵਾਜ਼ ਦ ਫਸਟ ਵਨ ਇਨ ਨੌਰਥ ਅਮੈਰੀਕਾ ਜਿਹਨੇ ਮੋਬਾਈਲ ਡੈਂਟਲ ਹਾਈਜੀਨ ਦਾ ਟਰੱਕ ਬਣਾਇਆ। ਇਸ ਜਿਹੜਾ ਮੈਡੀਕਲ ਕੋਨਸੈਪਟ ਹੈਗਾ ਕਿ ਕਿਸ ਤਰ੍ਹਾਂ ਅਸੀਂ ਡੋਰ ਟੂ ਡੋਰ ਲੋਕਾਂ ਦੀ ਹੈਲਪ ਕਰ ਸਕਦੇ ਹਾਂ, ਸੀਨੀਅਰਸ ਨੇ ਜਿਹੜੇ ਉਹਨਾਂ ਤੱਕ ਅਸੀਂ ਰੀਚ ਕਿਸ ਤਰ੍ਹਾਂ ਕਰ ਸਕਦੇ ਹਾਂ। ਸੋ ਉਹ ਇੱਕ ਪ੍ਰੋਬਲਮ ਸੀਗੀ ਜਿਹਨੂੰ ਮੈਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਸੋਲਵ ਕੀਤਾ ਟੂ ਗਿਵ ਬੈਕ ਟੂ ਦ ਕਮਿਊਨਿਟੀ। ਇਸ ਦੇ ਨਾਲ ਹੀ ਸਕੂਲਾਂ ਦੇ ਵਿੱਚ ਅਸੀਂ ਓਰਲ ਹੈਲਥ ਅਤੇ ਨਿਊਟ੍ਰੀਸ਼ਨ ਦੀਆਂ ਕਾਫੀ ਸਾਰੀਆਂ ਪ੍ਰੈਜੈਂਟੇਸ਼ਨਸ ਕੀਤੀਆਂ, ਕਾਫੀ ਸਾਰੀਆਂ ਡਿਫਰੈਂਟ ਔਰਗਨਾਈਜੇਸ਼ਨਸ ਦੇ ਨਾਲ ਮੈਂ ਕੰਮ ਕੀਤਾ, ਐਜ਼ ਅ ਬੋਰਡ ਆਫ ਡਾਇਰੈਕਟਰ ਇੰਡਸ ਕਮਿਊਨਿਟੀ, ਗਿਫਟ ਫਰੋਮ ਦਾ ਹਾਰਟ, ਵੁਮੈਨ ਦੈਟ ਗਿਵ, ਉਹਨਾਂ ਦੇ ਉੱਤੇ ਵੀ ਕੰਮ ਕੀਤਾ। ਪਿੱਛੇ ਜੇ ਜੀ ਅਸੀਂ ਇੱਕ ਜਿਹੜਾ ਪਿਛਲੀ ਜਿਹੜੀ ਲਿਬਰਲ ਗਵਰਨਮੈਂਟ ਸੀਗੀ ਉਹਨਾਂ ਨੇ ਪਾਸ ਕੀਤਾ ਕਿ 128 ਬੈਡਸ ਨੇ ਜਿਹੜੇ ਉਹ ਹੋਣਗੇ ਸਾਡੇ ਸੀਨੀਅਰਸ ਦੇ ਲਈ, ਸਾਡੇ ਜਿਹੜੇ ਇੰਡੀਅਨ ਕਰੀਏ ਅਸੀਂ, ਕਿ ਉੱਥੇ ਸਾਡੀ ਲੈਂਗੁਏਜ ਬੋਲਣ ਵਾਲਾ ਸਟਾਫ ਹੋਏਗਾ ਅਤੇ ਸਾਡੀ ਲੈਂਗੁਏਜ, ਸਾਡਾ ਜਿਹੜਾ ਫੂਡ ਹੋਏਗਾ ਉਹ ਵੀ ਹੋਏਗਾ। ਸੋ ਆਈ ਵਾਜ਼ ਅ ਪਾਰਟ ਆਫ ਦੈਟ ਥੀਮ। ਸੋ ਫਰੋਮ ਦੇਅਰ ਆਈ ਗਾਟ ਦੀ ਐਕਸਪੀਰੀਅੰਸ ਕਿ ਔਰਗਨਾਈਜੇਸ਼ਨਸ ਦੇ ਵਿੱਚ ਜਿਹੜੀ ਪ੍ਰੋਵਿੰਸ਼ੀਅਲਸ ਜਿਹੜੀਆਂ ਫੰਡਿੰਗਸ ਹੈਗੀਆਂ ਨੇ ਉਹ ਤੁਸੀਂ ਕਿਸ ਤਰ੍ਹਾਂ ਲੌਬੀ ਕਰਦੇ ਹੋ, ਕਿਸ ਤਰ੍ਹਾਂ ਲੈਂਦੇ ਹੈਗੇ ਹੋ। ਇਸ ਦੇ ਨਾਲ ਹੀ ਮੈਂ ਕਮਿਊਨਿਟੀ ਦੇ ਵਿੱਚ ਕਈ ਹੈਲਥ ਟਾਕ ਸ਼ੋਜ਼ ਵੀ ਕਰਵਾਏ ਅਤੇ ਹੈਲਥ ਇਵੈਂਟਸ ਵੀ ਕਰਵਾਏ, ਜਿਨ੍ਹਾਂ ਦੇ ਵਿੱਚੋਂ ਇੱਕ ਸੀਗਾ ਲੈਟਸ ਵਾਕ ਹੈਲਥ, ਜਿਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀਗੀ ਕਿ ਵੱਖ ਵੱਖ ਜਿਹੜੇ ਜਿਸ ਤਰ੍ਹਾਂ ਸਟਾਪ ਡਾਇਬਟੀਜ਼ ਦੀ ਗੱਲ ਕਰਦੇ ਹਾਂ, ਜਾਂ ਬ੍ਰੈਂਪਟਨ ਫਾਇਰ ਦੀ ਗੱਲ ਕਰਦੇ ਹਾਂ, ਜਾਂ ਬ੍ਰੈਸਟ ਕੈਨੇਡਾ ਦੀ ਗੱਲ ਕਰਦੇ ਹਾਂ, ਜ਼ਾਈਮਰ ਸੋਸਾਇਟੀ ਆਫ ਕੈਨੇਡਾ, ਇਹ ਸਾਰਿਆਂ ਨੂੰ ਇੱਕ ਛੱਤ ਦੇ ਥੱਲੇ ਕੀਤਾ, ਇਕੱਠੇ ਕੀਤਾ ਸੀ ਟੂ ਗਿਵ ਬੈਕ ਟੂ ਦ ਕਮਿਊਨਿਟੀ, ਟੂ ਦ ਰਾਈਟ ਨੌਲੇਜ, ਐਂਡ ਦੈਟਸ ਵੇਅਰ ਆਈ ਗੋਟ ਕਨੈਕਟਡ ਵਿਦ ਅ ਲੋਟ ਆਫ ਪੇਰੈਂਟਸ।
through my business and as well as my presentations in the schools about nutrition, the nanal oral health, overall health. There is some time they utte main McMaster University de vich as a business mentor in engineering department for innovation and technology entrepreneurship de jehdiya classes hai gayan ne unna de vich Durham College Niagara College de vich main as a keynote speaker gayi hai gayan dental hygiene industry de vich koi vi classes ne jehdiyan graduate hundiyan ne te assi unna nu dasde ha I go there as a mentor as a advisor and as a keynote speaker in many schools in Brampton specifically related to business and entrepreneurship so oh ਸਾਰੇ ਦੇ ਵਿੱਚ ਜਿਹੜਾ ਪੇਰੈਂਟਸ ਦੇ ਨਾਲ ਟੀਚਰਸ ਦੇ ਨਾਲ ਅਤੇ ਬੱਚਿਆਂ ਦੇ ਨਾਲ ਕਾਫੀ ਸਾਰਾ ਵਾਹ ਪਿਆ ਜਿਹਦੇ 'ਚ ਪਤਾ ਲੱਗਿਆ ਕਿ ਕਾਫੀ ਸਾਰੇ ਇਸ਼ੂਸ ਹੈਗੇ ਨੇ ਜਿਹੜੇ ਇੱਕ ਵੋਇਸ ਚਾਹੀਦੀ ਹੈਗੀ ਆ ਸੋ ਦਿਸ ਇਜ਼ ਹਾਓ ਮਾਈ ਜਰਨੀ ਇਨ ਕੈਨੇਡਾ ਫਰੋਮ ਐਮ ਐਸ ਸੀ ਬੋਟਨੀ ਮੈਂ ਕਹੂੰਗੀ ਟੂ ਅ ਡੈਂਟਲ ਪ੍ਰੋਫੈਸ਼ਨਲ ਟੂਵਰਡਸ ਅ ਸਕੂਲ ਟਰੱਸਟੀ ਸਟਾਰਟਡ ਹਾਂਜੀ ਜਿੱਦਾਂ ਬਲਵੀਰ ਜੀ ਤੁਸੀਂ ਦੱਸਿਆ ਬਹੁਤ ਤੁਸੀਂ ਪਹਿਲਾਂ ਆਪਣੇ ਪੂਰੇ ਲੈਵਲ ਤੇ ਪੜ੍ਹਾਈ ਕੀਤੀ ਆ ਇੱਥੇ ਆ ਕੇ ਬਹੁਤ ਤੁਸੀਂ ਸੰਸਥਾਵਾਂ ਨਾਲ ਜੁੜੇ ਹਾਂਜੀ ਨਾਲ ਦੀ ਨਾਲ ਜਿੱਦਾਂ ਅਸੀਂ ਤੁਹਾਨੂੰ ਜਦੋਂ ਦੇਖਿਆ ਵੀ ਪਹਿਲਾਂ ਜਦੋਂ ਤੁਸੀਂ ਟਰੱਕ ਬਣਾਇਆ ਉਦੋਂ ਸਾਨੂੰ ਲੱਗਦਾ ਸੀ ਵੀ ਇਹ ਜਿਹੜੀ ਲੜਕੀ ਆ ਇਹ ਬਹੁਤ ਕੁਝ ਕਰਨਾ ਚਾਹੁੰਦੀ ਆ ਕਿਉਂਕਿ ਜਦੋਂ ਕੋਈ ਨਵਾਂ ਕੰਮ ਕਰਦਾ ਉਹਦੇ ਵਿੱਚ ਬਹੁਤ ਮੁਸ਼ਕਲਾਂ ਹੁੰਦੀਆਂ ਰਾਈਟ ਸੋ ਤੁਸੀਂ ਅਤੇ ਤੁਹਾਨੂੰ ਪੂਰਾ ਆਪਣੇ ਪਰਿਵਾਰ ਵੱਲੋਂ ਸਾਥ ਮਿਲਿਆ ਅਤੇ ਤੁਸੀਂ ਆਪਣਾ ਕਰਾ ਕੇ ਹੌਲੀ ਹੌਲੀ ਤੁਸੀਂ ਜਦੋਂ ਵੀ ਕਿਤੇ ਨਾ ਕਿਤੇ ਇੰਟਰਵਿਊ ਹੁੰਦੀ ਸੀ ਜਾਂ ਕਦੇ ਮਿਲਦੇ ਸੀ ਆਪਾਂ ਨੂੰ ਇੱਦਾਂ ਲੱਗਦਾ ਸੀ ਵੀ ਇਹ ਬਹੁਤ ਔਖਾ ਕੰਮ ਆ ਪਰ ਤੁਸੀਂ ਉਹਨੂੰ ਵੀ ਸੌਖਿਆਂ ਕਰ ਲਿਆ ਇੰਨਾ ਤੁਸੀਂ ਐਜ ਏ ਬਿਜ਼ਨਸ ਕਰਦੇ ਹੁੰਦੇ ਜਿੰਨੀ ਤੁਸੀਂ ਦੱਸਿਆ ਵੀ ਜਿੰਨੀ ਜਿੰਨੀ ਸੰਸਥਾਵਾਂ ਨਾਲ ਤੁਸੀਂ ਕੰਮ ਕੀਤਾ ਕਿੱਦਾਂ ਟਾਈਮ ਤੁਸੀਂ ਕਿੱਦਾਂ ਟਾਈਮ ਕੱਢਦੇ ਹੋ ਮੈਂ ਕਹੂੰਗੀ ਕਿ ਇਹਦੇ ਵਿੱਚ ਟਾਈਮ ਦੇ ਨਾਲੋਂ ਤੁਹਾਡੇ 'ਚ ਜਜ਼ਬਾ ਹੋਣਾ ਜ਼ਰੂਰੀ ਹੈ ਤੁਸੀਂ ਘਰੇ ਲੇਜ਼ੀ ਹੋ ਸਕਦੇ ਹੋ ਅਤੇ ਕਹਿ ਸਕਦੇ ਹੋ ਜੀ ਮੈਂ 8 ਘੰਟੇ ਕੰਮ ਕੀਤਾ ਉਸ ਤੋਂ ਬਾਅਦ ਮੇਰੇ ਕੋਲ ਸਮਾਂ ਨਹੀਂ ਹੈ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ 8 ਘੰਟਿਆਂ ਤੋਂ ਬਾਅਦ ਮੈਂ 2 ਘੰਟੇ ਨੇ ਜਿਹੜੇ ਉਹ ਕਮਿਊਨਿਟੀ ਦੇ ਲਈ ਲਾਉਣੇ ਹੈਗੇ ਨੇ ਅਤੇ ਉਸ ਤੋਂ ਬਾਅਦ ਮੇਰਾ ਫੈਮਿਲੀ ਅਤੇ ਮੇਰਾ ਜਿਹੜਾ ਬਾਕੀ ਦਾ ਸਮਾਂ ਸ਼ੁਰੂ ਹੋ ਜਾਂਦਾ ਸੋ ਜਿੰਨੇ ਐਕਸਕਿਊਜ਼ ਅਸੀਂ ਬਣਾਉਂਦੇ ਹੈਗੇ ਹਾਂ ਇਟਸ ਆਲ ਅਸ ਇਫ ਵੀ ਰੀਅਲੀ ਵਾਂਟਡ ਟੂ ਅਗਰ ਸਾਡੇ ਅੰਦਰ ਜਜ਼ਬਾ ਹੈਗਾ ਕਿ ਅਸੀਂ ਜ਼ਰੂਰ ਕਰਨਾ ਚਾਹੁੰਦੇ ਹਾਂ ਕੁਛ ਤਾਂ ਹਰ ਬੰਦਾ ਜ਼ਰੂਰ ਕਰ ਸਕਦਾ ਕਾਫੀ ਵਾਰੀ ਥੋੜ੍ਹਾ ਮੁਸ਼ਕਿਲ ਹੁੰਦਾ ਹੈਗਾ ਕਿ ਜੇ ਉਸੇ ਟਾਈਮ ਦੇ ਉੱਤੇ ਸੇਮ ਟਾਈਮ ਦੇ ਉੱਤੇ ਤੁਹਾਡੀਆਂ ਬੱਚਿਆਂ ਦੀਆਂ ਐਕਟੀਵਿਟੀਜ਼ ਆ ਜਾਂਦੀਆਂ ਨੇ ਬਟ ਥੈਂਕ ਯੂ ਸੋ ਮੱਚ ਟੂ ਮਾਈ ਫੈਮਿਲੀ ਜਿਹੜੇ ਮੇਰੇ ਫੈਮਿਲੀ ਐਂਡ ਫਰੈਂਡਸ ਵੀ ਮੈਂ ਕਹੂੰਗੀ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੈਗਾ ਕਿਉਂਕਿ ਐਜ਼ ਅ ਮਦਰ ਮੈਂ ਕਹੂੰਗੀ ਐਜ਼ ਅ ਮਦਰ ਐਜ਼ ਅ ਡਾਟਰ ਇਨ ਲਾਅ ਐਜ਼ ਅ ਵਾਈਫ ਐਜ਼ ਅ ਡਾਟਰ ਬਹੁਤ ਸਾਰੀਆਂ ਤੁਹਾਡੀਆਂ ਹੋਰ ਵੀ ਰਿਸਪੋਂਸੀਬਿਲਿਟੀਜ਼ ਹੁੰਦੀਆਂ ਹੈਗੀਆਂ ਨੇ ਪਰਿਵਾਰਾਂ ਦੇ ਵਿੱਚ ਪਰ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਮੈਨੂੰ ਸਾਥ ਦਿੱਤਾ ਪਰ ਇੱਕ ਜਜ਼ਬਾ ਸੀ ਹਮੇਸ਼ਾ ਕਿ ਮੈਂ ਆਪਣੀ ਕਮਿਊਨਿਟੀ ਲਈ ਕੁਝ ਕਰਨਾ ਚਾਹੁੰਦੀ ਹਾਂ ਅਤੇ ਉਹਦੇ ਵਿੱਚ ਫਿਰ ਤੁਹਾਡਾ ਜਿਹੜਾ ਵੀਕਐਂਡ ਹੈ ਤੁਸੀਂ ਉਹਦੇ ਵਿੱਚ ਵੀ ਟਾਈਮ ਕੱਢ ਲੈਂਦੇ ਹੋ ਤੁਸੀਂ ਆਪਣੇ ਵੀਕਡੇਜ਼ ਦੇ ਵਿੱਚ ਵੀ ਟਾਈਮ ਕੱਢ ਲੈਂਦੇ ਹੋ ਅਤੇ ਉਸੇ ਜਜ਼ਬੇ ਦੇ ਨਾਲ ਮੈਂ ਅੱਗੇ ਜਾ ਰਹੀ ਹੈਗੀ ਹਾਂ ਜਿਹੜਾ ਬੱਚਿਆਂ ਦੇ ਇਸ ਕਰੀਅਰ ਦੇ ਵਾਂ ਪਰ ਜਿੱਦਾਂ ਤੁਸੀਂ ਦੱਸਿਆ ਇਹ ਹੈ ਬਹੁਤ ਔਖਾ ਕਿਉਂਕਿ ਤੁਸੀਂ ਕਿਸੇ ਵੀ ਫੰਕਸ਼ਨ 'ਤੇ ਜਾਣਾ ਹੋਵੇ ਰਾਈਟ ਜਿੱਦਾਂ ਉਹ ਫੰਕਸ਼ਨ ਦੇ ਉੱਤੇ ਜਾਂਦੇ ਤੁਸੀਂ ਇੱਕ ਘੰਟੇ ਦਾ ਫੰਕਸ਼ਨ ਇੱਥੇ 2-3 ਘੰਟੇ ਤੁਹਾਨੂੰ ਲੈ ਕੇ ਤੁਰਨਾ ਪੈਂਦਾ ਜੀ ਸੋ ਬਹੁਤ ਟਾਈਮ ਕੱਢਣਾ ਪੈਂਦਾ ਜੀ ਪਰ ਇੱਕ ਗੱਲ ਮੈਂ ਜਿਹੜੀ ਮੈਂ ਸੋਚਦਾ ਵੀ ਤੁਸੀਂ ਜਿਹੜਾ ਇਹ ਕਿਉਂ ਚੂਜ਼ ਕੀਤਾ ਜਿਹੜੀ ਆਪਣੀ ਕਮਿਊਨਿਟੀ ਖਾਸ ਕਰਕੇ ਆਪਣੇ ਦਰਸ਼ਕ ਵੀ ਜਾਣਦੇ ਆ ਕਿਉਂਕਿ ਆਪਣੇ ਕਹਿੰਦੇ 'ਚ ਹੁੰਦਾ ਵੀ ਪਹਿਲਾਂ ਮੈਂ ਮੈਂਬਰ ਪਾਰਲੀਮੈਂਟ ਬਣ ਜਾਵਾਂ ਤਾਂ ਠੀਕ ਆ ਪਰ ਤੁਸੀਂ ਥੱਲਿਓਂ ਜਿੱਥੋਂ ਜਿਹੜੀ ਡੈਮੋਕ੍ਰੇਸੀ ਸ਼ੁਰੂਆਤ ਹੁੰਦੀ ਹੈ ਜਿੱਦਾਂ ਵੀ ਜਦੋਂ ਤੁਸੀਂ ਗ੍ਰਾਸ ਰੂਟ ਤੋਂ ਲੈ ਕੇ ਉੱਪਰ ਜਾਂਦੇ ਹੋ ਇਹਦਾ ਕਿਉਂ ਤੁਸੀਂ ਇਹੀ ਕਿਉਂ ਸੋਚਿਆ ਵੀ ਮੈਂ ਸਕੂਲ ਟਰੱਸਟੀ ਲੈ ਜਾਵਾਂ ਇਹਦੇ ਵਿੱਚ ਕਈ ਰੀਜ਼ਨ ਸੀ ਸਭ ਤੋਂ ਮੇਨ ਰੀਜ਼ਨ ਇਹ ਹੈਗਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਆਮ ਆ ਮਦਰ ਐਂਡ ਕੋਈ ਵੀ ਪੇਰੈਂਟ ਹੈਗਾ ਚਾਹੇ ਉਹ ਮਦਰ ਹੈ ਜਾਂ ਫਾਦਰ ਹੈ ਸਾਡੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਸਾਡੀ ਲਾਈਫ 'ਚ ਸਾਡੇ ਬੱਚੇ ਹੁੰਦੇ ਨੇ ਸੋ ਉਹ ਚੀਜ਼ ਮੈਂ ਅੱਗੇ ਰੱਖੀ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਸ ਟਾਈਮ ਦੇ ਉੱਤੇ ਅਗਰ ਅਸੀਂ ਕਹੀਏ ਤਾਂ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਜਿਹੜੀ ਉਹ ਇਸ ਪੋਜੀਸ਼ਨ 'ਤੇ ਹੈਗੀ ਹੈ ਸੋ ਮੈਂ ਇੱਕ ਕਨਵਰਸੇਸ਼ਨ ਹਰ ਘਰ ਦੇ ਵਿੱਚ ਸਟਾਰਟ ਕਰਨਾ ਚਾਹੁੰਦੀ ਹਾਂ ਕਿ ਹਾਓ ਇੰਪੋਰਟੈਂਟ ਇਟ ਇਜ਼ ਟੂ ਹੈਵ ਅ ਰਾਈਟ ਰੈਪ੍ਰਜੈਂਟੇਸ਼ਨ ਐਟ ਅ ਸਕੂਲ ਬੋਰਡ ਲੈਵਲ ਕਿ ਜਿਹੜੇ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਅਤੇ ਜਿਹੜਾ ਤੁਹਾਡੇ ਵਿੱਚ ਗੈਪ ਹੈਗਾ ਐਜ਼ ਅ ਪੇਰੈਂਟ ਅਤੇ ਜਿਹੜੀ ਇੱਥੋਂ ਦੀ ਜਨਰੇਸ਼ਨ ਹੈਗੀ ਆ ਜਿਹੜਾ ਉਹ ਗੈਪ ਹੈਗਾ ਉਹਨੂੰ ਅਸੀਂ ਕਿਸ ਤਰ੍ਹਾਂ ਬ੍ਰਿਜ ਕਰਨਾ ਹੈਗਾ ਸੋ ਮੇਰਾ ਜਿਹੜਾ ਐਕਸਪੀਰੀਅੰਸ ਹੈਗਾ ਕਿ ਮੈਂ ਪੇਰੈਂਟਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹਾਂ ਕਿਉਂਕਿ ਮੈਂ ਵੀ ਫਸਟ ਇਮੀਗ੍ਰੈਂਟ ਹੈਗੀ ਹਾਂ ਜਿਹੜੀ ਆਪਣੀ ਇਸ ਕੈਨੇਡਾ ਦੇ ਵਿੱਚ ਆਪਣੀ ਫੈਮਿਲੀ ਦੇ ਵਿੱਚ ਸੋ ਆਈ ਅੰਡਰਸਟੈਂਡ ਕਿ ਜਦੋਂ ਅਸੀਂ 2 ਟੈਚੀ ਲੈ ਕੇ ਆਉਂਦੇ ਹੈਗੇ ਹਾਂ ਸਾਨੂੰ ਕਿੰਨੀਆਂ ਮੁਸ਼ਕਲਾਂ ਹੁੰਦੀਆਂ ਹੈਗੀਆਂ ਨੇ ਪਰ ਉਹਨਾਂ ਸਾਰੀਆਂ ਮੁਸ਼ਕਲਾਂ ਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਟਾਈਮ ਕਿਸ ਤਰ੍ਹਾਂ ਦੇਣਾ ਹੈਗਾ ਸਾਡੀ ਜਿਹੜੀ ਪੇਰੈਂਟਿੰਗ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਅਤੇ ਨਾਲ ਦੀ ਨਾਲ ਜੋ ਸਕੂਲਾਂ ਦੇ ਵਿੱਚ ਵਾਪ ਆ ਹੁਣ ਮੈਂ ਆਪ ਸਕੂਲਾਂ ਕਾਲਜਾਂ ਦੇ ਵਿੱਚ ਇੱਕ ਮੈਂਟਰ ਦੇ ਤੌਰ 'ਤੇ ਕੰਮ ਕਰਦੀ ਹਾਂ ਮੇਰੇ ਕੋਲ ਸਮਰ ਸਟੂਡੈਂਟਸ ਹੁੰਦੇ ਹੈਗੇ ਨੇ ਜਿਨ੍ਹਾਂ ਨੂੰ ਮੈਂ ਐਡਵਾਈਜ਼ਰ ਦੇ ਤੌਰ 'ਤੇ ਕੰਮ ਕਰਦੀ ਹਾਂ ਸੋ ਉਹਨਾਂ ਦੀ ਕੀ ਸੋਚ ਹੈਗੀ ਹੈ
ਆਪਾਂ ਉੱਥੇ ਗੱਲ ਕਰਦੇ ਹਾਂ। ਸੋ ਉਹ ਜਿਹੜੀ ਸੋਚ ਹੈ ਦੋਨੋਂ ਥਾਵਾਂ ਦੀ, ਜੇ ਅਸੀਂ ਉਹਨੂੰ ਬ੍ਰਿਜ ਕਰ ਸਕੀਏ ਤਾਂ ਮੈਂ ਕਹਾਂਗੀ ਕਿ ਸਾਡੀ ਜਿਹੜੀ ਕਮਿਊਨਿਟੀ ਆ ਬਹੁਤ ਅੱਗੇ ਜਾ ਸਕਦੀ ਹੈਗੀ ਆ। ਐਂਡ ਆਈ ਸਪੈਸੀਫਿਕਲੀ ਚੋਜ਼ ਵਾਰਡ 9 ਐਂਡ 10 ਬਿਕਾਜ਼ ਇੱਥੇ ਸਾਡੀ ਕਮਿਊਨਿਟੀ ਜ਼ਿਆਦਾ ਹੈਗੀ ਆ, ਇੱਥੇ ਕਾਫੀ ਸਾਰੀਆਂ ਸਕੂਲਾਂ ਦੇ ਵਿੱਚ ਪ੍ਰੋਬਲਮਸ ਹੈਗੀਆਂ ਨੇ, ਅਤੇ ਅਗਰ ਮੈਂ ਹੈਲਪ ਕਰ ਸਕਦੀ ਹਾਂ। ਸੋ ਦੈਟਸ ਵਾਈ ਆਈ ਵੈਂਟ ਫੋਰ ਦਿਸ। ਬਹੁਤ ਲੋਕ ਨੇ ਜਿਹੜੇ ਕਹਿ ਦਿੰਦੇ ਨੇ ਕਿ ਵਿਦ ਯੂਅਰ ਕ੍ਰੀਡੈਂਸ਼ੀਅਲਸ ਐਂਡ ਵਿਦ ਯੂਅਰ ਕਮਿਊਨਿਟੀ ਇਨਵੋਲਵਮੈਂਟਸ ਯੂ ਸ਼ੁੱਡ ਹੈਵ ਸਟਾਰਟਡ ਸਮਵੇਅਰ ਐਲਸ। ਆਈ ਥਿੰਕ ਦ ਸਟਾਰਟਿੰਗ, ਮੈਂ ਕਹਾਂਗੀ ਕਿ ਜਿਹੜੀ ਇਹ ਜਿਹੜੀ ਮੋਸਟ ਇੰਪੋਰਟੈਂਟ ਜੋਬ ਹੈਗੀ ਆਈ ਵਾਂਟ ਟੂ ਡੂ ਦਿਸ ਫਸਟ। ਜਿੱਦਾਂ ਤੁਸੀਂ ਗੱਲ ਕੀਤੀ ਵੀ ਇਹਦੇ ਵਿੱਚ ਬਹੁਤ ਫਰਕ ਆ ਰਹੀ, ਜੋ ਜਦੋਂ ਹੁਣ ਆਪਾਂ 9-10 ਬਾਰਡ ਦੀ ਗੱਲ ਕਰਦੇ ਹਾਂ, ਜਿੱਥੋਂ ਇੱਥੇ ਲਾਸਟ ਟਾਈਮ ਇੱਥੇ ਆਪਣਾ ਨੌਜਵਾਨ ਸੀ ਮੁੰਡਾ ਹਰਕੀਰਤ, ਜਦੋਂ ਸਕੂਲ ਟਰਸਟੀ ਬਣਿਆ, ਬਹੁਤੇ ਲੋਕਾਂ ਨੂੰ ਉਦੋਂ ਵੀ ਪਤਾ ਲੱਗਿਆ ਵੀ ਇਹ ਵੀ ਕੋਈ ਹੈਗੀ ਹੈ, ਕਿਉਂਕਿ ਮੁੰਡੇ ਨੇ ਬਹੁਤ ਕੰਮ ਕੀਤਾ ਰਹੇ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ, ਜਿੱਦਾਂ ਜਦੋਂ ਤੁਹਾਡੇ ਬੱਚੇ ਪੜ੍ਹਦੇ ਸੀ ਇਹਦੇ ਪਬਲਿਕ ਸਕੂਲ ਦੇ ਵਿੱਚ, ਹਾਂਜੀ, ਤੁਸੀਂ ਇੱਦਾਂ ਹੀ ਜਾਂਦੇ ਸੀ ਜਿਹੜੇ ਪੇਰੈਂਟਸ ਟੀਚਰ ਮੀਟਿੰਗ ਹੁੰਦੀ ਸੀ, ਐਬਸੋਲੂਟਲੀ। ਪਰ ਉਹਦੇ ਵਿੱਚ ਇੱਕ ਗੱਲ ਮੈਂ ਨੋਟ ਕਰਦਾ, ਜਿਹੜੇ ਆਪਣੇ ਪੇਰੈਂਟਸ ਹੈ ਨਾ, ਉਹਨਾਂ ਮੀਟਿੰਗਾਂ ਦੇ ਵਿੱਚ ਬਹੁਤ, ਮੇਰੇ ਖਿਆਲ ਤਾਂ ਜਿੱਦਾਂ ਮੈਂ ਕਹਿੰਦਾ ਮੈਂ 90% ਬਹੁਤ ਇਹਦੇ ਵਿੱਚ ਇਹ ਜਿਹੜਾ ਇਹ 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 ਫਰਕ ਹੈ, ਜਾਂ ਸਾਡੀ ਲੈਂਗੁਏਜ, ਜਾਂ ਅਸੀਂ ਕਰਨਾ ਨਹੀਂ ਚਾਹੁੰਦੇ, ਜਾਂ ਸਾਡੇ ਬੈਕ ਜਿੱਥੋਂ ਅਸੀਂ ਆਏ ਉੱਥੇ ਨਹੀਂ ਸੀ, ਇਹਦੇ ਕਾਫੀ ਸਾਰੇ ਕਾਰਨ, ਜ਼ਰੂਰਤ ਬਹੁਤ ਹੈ ਇਹਦੀ, ਇਹਦੀ ਜ਼ਰੂਰਤ ਬਹੁਤ ਜ਼ਿਆਦਾ ਆ। ਸੋ ਅਸੀਂ ਕਈ ਵਾਰੀ ਨਾ ਕਈ ਚੀਜ਼ਾਂ ਨੂੰ ਮੈਂ ਇੱਥੇ ਜ਼ਰੂਰ ਇੱਕ ਐਮਫੋਸਿਸ ਹੋਰ ਦੇਣਾ ਚਾਹਾਂਗੀ, ਜਿਹੜੀ ਜਗ੍ਹਾ ਤੋਂ ਅਸੀਂ ਆਏ ਹਾਂ ਅਸੀਂ ਉੱਥੇ ਇੱਕ ਅਸੀਂ ਕਹਿੰਦੇ ਹਾਂ ਕਿ ਐਜ਼ ਅ ਪੇਰੈਂਟ ਮੈਂ ਸਕਸੈਸਫੁਲ ਹਾਂ, ਕਿ ਮੈਨੂੰ ਜੀ 1 ਲੱਖ ਮੇਰੇ ਡਰ ਛੱਡ ਕੇ ਗਏ ਸੀ, ਅਤੇ ਮੈਂ ਉਹਦੇ 10 ਗੁਣਾ ਬਣਾ ਕੇ ਮੈਂ ਇੰਨੇ ਆਪਣੇ ਬੱਚਿਆਂ ਲਈ ਛੱਡ ਕੇ ਜਾ ਰਿਹਾ। ਮੇਰੇ ਬੱਚੇ ਕੋਲ ਘਰ ਹੈਗਾ, ਬੱਚੇ ਨੂੰ ਅਗਰ ਉਹ ਕੁਛ ਵੀ ਨਾ ਕਰੇ ਉਹ ਤਾਂ ਵੀ ਸਾਰੀ ਜ਼ਿੰਦਗੀ ਬੜੀ ਵਧੀਆ ਕੱਟ ਸਕਦਾ ਹੈਗਾ, ਅਤੇ ਅਸੀਂ ਸੋਚਦੇ ਹਾਂ ਕਿ ਦੈਟਸ ਦ ਬੈਸਟ ਵੇ, ਦਿਸ ਇਜ਼ ਵਟ ਅ ਪੇਰੈਂਟ ਮਸਟ ਡੂ। ਅਸੀਂ ਉਹਨੂੰ ਅੱਗੇ ਰੱਖ ਲੈਂਦੇ ਹਾਂ ਕਿ ਅਸੀਂ ਆਪਣਾ ਘਰ ਫ੍ਰੀ ਕਰਕੇ ਦੇ ਕੇ ਜਾਣਾ ਹੈਗਾ ਬੱਚੇ ਨੂੰ। ਅਤੇ ਇੱਥੇ ਮੈਂ ਕੈਨੇਡਾ ਦੀ ਗੱਲ ਕਰਾਂਗੀ ਕਿ ਜਦੋਂ ਅਸੀਂ ਆਏ ਹਾਂ, ਆਈ ਵਾਸ 23 ਵੈਨ ਆਈ ਕੇਮ ਟੂ ਕੈਨੇਡਾ। ਸੋ ਉਦੋਂ ਫਿਰ ਜੇ ਮੈਂ $25 ਜੇਬ ਦੇ ਵਿੱਚ ਲਿਆ ਕੇ ਅਤੇ ਇੱਥੇ ਅਸੀਂ ਇਸਟੈਬਲਿਸ਼ ਹੋ ਸਕਦੇ ਹਾਂ, ਅਤੇ ਜਿਹੜੇ ਸਾਡੇ ਬੱਚੇ ਇੱਥੋਂ ਦੇ ਬੋਰਨ ਨੇ ਉਹਨਾਂ, ਉਹ ਤਾਂ ਸਾਡੇ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਅੱਗੇ ਹੈਗੇ ਨੇ, ਕੋਈ ਲੈਂਗੁਏਜ ਪ੍ਰੋਬਲਮਸ ਉਹਨਾਂ ਨੂੰ ਨਹੀਂ ਹੈਗੀਆਂ, ਦੇ ਨੋ ਦਾ ਸਿਸਟਮ, ਦੇ ਬੀਨ ਥਰੂ ਦਾ ਸਿਸਟਮ, ਦੇ ਗੋ ਥਰੂ ਦਾ ਸਿਸਟਮ। ਸੋ ਇਸ ਕਰਕੇ ਅਸੀਂ ਉਹ ਮੈਂਟੈਲਿਟੀ ਤਾਂ ਥੋੜ੍ਹਾ ਜਿਹਾ ਸਾਈਡ 'ਤੇ ਆਉਣਾ ਪਏਗਾ ਕਿ ਅਸੀਂ ਬੱਚਿਆਂ ਨੂੰ ਕਾਬਿਲ ਬਣਾਉਣ, ਭਾਵੇਂ ਤੁਸੀਂ 5 ਲੱਖ ਜੇ ਬੈਂਕ ਦੇ ਵਿੱਚ ਛੱਡ ਜਾਓ, ਭਾਵੇਂ ਤੁਸੀਂ 5 ਮਿਲੀਅਨ ਛੱਡ ਜਾਓ, ਜੇ ਬੱਚਾ ਕਾਬਿਲ ਹੈਗਾ ਤਾਂ ਉਹਨੇ 5 ਲੱਖ ਦੇ 5 ਮਿਲੀਅਨ ਬਣਾ ਲੈਣੇ ਆ, ਅਤੇ ਜੇ ਉਹ ਨਹੀਂ ਕਾਬਿਲ ਹੈਗਾ ਤਾਂ ਉਹ 5 ਮਿਲੀਅਨ ਦੇ 5,000 ਹੋ ਜਾਣੇ ਆ। ਸੋ ਹੀਅਰ ਇਨ ਕੈਨੇਡਾ ਦੈਟ ਸ਼ੁੱਡ ਬੀ ਦਾ ਫੋਕਸ, ਦੈਟ ਹਾਊ ਮੱਚ ਟਾਈਮ ਵੀ ਗਿਵ ਟੂ ਆਰ ਚਿਲਡਰਨ, ਉਹਨਾਂ ਨਾਲ ਅਸੀਂ ਇਨਵੋਲਵ ਕਿੰਨੇ ਹੈਗੇ ਹਾਂ। ਪੇਰੈਂਟ ਟੀਚਰ ਮੀਟਿੰਗਸ ਹੁੰਦੀਆਂ ਹੈਗੀਆਂ ਨੇ, ਯੂ ਮਸਟ ਗੋ ਓਵਰ ਦੇਅਰ, ਪੇਰੈਂਟ ਕਾਊਂਸਲ ਮੀਟਿੰਗਸ ਹੁੰਦੀਆਂ ਨੇ ਸਕੂਲਾਂ ਦੇ ਵਿੱਚ, ਅਸੀਂ ਕਿੰਨੇ ਇਨਵੋਲਵ ਹੈਗੇ ਹਾਂ, ਸਾਡੇ ਜਿਹੜਾ ਬੱਚਾ ਹੈਗਾ ਉਹਦੇ ਡਿਫਰੈਂਟ ਡਿਫਰੈਂਟ ਜਿਹੜੇ ਟੀਚਰਸ ਹੈਗੇ ਨੇ ਉਹਨਾਂ ਦੇ ਨਾਮ ਕੀ ਹੈਗੇ ਨੇ, ਉਹਦੇ ਫਰੈਂਡਸ ਦੇ ਨਾਮ ਕੀ ਹੈਗੇ ਨੇ, ਪ੍ਰਿੰਸੀਪਲ ਦੇ ਨਾਮ ਕੀ ਹੈਗੇ ਨੇ, ਕੀ ਤੁਹਾਡਾ ਪ੍ਰਿੰਸੀਪਲ ਤੁਹਾਨੂੰ ਜਾਣਦਾ ਕਿ ਤੁਸੀਂ ਫਲਾਣੇ ਬੱਚੇ ਦੇ ਮੋਮ ਡੈਡ ਹੈਗੇ ਹੋ। ਸੋ ਦੋਜ਼ ਆਰ ਦਾ ਥਿੰਗਸ ਦੈਟ ਰੀਅਲੀ ਪਲੇਜ਼ ਐਨ ਇੰਪੋਰਟੈਂਟ ਰੋਲ। ਇਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਆਪਾਂ ਨੂੰ ਉਹਦੇ ਮੀਟਿੰਗਾਂ ਦੇ ਵਿੱਚ ਜਾਣਾ ਚਾਹੀਦਾ, ਕਿਉਂਕਿ ਜਦੋਂ ਆਪਣੇ ਬੱਚੇ ਸਕੂਲੇ ਪੜ੍ਹਦੇ ਆ, ਜਦੋਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ, ਅਸੀਂ ਆਪਣੇ ਬੱਚਿਆਂ ਨਾਲ ਜਾਂਦੇ ਹਾਂ ਸਕੂਲ, ਉਹ ਸਾਨੂੰ ਦੱਸਦੇ ਆ ਵੀ ਤੁਹਾਡਾ ਬੱਚਾ ਕੀ ਕਰਦਾ, ਕੀ ਤੁਸੀਂ ਇਹਦੀ ਇੰਪਰੂਵਮੈਂਟ ਕਰ ਸਕਦੇ ਹਾਂ, ਇਹ ਬਹੁਤ ਵਧੀਆ ਤੁਹਾਡੇ ਲਈ, ਤੁਹਾਨੂੰ ਬੱਚੇ ਨੂੰ ਮੋਨੀਟਰ ਕਰਨ ਲਈ ਹੋ ਜਾਂਦਾ। ਪਰ ਆਪਣੇ ਪੇਰੈਂਟਸ ਜਾਂਦੇ ਨੇਗੇ, ਹੁਣ ਪੇਰੈਂਟਸ ਸੋਚਣ ਲੱਗੇ ਵੀ ਸਾਨੂੰ ਜ਼ਰੂਰ ਜਾਣਾ ਚਾਹੀਦਾ, ਇਸੇ ਕਰਕੇ ਹੁਣ ਜਦੋਂ ਇੱਥੇ ਆਪਾਂ ਕੈਨੇਡਾ ਦੇ ਵਿੱਚ ਆਏ ਹਾਂ, ਜਿਹੜੇ ਆਪਣੇ ਜੰਗ ਹੁਣ ਜਿਹੜੇ ਬੱਚੇ ਮਾਂ ਬਾਪ ਬਣਦੇ ਆ, ਉਹ ਬਹੁਤ ਇਹਦੇ ਲਈ ਬਹੁਤ ਇਹਦੇ ਲਈ ਉਤਸੁਕ ਆ ਵੀ ਸਾਨੂੰ ਜਾਣਾ ਚਾਹੀਦਾ। ਉਹ ਆਪਣਾ ਐਕਸਪੀਰੀਅੰਸ ਦੱਸਦੇ ਹੈਗੇ ਨੇ ਕਿ ਅਸੀਂ ਇਹ ਚੀਜ਼ਾਂ ਮਿਸ ਕੀਤੀਆਂ ਨੇ, ਸਾਡੇ ਪੇਰੈਂਟਸ ਉੱਥੇ ਨਹੀਂ ਸੀਗੇ, ਅਤੇ ਇਸ ਕਰਕੇ ਜਿਹੜੀਆਂ ਉਹਨਾਂ ਨੇ ਆਪਾਂ ਕਹੀਏ ਕਿ ਸ਼ਰਾਰਤਾਂ ਵੀ ਕੀਤੀਆਂ ਹੁੰਦੀਆਂ ਨੇ, ਦੇ ਕੈਨ ਪੁੱਟ ਅ ਵਾਚ ਔਨ ਦੈਟ ਟੂ ਬਿਕਾਜ਼ ਦਿਸ ਇਜ਼ ਵਟ ਦੇ ਡਿਡ ਐਂਡ ਵਾਈ ਦੇ ਡਿਡ ਦੈਟ। ਸੋ ਉਹ ਚੀਜ਼ ਆ ਜਾਂਦੀ ਹੈਗੀ ਐਂਡ ਇਟ ਇਜ਼ ਰੀਅਲੀ ਇੰਪੋਰਟੈਂਟ। ਜਿੱਦਾਂ ਹੁਣ ਤੁਸੀਂ ਸਕੂਲ ਟਰਸਟੀ ਲਈ ਆਪਣੇ ਆਪ ਨੂੰ ਪੇਸ਼ ਕੀਤਾ ਰਹੇ, ਹਾਂਜੀ, ਇਹਦੇ ਵਿੱਚ ਕੋਈ ਇਹਦੀ ਸੈਲਰੀ ਵਗੈਰਾ ਵੀ ਹੁੰਦੀ ਹੈ? ਇਹਦੇ ਵਿੱਚ ਆਨਰੇਰੀਅਮ ਮਿਲਦਾ ਹੈਗਾ, ਵਿਚ ਇਜ਼ ਅਬਾਊਟ ਇਨ ਬਿਟਵੀਨ ਸਮਵੇਅਰ ਫਰੋਮ 24,000 to 26,000 ਐਂਡ ਦੈਟਸ ਪ੍ਰੀਟੀ ਮੱਚ। ਪਰ ਇਹ ਇਹ ਜਿਹੜੀ ਇਹ ਜਿਹੜੀ ਜੋਬ ਲਈ ਤੁਸੀਂ ਕੀਤਾ, ਇਹ ਮੋਸਟਲੀ ਤਾਂ ਹੈਗੀ ਸੇਵਾ ਭਾਵਨਾ ਵਾਲੀ, ਇਹ ਵਾਲੰਟੀਅਰ। ਜੇ ਤੁਸੀਂ ਅਜੇ ਕਹੋ ਵੀ ਮੈਂ ਇਹਦੇ ਨਾਲ ਆਪਣਾ ਗੁਜ਼ਾਰਾ ਨਹੀਂ ਕਰ ਸਕਦੇ, ਇਹਦੇ ਲਈ ਤੁਸੀਂ ਵਾਕਿਆ ਹੀ ਸੈਟਿਸਫਾਈ ਹੋ 100% ਵਾਕਿਆ ਮੈਂ ਇਹ ਜਿਹੜੀ ਸੇਵਾ ਕਰਨੀ ਚਾਹੁੰਦੀ ਹਾਂ? ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੈਗਾ ਕਿ ਮੈਂ ਇੰਡੀਆ ਦੇ ਵਿੱਚ ਜਾ ਕੇ ਵੀ ਕੈਂਪ ਲਾਉਂਦੀ ਹਾਂ, 1 ਮਹੀਨੇ ਲਈ ਅਸੀਂ ਇੰਡੀਆ ਜਾਂਦੇ ਹਾਂ ਜਾਂ 15 ਦਿਨਾਂ ਲਈ ਮੈਂ ਇੰਡੀਆ ਜਾਂਦੀ ਹਾਂ, ਮੈਨੂੰ ਉੱਥੋਂ ਕੋਈ ਬਿਜ਼ਨਸ ਨਹੀਂ ਆਉਂਦਾ, ਮੈਨੂੰ ਉੱਥੋਂ ਕੋਈ ਪੈਸੇ ਨਹੀਂ ਮਿਲਦੇ, ਬਟ ਦਿਸ ਇਜ਼ ਮੇਰੀ ਸੇਵਾ ਭਾਵਨਾ ਹੈਗੀ ਹੈ ਕਿ ਆਈ ਕੈਨ
any which way I can give back to the community. Big brother, big sister ਦੇ ਨਾਲ ਮੈਂ ਰਿਫਿਊਜੀਸ ਦੇ ਲਈ ਜਿਹੜੇ ਕੈਂਪਸ ਲਗਾਏ ਸੀਗੇ ਵੱਖ ਵੱਖ ਸਕੂਲਾਂ ਦੇ ਵਿੱਚ ਜਾ ਕੇ, ਕੋਲਗੇਟ ਦੇ ਨਾਲ ਮੈਂ ਕਿੰਨੇ ਸਕੂਲਾਂ ਦੇ ਵਿੱਚ ਪ੍ਰੈਜੈਂਟੇਸ਼ਨਾਂ ਕਰ ਚੁੱਕੀ ਹਾਂ. ਇੱਕ 3 ਸਾਲ ਮੈਂ ਟੀ ਵੀ ਸ਼ੋਅ ਕਰਦੀ ਰਹੀ ਹਾਂ ਹੈਲਥ ਟਾਕ ਵਿਦ ਬਲਬੀਰ, ਆਲ ਟਾਕਿੰਗ ਅਬਾਊਟ ਜਿਹੜੇ ਸਾਡੇ ਹੈਲਥ ਦੇ ਵਿੱਚ ਮਿਥਸ ਹੈਗੇ ਨੇ ਉਹਨਾਂ ਨੂੰ ਜੇ ਅਸੀਂ ਘਟਾ ਸਕੀਏ. ਦੈਨ ਡੂਇੰਗ ਦ ਪ੍ਰੈਜੈਂਟੇਸ਼ਨਸ ਇਨ ਲੌਂਗ ਟਰਮ ਕੇਅਰਸ ਹੋਸਪਿਟਲਸ, ਆਲ ਫਰੀ. ਜਿੰਨੇ ਮੇਰੇ ਇਵੈਂਟਸ ਹੈਗੇ ਨੇ, ਲੈਟਸ ਵਾਕ ਹੈਲਥ ਮੈਂ ਇਵੈਂਟ ਕੀਤਾ ਸੀਗਾ, ਜਾਂ ਅਸੀਂ ਯੂਜ਼ਡ ਟੋਇਸ ਸੇਲ ਲਾਉਂਦੇ ਹੈਗੇ ਹਾਂ ਕਿ ਅਸੀਂ ਬੱਚਿਆਂ ਨੂੰ ਇੰਗੇਜ ਕਰ ਸਕੀਏ ਇੱਦਾਂ ਦੀਆਂ ਐਕਟੀਵਿਟੀਜ਼ ਦੇ ਵਿੱਚ, ਪਲੱਸ ਇਨਵਾਇਰਮੈਂਟ ਦੀ ਅਸੀਂ ਗੱਲ ਕਰਦੇ ਹਾਂ ਕਿ ਉਹਨੂੰ ਅਸੀਂ ਕਿਸੇ ਤਰ੍ਹਾਂ ਨਾਲ ਪ੍ਰੋਟੈਕਟ ਕਰ ਸਕੀਏ. ਸੋ ਇਟ ਆਲ ਕਮਸ ਫਰੋਮ ਅ ਪੈਸ਼ਨ ਟੂ ਗਿਵ ਬੈਕ ਟੂ ਦ ਕਮਿਊਨਿਟੀ. ਸੋ ਇਹਦੇ 'ਚ ਤਾਂ ਫਿਰ ਵੀ 25,000 ਮਿਲ ਰਹੇ ਹੈਗੇ ਨੇ. ਨਹੀਂ ਨਹੀਂ, ਪਰ ਉਹ ਜਿੱਦਾਂ ਤੁਸੀਂ ਇੱਥੇ ਤੁਸੀਂ ਗੁਜ਼ਾਰੇ ਕਰਨੇ, ਉਹਦੇ ਲਈ 25,000 ਕੁਛ ਨਹੀਂ, ਕਿਉਂਕਿ ਜਦੋਂ ਤੁਸੀਂ, ਸੋ ਆਈ ਵਿਲ ਬੀ ਡੂਇੰਗ ਦਿਸ ਵਿਦ ਮਾਈ ਪਾਰਟ ਟਾਈਮ ਐਜ਼ ਅ ਬਿਜ਼ਨਸ, ਦੈਟਸ ਵਟ ਆਈ ਵਾਜ਼ ਡੂਇੰਗ ਇਟ ਫਰੋਮ ਬਿਫੋਰ ਟੂ. ਪਹਿਲਾਂ ਵੀ ਜਿਹੜਾ ਮੈਂ ਕੰਮ ਕਰ ਰਹੀ ਹੈਗੀ ਹਾਂ ਉਹ ਮੇਰਾ ਕੰਮ ਪਾਰਟ ਟਾਈਮ ਹੈ, ਅਤੇ ਪਾਰਟ ਟਾਈਮ ਮੈਂ ਵਾਲੰਟੀਅਰ ਕੰਮ ਕਰਦੀ ਹਾਂ ਜਿੰਨੀਆਂ ਵੀ ਮੇਰੀਆਂ ਜਿਹੜੀਆਂ ਕਮਿਊਨਿਟੀ ਇੰਗੇਜਮੈਂਟਸ ਹੈਗੀਆਂ ਨੇ. ਸੋ ਈਵਨ ਐਜ਼ ਅ ਬੋਰਡ ਆਫ ਡਾਇਰੈਕਟਰ, ਤਿੰਨੋਂ ਔਰਗਨਾਈਜੇਸ਼ਨਾਂ ਤੋਂ ਸਾਨੂੰ ਕੋਈ ਪੇ ਨਹੀਂ ਮਿਲਦੀ ਹੈਗੀ, ਬਟ ਵੀ ਪੁੱਟ ਐਟਲੀਸਟ ਲਿਟਰਲੀ ਸਮਟਾਈਮਸ 8 hours ਅ ਵੀਕ. ਸੋ ਉਹ ਸਾਰਾ ਕੁਛ ਉਹ ਤਾਂ ਹੀ ਹੋ ਸਕਦਾ ਇਫ ਇਨ ਰੀਅਲ ਮੀਨਸ ਯੂ ਵਾਂਟ ਟੂ ਗਿਵ ਬੈਕ. ਪਰ ਇੱਦਾਂ ਜਿੱਦਾਂ ਜਦ ਤੱਕ ਹੁਣ ਤੱਕ ਜਿੱਥੋਂ ਅਸੀਂ ਬਲਬੀਰ ਜੀ ਨੂੰ ਦੇਖਿਆ, ਉਹ ਤੱਕ ਤਾਂ ਹੁਣ ਤੱਕ ਤਾਂ ਅਸੀਂ ਇਹ ਦੇਖਿਆ ਵੀ ਇਹ ਕੁੜੀ ਅਗਰੈਸਿਵ ਆ, ਕੰਮ ਕਰਨਾ ਚਾਹੁੰਦੀ ਆ, ਰਾਈਟ? ਅਤੇ ਜਦੋਂ ਤੁਸੀਂ, ਕਿਉਂਕਿ ਇਹ ਜਿੰਨੇ ਵੀ ਆਪਣੇ ਕੈਨੇਡੀਅਨ ਨੇ ਨਾ, ਜਦੋਂ ਇਹਨਾਂ ਨੇ ਮਾਸਟਰ, ਅਸੀਂ ਹਮੇਸ਼ਾ ਇੱਥੇ ਸਾਂਝਾ ਪੰਜਾਬ ਤੋਂ ਆਲ ਵਿੱਚ ਕਹਿੰਦੇ ਹਾਂ ਵੀ ਜਿਹੜੀ ਤੁਸੀਂ ਵੋਟ ਦਾ ਹੱਕ ਹੈ ਉਹ ਜ਼ਰੂਰ ਕਰੋ, ਕਿਉਂਕਿ ਨਾ ਅਸੀਂ ਵੋਟ ਪਾਉਣ ਜਾਂਦੇ ਹਾਂ, ਨਾ ਅਸੀਂ ਸਕੂਲਾਂ ਦੇ ਵਿੱਚ ਆਪਣੇ ਪੇਰੈਂਟ ਟੀਚਰ ਮੀਟਿੰਗ ਦੇ ਵਿੱਚ ਜਾਂਦੇ ਹਾਂ, ਨਾ ਅਸੀਂ ਕੋਈ ਜਿਹੜੇ ਉਹਦੇ ਵੀ ਘੱਟ ਕਰਦੇ ਹਾਂ, ਜਿਹੜੇ ਪਬਲਿਕ ਕੰਮ ਹੁੰਦੇ ਸਾਂਝੇ ਤੌਰ 'ਤੇ ਉਹ ਵੀ ਘੱਟ ਕਰਦੇ ਹਾਂ, ਫਿਰ ਅਸੀਂ ਸੋਚਦੇ ਹੁੰਦੇ ਵੀ ਜਿਹੜਾ ਜਿਹੜਾ ਸਿਸਟਮ ਸਾਰਾ ਵਧੀਆ ਚੱਲੇ, ਸਿਸਟਮ ਤਾਂ ਵਧੀਆ ਚੱਲੂ ਜਦੋਂ ਅਸੀਂ ਆਪਣੀ ਕੋਈ ਨਾ ਕੋਈ ਇਨਪੁੱਟ ਪਾਵਾਂਗੇ, ਰਾਈਟ? ਤੁਸੀਂ ਹੁਣ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਮੋਹਰੇ ਲੈ ਕੇ ਆਉਂਦਾ, ਰਾਈਟ? ਅਤੇ ਹੁਣ ਜਿਹੜੇ ਤੁਹਾਡਾ ਇਹ ਵਾਰਡ ਆ, ਉਹਦੇ ਵਿੱਚ ਕਿੰਨੇ ਉਮੀਦਵਾਰ ਹੈ ਜਿਹੜੇ ਸਕੂਲ ਟਰੱਸਟੀ ਦੇ ਲਈ? ਵੀ ਆਰ ਟੋਟਲ 12. So 12 ਮੈਂ ਕਹਾਂਗੀ ਕੈਂਡੀਡੇਟਸ ਹੈਗੇ ਨੇ, ਐਂਡ ਆਈ ਵਾਜ਼ ਦ ਫਸਟ ਵਨ ਟੂ ਅਨਾਊਂਸ, ਐਂਡ ਆਈ ਵਾਜ਼ ਦ ਫਸਟ ਵਨ ਟੂ ਫਾਇਲ ਆਫੀਸ਼ੀਅਲ ਪੇਪਰਸ ਇਨ ਦ ਸਿਟੀ ਟੂ. ਪਰ ਮੈਂ ਜ਼ਰੂਰ ਕਹਾਂਗੀ ਆਪਣੇ ਵੋਟਰਸ ਨੂੰ ਕਿ ਪਲੀਜ਼ ਲੁੱਕ ਐਟ ਦ ਕ੍ਰੈਡੈਂਸ਼ਲਸ, ਦਿਸ ਇਜ਼ ਮਾਈ ਫਲਾਇਰ ਐਕਚੁਲੀ, ਐਂਡ ਆਈ ਹੈਵ ਲਿਸਟਡ ਫਿਊ ਆਫ ਦੈਮ ਇਨ ਹੇਅਰ. ਮੇਰੀਆਂ ਜਿਹੜੀਆਂ ਅਚੀਵਮੈਂਟਸ ਹੈਗੀਆਂ ਨੇ ਮੈਂ ਇੱਥੇ ਲਿਖੀਆਂ ਹੈਗੀਆਂ ਨੇ. ਸੋ ਆਈ ਰੀਅਲੀ ਇਨਕਰੇਜ ਐਵਰੀ ਵੋਟਰ ਟੂ ਵੋਟ, ਐਂਡ ਐਟ ਦ ਸੇਮ ਟਾਈਮ ਡੂ ਯੋਰ ਹੋਮਵਰਕ, ਇਨਵੋਲਵ ਯੋਰ ਚਿਲਡਰਨ. ਆਪਣੇ ਬੱਚਿਆਂ ਨੂੰ ਕਹੋ ਕਿ ਇਹ 12 ਕੈਂਡੀਡੇਟਸ ਹੈਗੇ ਨੇ, ਇਹਨਾਂ 12 ਦੇ 12 ਦੇ ਉੱਤੇ ਤੁਸੀਂ ਜੀ ਇਹਨਾਂ ਦੀ ਵੈਬਸਾਈਟ 'ਤੇ ਜਾਓ, ਇਹਨਾਂ ਦੇ ਸੋਸ਼ਲ ਮੀਡੀਆ 'ਤੇ ਜਾਓ, ਐਂਡ ਸੀ ਇਫ ਦੇ ਆਰ ਰੀਅਲੀ ਗਿਵਿੰਗ ਬੈਕ ਟੂ ਦ ਕਮਿਊਨਿਟੀ. ਅਗਰ ਤੁਸੀਂ ਆਲ ਆਫ ਅ ਸਡਨ ਇੱਕ ਦਿਨ ਉੱਠ ਕੇ ਡਿਸਾਈਡ ਕਰ ਰਹੇ ਹੋਗੇ ਹਾਂ ਕਿ ਆਈ ਵਾਂਟ ਟੂ ਰਨ ਫੋਰ ਵਟ ਐਵਰ ਦ ਪੋਜੀਸ਼ਨ, ਐਂਡ ਯੂ ਹੈਵ ਨੈਵਰ ਡਨ ਐਨੀਥਿੰਗ ਇਨ ਦ ਕਮਿਊਨਿਟੀ, ਯੂ ਡੋਂਟ ਨੋ ਵਟ ਕਮਿਊਨਿਟੀ ਵਰਕ ਮੀਨਸ, ਦੈਨ ਆਈ ਡੋਂਟ ਥਿੰਕ ਕਿ ਜਿਹੜੀ ਪਬਲਿਕ ਲਾਈਫ ਦੇ ਵਿੱਚ ਫਿਰ ਤੁਹਾਨੂੰ ਹੋਣਾ ਚਾਹੀਦਾ ਹੈਗਾ. ਬਿਕੋਜ਼ ਆਪਣੇ ਕੰਮ ਤੋਂ ਬਾਹਰ ਹੋ ਕੇ, ਆਪਣੇ ਜਿਹੜਾ ਪ੍ਰੋਫੈਸ਼ਨ ਹੈ ਅਗਰ ਤੁਸੀਂ ਉਹਦੇ ਤੋਂ ਬਾਹਰ ਹੋ ਕੇ ਵਿਦਾਊਟ ਪੇ ਵਾਲੰਟੀਅਰ ਕਰਦੇ ਹੈਗੇ ਹੋ, ਕੋਈ ਕਿਸੇ ਇਹੋ ਜਿਹੇ ਮੁੱਦਿਆਂ ਦੇ ਉੱਤੇ ਤੁਸੀਂ ਆਵਾਜ਼ ਉਠਾਈ ਹੈ, ਕੋਈ ਸੇਧ ਦੇਣਾ ਚਾਹੁੰਦੇ ਹੈਗੇ ਹੋ ਆਪਣੇ ਫਰੀ ਟਾਈਮ ਦੇ ਵਿੱਚ, ਅਤੇ ਤੁਸੀਂ ਉੱਦਾਂ ਦੇ ਕੰਮ ਕੀਤੇ ਹੈਗੇ ਨੇ, ਦੈਨ ਯੂ ਡਿਜ਼ਰਵ, ਆਈ ਸੇ ਦੈਨ ਯੂ ਡਿਜ਼ਰਵ, ਬਟ ਪਲੀਜ਼ ਡੂ ਯੋਰ ਹੋਮਵਰਕ. ਮੈਂ ਇਹ ਕਹਾਂਗੀ ਕਿ ਆਈ ਐਮ ਗੈਟਿੰਗ ਅਨਦਰ ਅਵਾਰਡ ਇਨ ਪ੍ਰਿੰਸ ਐਡਵਰਡ ਇਨ ਅਕਟੂਬਰ ਬਾਈ ਕੈਨੇਡੀਅਨ ਡੈਂਟਲ ਹਾਈਜੀਨ ਐਸੋਸੀਏਸ਼ਨ, ਐਂਡ ਆਮ ਦ ਫਸਟ ਏਸ਼ੀਅਨ ਟੂ ਗੈਟ ਦੈਟ. ਸੋ ਇਫ ਯੂ ਆਰ ਨਾਟ ਗਿਵਿੰਗ ਬੈਕ ਔਰ ਇਫ ਯੂ ਆਰ ਨਾਟ ਡੂਇੰਗ ਐਨੀਥਿੰਗ ਰਾਈਟ, ਦੈਨ ਯੂ ਡੋਂਟ ਗੈਟ ਦੋਸ ਟਾਈਪ ਆਫ ਯੂ ਨੋ ਦੀ. ਜਿੰਨੇ ਤੱਕ ਮੈਂ ਉੱਥੇ ਤੁਸੀਂ ਇੱਥੇ ਲਿਖੇ ਹੋਏ ਨੇ, ਜਿੰਨੇ ਤੱਕ ਹੁਣ ਤੁਹਾਨੂੰ ਅਵਾਰਡ ਮਿਲ ਸਕਦੇ ਆ ਕਮਿਊਨਿਟੀ ਦੇ ਵਿੱਚ ਮਿਲੇ ਨੇ, ਜਾਂ ਜਿਹੜਾ ਤੁਸੀਂ ਹੁਣ ਦੱਸ ਰਹੇ ਹੋ ਅਕਤੂਬਰ ਦੇ ਵਿੱਚ ਮਿਲਣਾ, ਰਾਈਟ? ਹਾਂਜੀ. ਸੋ ਉਹਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ. ਥੈਂਕ ਯੂ. ਕਿਉਂਕਿ ਜੇ ਤੁਸੀਂ ਵਧੀਆ ਕੰਮ ਕਰੋਗੇ ਤਾਂ ਤੁਹਾਨੂੰ ਹਰੇਕ ਸਲਾਹਨਾਲਾ ਮਿਲਦਾ. ਪਰ ਇਦੋਂ ਤੱਕ ਵੀ ਜਦੋਂ ਤੱਕ ਇਹ ਹੁੰਦਾ ਵੀ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਕੋਈ ਸਲਾਹਨਾਲਾ ਕੋਈ ਨਾ ਮਿਲੇ ਤਾਂ ਬੰਦਾ ਮਹਿਸੂਸ ਵੀ ਕਰਦਾ, ਤਾਂ ਤੁਹਾਡਾ ਜੇ ਤੁਹਾਨੂੰ ਅਵਾਰਡ ਮਿਲਦੇ ਤੁਸੀਂ ਹੋਰ ਕੰਮ ਕਰ ਦਿੰਦੇ. ਜਿੱਦਾਂ ਤੁਸੀਂ ਦੱਸਿਆ ਵੀ ਮੈਂ ਪਹਿਲਾਂ ਹੀ ਸਭ ਤੋਂ ਪਹਿਲਾਂ ਮੈਂ ਪੇਪਰ ਫਾਈਲ ਕੀਤੇ, ਸਭ ਤੋਂ ਪਹਿਲਾਂ ਮੈਂ ਅਨਾਊਂਸ ਕੀਤਾ, ਇਹਦਾ ਮਤਲਬ ਤੁਸੀਂ ਕਾਫੀ ਲੰਮੇ ਦੇ ਟਾਈਮ ਤੋਂ ਇਹਦੇ ਬਾਰੇ ਸੋਚਿਆ ਸੀ ਵੀ ਮੈਂ ਸਕੂਲ ਟਰੱਸਟੀ ਦੀ ਇਲੈਕਸ਼ਨ ਦੇ ਵਿੱਚ ਹਿੱਸਾ ਲਿਆ. ਜੀ, ਐਬਸੋਲੂਟਲੀ. ਆਈ ਵਾਜ਼ ਥਿੰਕਿੰਗ ਅਬਾਊਟ ਇਟ ਫਰੋਮ ਲਾਸਟ ਈਅਰ ਦਸੰਬਰ ਐਕਚੁਲੀ, ਐਂਡ ਦੈਨ ਆਈ ਕਨਫਰਮਡ ਇਟ. ਆਈ ਹੈਡ ਮਾਈ ਓਨ
experiences in the schools, and that's where I felt that there are some flaws ਜਿਹੜੇ ਹੈਗੇ ਨੇ ਤੇ ਮੈਨੂੰ ਹਮੇਸ਼ਾ ਲੱਗਦਾ ਸੀਗਾ ਕਿ ਇੱਥੇ ਇੱਕ ਰਾਈਟ ਵੌਇਸ ਚਾਹੀਦੀ ਹੈ ਪਿਛਲੇ ਅਰਸੇ ਦੇ ਵਿੱਚ ਮੈਂ ਕੁਛ ਕੁ ਮੀਟਿੰਗਸ ਕੀਤੀਆਂ ਸੀ ਕੁਛ ਕੁ ਟਾਕ ਸ਼ੋਅਜ਼ ਵੀ ਕਰਵਾਏ ਸੀ ਪੈਨਲ ਡਿਸਕਸ਼ਨਸ ਕਰਵਾਈਆਂ ਸੀ ਬੱਚਿਆਂ ਦੀਆਂ ਪੇਰੈਂਟਸ ਦੀਆਂ ਅਤੇ ਗ੍ਰੈਂਡ ਪੇਰੈਂਟਸ ਦੀਆਂ ਸੋ ਉਹਨਾਂ ਦੇ ਵਿੱਚ ਮੈਨੂੰ ਇੱਕ ਚੀਜ਼ ਲੱਗੀ ਸੀ ਕਿ ਕੋਈ ਇੱਦਾਂ ਦਾ ਕੈਂਡੀਡੇਟ ਚਾਹੀਦਾ ਹੈਗਾ ਜਿਹੜਾ ਸਾਡੇ ਜਿਹੜੇ ਪੇਰੈਂਟਸ ਨੇ ਸਾਡੇ ਇਮੀਗ੍ਰੈਂਟ ਪੇਰੈਂਟਸ ਨੇ ਸਪੈਸੀਫਿਕਲੀ ਉਹਨਾਂ ਦਾ ਬਾਰੇ ਵੀ ਜਿਹੜਾ ਬਹੁਤ ਚੰਗੀ ਤਰ੍ਹਾਂ ਜਾਣਦਾ ਹੋਵੇ ਜਿਹਨੇ ਆਪ ਲਿਵ ਕੀਤਾ ਹੋਵੇ ਕਿ ਕਿਸ ਤਰ੍ਹਾਂ ਇੱਥੇ ਆ ਕੇ ਦੋ ਐਂਡਸ ਨੂੰ ਮੀਟ ਕਰਨਾ ਕਿੰਨਾ ਔਖਾ ਹੈਗਾ ਅਤੇ ਨਾਲ ਦੀ ਨਾਲ ਤੁਸੀਂ ਬੱਚਿਆਂ ਨੂੰ ਸਕੂਲ ਭੇਜ ਰਹੇ ਹੈਗੇ ਹੋ ਅਤੇ ਫਿਰ ਉਹ ਜਿਹੜੇ ਬੱਚੇ ਨੇ ਜਿਹੜੇ ਇੱਥੋਂ ਦੇ ਬੱਚੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਸਾਡੇ ਪੇਰੈਂਟਸ ਸਾਨੂੰ ਟਾਈਮ ਨਹੀਂ ਦਿੰਦੇ ਹੈਗੇ ਉਹਨਾਂ ਨੂੰ ਵੀ ਕੋਈ ਇੰਨੀ ਚੰਗੀ ਤਰ੍ਹਾਂ ਕਲੋਜ਼ਲੀ ਅੰਡਰਸਟੈਂਡ ਕਰਦਾ ਹੋਵੇ ਅਤੇ ਨਾਲ ਫਿਰ ਉਹਨੂੰ ਔਰਗਨਾਈਜੇਸ਼ਨਾਂ ਕਿਸ ਤਰ੍ਹਾਂ ਕੰਮ ਕਰਦੀਆਂ ਨੇ ਉਹ ਵੀ ਐਕਸਪੀਰੀਅੰਸ ਹੋਵੇ ਸੋ ਵੀ ਵਰ ਲੁਕਿੰਗ ਫੋਰ ਇਟ ਵਿਦ ਇਨ ਆਰ ਫਰੈਂਡ ਸਰਕਲਸ ਐਂਡ I got the suggestion ki if I can do that and that's where I'm coming in so hun tak tusi saadi jehdi mulaqat balbir sohi ji jehde candidate ne school trustee public school trustee board to ward number 9 te 10 to brampton to so assi hun saada ek break da time hoya ek break to baad phir inna de jehde agle bare da agle segment de vich inna nal gall karde ha pe hun itthe diyan jehdiyan ki ki mushkilan ne bachiyan diyan oh break to baad so bas saryan da Sky Flight Travel Center ਨੇ ਲਾਤੀ ਟਿਕਟਾਂ ਤੇ ਭਾਰੀ ਸੇਲ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਜਾਣ ਲਈ ਸਭ ਤੋਂ ਸਸਤੀ ਟਿਕਟਾਂ ਲਿਮਿਟਿਡ ਸੀਟਾਂ ਹੈਗੀਆਂ ਜੀ ਛੇਤੀ ਗੇੜਾ ਮਾਰੋ ਹੋਰ ਖੱਟ ਲਓ ਸ਼ਾਪਰਸ ਵਰਲਡ ਬ੍ਰੈਂਪਟਨ ਵਿਖੇ ਸਕਾਈ ਫਲਾਈਟ ਟਰੈਵਲ ਸੈਂਟਰ 905-459-5588 ਆਪਣੇ ਘਰ ਜਾਂ ਬਿਜ਼ਨਸ ਨੂੰ ਪੇਂਟ ਕਰਾਉਣਾ ਹੈ ਤਾਂ ਇੱਕੋ ਹੀ ਨਾਮ ਯਾਦ ਰੱਖੋ ਸਟਾਰ ਲੇਨ ਪੇਂਟਿੰਗ ਜਿਨ੍ਹਾਂ ਦਾ ਕਿ ਪਿਛਲੇ 15 ਸਾਲਾਂ ਦਾ ਤਜਰਬਾ ਹੈ ਇਹ ਤੁਹਾਡੇ ਘਰ ਦੇ ਵਿੱਚ ਬਿਲਕੁਲ ਮਿਸ ਨਹੀਂ ਪਾਉਂਦੇ ਸਮਾਨ ਮੂਵ ਕਰਕੇ ਫਿਰ ਦੁਬਾਰਾ ਸਮਾਨ ਟਿਕਾ ਕੇ ਜਾਂਦੇ ਨੇ ਕਾਲ ਕਰੋ 416-230-4000 ਸਟਾਰ ਲੇਨ ਪੇਂਟ ਫਿਟ ਰਹਿਣ ਲਈ ਜ਼ਰੂਰਤ ਹੈ ਇਨਫਿਨਿਟੀ ਹੈਲਥ ਐਂਡ ਵੈਲਨੈਸ ਸੈਂਟਰ ਨੂੰ ਮਿਲਣ ਦੀ ਜੀ ਹਾਂ ਜਿੱਥੋਂ ਤੁਹਾਨੂੰ ਇੱਕੋ ਹੀ ਛੱਤ ਦੇ ਥੱਲੇ ਬਹੁਤ ਸਾਰੀਆਂ ਸੇਵਾਵਾਂ ਮਿਲਦੀਆਂ ਹਨ ਜਿਵੇਂ ਕਿ ਐਕੂਪੈਂਚਰ ਰੇਕੀ ਟ੍ਰੀਟਮੈਂਟ ਔਰਥੋਟਿਕਸ ਕੰਪਰੈਸ਼ਨ ਸਟਾਕਿੰਗਸ ਤੇ ਹੋਰ ਵੀ ਬਹੁਤ ਸਾਰੇ ਖਾਸ ਤਰ੍ਹਾਂ ਦੇ ਟ੍ਰੀਟਮੈਂਟਸ ਅੱਜ ਹੀ ਤੁਸੀਂ ਮਿਲੋ ਤੁਹਾਡੀ ਭਾਸ਼ਾ ਬੋਲਣ ਵਾਲੇ ਉੱਥੇ ਮੌਜੂਦ ਹਨ ਜੇ ਤੁਹਾਡੇ ਕੋਲ ਬੈਨੀਫਿਟਸ ਨਹੀਂ ਹਨ ਤਾਂ ਤੁਹਾਨੂੰ ਦਿੱਤਾ ਜਾਂਦਾ ਹੈ ਖਾਸ ਡਿਸਕਾਊਂਟ ਅੱਜ ਹੀ ਮਿਲੋ ਪੈਮ ਰਹਿਸੀ ਨੂੰ ਰਜਿਸਟਰਡ ਮਸਾਜ ਥੈਰੇਪਿਸਟ ਨੰਬਰ ਟੂ ਕਾਲ 647-992-9833 647-992-9833 60 Maritime Ontario Boulevard Unit Number 38 Brampton Infinity Health and Wellness Center Mortgage de vadiya rate chahunde ho first second third mortgage di pal vich ho tohanu equity line of credit refinancing commercial mortgage ja business loan chahida lo phir naam aur number note kar lo bhai ji Munish Teji aho ji universal mortgage nal kam karde Munish Teji 416-317-3487 expert sala cheti banu kam call Munish Teji at 416-317-3487 today your job is done Munish Teji 416-317-3487 brokerage लाइसेंस 10039 हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए और जब तलाश हो ऐसे फर्नीचर की तो यहाँ ये स्टीवंस फर्नीचर एन अल्ट्रा मॉडर्न फर्नीचर डेस्टिनेशन इन GTA जहाँ आपको मिलेगा बिल्कुल सॉलिड फर्नीचर चाहे बेड सेट हो सोफा सेट या मैट्रेसेस एवरीथिंग ओनली एट स्टीवंस फर्नीचर सिंस 1992 अफोर्डेबल स्टाइलिश एंड क्वालिटी फर्नीचर विजिट इन स्टोर फॉर मच मोर 905-790-0560 Stevens Furniture ਅਵਲ ਤੁਹਾਨੂੰ ਟਰਕਿੰਗ ਵਿੱਚ ਨਵਾਂ ਕਰੀਅਰ ਜਾਂ ਬਿਜ਼ਨਸ ਸ਼ੁਰੂ ਕਰਨ ਵਿੱਚ ਹੈਲਪ ਕਰ ਸਕਦਾ ਹੈ ਟਰਕਿੰਗ ਇੰਡਸਟਰੀ ਵਿੱਚ ਹਰ ਇੱਕ ਚੀਜ਼ ਦਾ ਹੱਲ ਅਵਲ ਅਵਲ ਦਾ ਜ਼ਬਰਦਸਤ ਡਿਸਪੈਚ ਸਪੈਸ਼ਲਿਸਟ ਕੋਰਸ ਅਵਲ ਟਰਕਿੰਗ ਕੰਪਨੀਆਂ ਲਈ ਪਰਮਿਟ ਕੈਰੀਅਰ ਬੌਂਡਸ ਤੇ ਸਰਟੀਫਿਕੇਸ਼ਨਸ ਲੈ ਕੇ ਦਿੰਦੀ ਹੈ ਕੈਨੇਡਾ ਤੇ ਅਮਰੀਕਾ ਵਿਚਕਾਰ ਟਰਕਿੰਗ ਵਪਾਰ ਨੂੰ ਸੁਖਾਲਾ ਬਣਾਓ ਅਵਲ ਦੇ ਨਾਲ ਅਵਲ ਐਕਸਪ੍ਰੈਸ ਤੇ AFM ਸੌਫਟਵੇਅਰ ਟਰਕਿੰਗ ਆਪਰੇਸ਼ਨਸ ਲਈ ਡਰਾਈਵਰਸ ਤੇ ਡਿਸਪੈਚਰਸ ਲਈ ਅਵਲ ਦੀ ਮੋਬਾਈਲ ਐਪ ਅਵਲ ਟੇਕ ਦ ਫਾਸਟ ਲੇਨ ਕੀ ਤੁਸੀਂ ਵੀ ਆਪਣਾ ਪਾਰਕ ਟੌਲ ਲਈ ਸਭ ਕੁਝ ਟਰਾਈ ਕਰ ਚੁੱਕੇ ਹੋ ਫਿਰ ਕਿਉਂ ਨਹੀਂ ਟਰਾਈ ਕਰਦੇ ਅਮੇਜ਼ਿੰਗ ਐਂਡ ਹੈਲਦੀ ਵੇਟ ਲਾਸ ਪ੍ਰੋਡਕਟਸ ਬਾਈ ਬਲਬੀਰ ਲਹਿਲ ਖੁਦ ਤੇ ਆਜ਼ਮਾਇਆ 100% ਇਫੈਕਟਿਵ ਥੈਂਕਸ ਟੂ ਦਿਸ ਨੈਚੁਰਲ ਪ੍ਰੋਡਕਟ ਇਸ ਨੂੰ ਟਰਾਈ ਕਰਨ ਤੋਂ ਬਾਅਦ ਮੈਂ ਆਪਣਾ 100 ਪਾਉਂਡ ਭਾਰ ਹੀ ਨਹੀਂ ਘਟਾਇਆ ਆਪਣੇ ਭਾਰ ਨੂੰ ਲੰਬੇ ਸਮੇਂ ਤੋਂ ਮੇਨਟੇਨ ਵੀ ਕੀਤਾ ਹੋਇਆ ਨਾਓ ਆਈ ਫੀਲ ਮੋਰ ਫਿਟ ਐਂਡ ਹੈਪੀ
ਜੇ ਤੁਸੀਂ ਵੀ ਹੋ ਆਪਣੇ ਵੱਧ ਰਹੇ ਭਾਰ ਤੋਂ ਪਰੇਸ਼ਾਨ ਤਾਂ ਮਿਲੋ ਬਲਬੀਰ ਲਹਿਲ ਨੂੰ 416-602-7479 ਰੀਸ਼ੇਪ ਯੋਰ ਬਾਡੀ ਰੀਡਿਸਕਵਰ ਯੋਰ ਲਾਈਫ कार एक्सीडेंट हो गया तिलक के डिग पाए की करोगे WSIB मैटर्स क्रिमिनल केसेस ले सलाह कितों मिलू आओ दास दे हां किथे जावो कम्युनिटी दा जानिया पछानिया ना जौहर लॉ फर्म बैरिस्टर टीम राज और रीटा हैगे तुहाडी सेवा लई कानूनी मसलियां तो तुहाडे हका दी राखी कर दे जौहर लॉ फर्म हुन नवी होर वड्डी थां ते 10 कॉटरेल बुलेवार्ड यूनिट 203 ब्रैम्पटन एयरपोर्ट एंड कॉटरेल 905-799-0025 या jauharlawfirm.com जौहर लॉ फर्म कानून दे जोरी अगर तुसी घर कार कमर्शियल जां ट्रक दी इंश्योरेंस ज्यादा पे कर रहे हो तां हुण घबराउण दी लोड़ नहीं तुहाडा प्रीमियम सिर्फ एक कॉल नाल काफी घट सकदा है सस्ते रेट लैण लई हमेशा याद रखो मेरा नाम कुलजीत सिंह आ मैं तुहानूं घट तों घट रेट ते इंश्योरेंस लैके दे सकदी हां साडा तजरबेकार स्टाफ हमेशा तुहाडी सेवा च हाजिर है मुफ्त सलाह ते क्विक सर्विस लई मैनूं कॉल करो 416-587-2000 ਨਵਿਆਂ ਵਰਗਾ ਜੂ ਟਰੱਕ ਲੈਣਾ ਹੈ ਤਾਂ ਇੱਕੋ ਹੀ ਨਾਮ ਯਾਦ ਰੱਖੋ ਨਿਊ ਮਿਲੇਨੀਅਮ ਟਰੱਕ ਡੀਲਰ ਇਹਨਾਂ ਤੋਂ ਤੁਸੀਂ ਕੋਈ ਵੀ ਟਰੱਕ ਲੈਂਦੇ ਹੋ ਸਾਰੇ ਟਾਇਰ ਨਵੇਂ ਪਾ ਕੇ ਦਿੱਤੇ ਜਾਣਗੇ ਫ੍ਰੀ ਅਲਾਈਨਮੈਂਟ ਕਰਕੇ ਦਿੱਤੀ ਜਾਏਗੀ ਫਾਈਨੈਂਸ ਔਨ ਦਾ ਸਪਾਟ ਹੈ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੈ ਨੋ ਪ੍ਰੋਬਲਮ ਤਾਂ ਵੀ ਤੁਸੀਂ ਟਰੱਕ ਦੇ ਮਾਲਕ ਬਣ ਸਕਦੇ ਹੋ ਜਸਪਾਲ ਮਾਨ ਦਾ ਨੰਬਰ 416-819-5152 ਜਾਂ ਇੰਦਰਜੀਤ ਤੁੱਗਾ 905-452-0111 ਨਿਊ ਮਿਲੇਨੀਅਮ ਟਰੱਕ ਡੀਲਰ ਸੈਂਟਰ ਸਾਂਝਾ ਪੰਜਾਬ ਟੀਵੀ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਾਣੋ ਕੰਗ ਵੱਲੋਂ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਅਸੀਂ ਆਪਣੇ ਸਾਰੇ ਕਸਟਮਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿਹਾ ਕਿ ਪਿਛਲੇ ਹਫ਼ਤੇ ਰਾਣੋ ਬੁਟੀਕ ਦੇ ਉੱਤੇ ਸ਼ੋਪਿੰਗ ਕੀਤੀ ਮੈਂ ਆਪਣੀਆਂ ਭੈਣਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੀਆਂ ਭੈਣਾਂ ਹਲੇ ਤੱਕ ਰਾਣੋ ਬੁਟੀਕ ਦੇ ਉੱਤੇ ਨਹੀਂ ਆਈਆਂ ਇੱਕ ਚੱਕਰ ਤੁਸੀਂ ਜ਼ਰੂਰ ਰਾਣੋ ਬੁਟੀਕ ਦੇ ਉੱਤੇ ਲਗਾਓ ਅਤੇ ਆ ਕੇ ਸਾਡੇ ਸੂਟ ਸਾੜੀਆਂ ਅਤੇ ਜੂਲਰੀ ਦੀ ਕਲੈਕਸ਼ਨ ਨੂੰ ਜ਼ਰੂਰ ਦੇਖੋ ਜਿਸ ਤਰ੍ਹਾਂ ਤੁਸੀਂ ਟੀਵੀ ਦੇ ਵਿੱਚ ਦੇਖ ਹੀ ਰਹੇ ਹੋ ਕਿ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਜਿਸ ਤਰ੍ਹਾਂ ਕਿਸਾਨ ਸਿਲਕ ਥੀਮ ਖਾਬ ਬਨਾਰਸੀ ਸਿਲਕ ਜਿਸ ਤਰ੍ਹਾਂ ਵੀ ਤੁਹਾਨੂੰ ਮਰਜ਼ੀ ਹੈਵੀ ਸੂਟ ਚਾਹੀਦੇ ਹੋਣ ਜਾਂ ਹਲਕੀ ਕਢਾਈ ਦੇ ਸੂਟ ਚਾਹੀਦੇ ਤੁਸੀਂ ਆ ਸਕਦੇ ਹੋ ਰਾਣੋ ਬੁਟੀਕ ਦੇ ਉੱਤੇ Sky Flight Travel Center ne laati tikta te bhari se Bharat de kise bhi hisse vich jaan layi sab to sasti tikta limited seata hagiyan je cheti geda maro hor khatt lo Shoppers World Brampton vikhe Sky Flight Travel Center 905-459-5588 ਆਪਣੇ ਘਰ ਜਾਂ ਬਿਜ਼ਨਸ ਨੂੰ ਪੇਂਟ ਕਰਾਉਣਾ ਹੈ ਤਾਂ ਇੱਕੋ ਹੀ ਨਾਮ ਯਾਦ ਰੱਖੋ ਸਟਾਰ ਲੇਨ ਪੇਂਟਿੰਗ ਜਿਨ੍ਹਾਂ ਦਾ ਕਿ ਪਿਛਲੇ 15 ਸਾਲਾਂ ਦਾ ਤਜਰਬਾ ਹੈ ਇਹ ਤੁਹਾਡੇ ਘਰ ਦੇ ਵਿੱਚ ਬਿਲਕੁਲ ਮਿਸ ਨਹੀਂ ਪਾਉਂਦੇ ਸਮਾਨ ਮੂਵ ਕਰਕੇ ਫਿਰ ਦੁਬਾਰਾ ਸਮਾਨ ਟਿਕਾ ਕੇ ਜਾਂਦੇ ਨੇ ਕਾਲ ਕਰੋ 416-230-4000 ਸਟਾਰ ਲੇਨ ਪੇਂਟਿੰਗ ਫਿਟ ਰਹਿਣ ਲਈ ਜ਼ਰੂਰਤ ਹੈ ਇਨਫਿਨਿਟੀ ਹੈਲਥ ਐਂਡ ਵੈਲਨੈਸ ਸੈਂਟਰ ਨੂੰ ਮਿਲਣ ਦੀ ਜੀ ਹਾਂ ਜਿੱਥੋਂ ਤੁਹਾਨੂੰ ਇੱਕੋ ਹੀ ਛੱਤ ਦੇ ਥੱਲੇ ਬਹੁਤ ਸਾਰੀਆਂ ਸੇਵਾਵਾਂ ਮਿਲਦੀਆਂ ਹਨ ਜਿਵੇਂ ਕਿ ਐਕੂਪੈਂਚਰ ਰੇਕੀ ਟ੍ਰੀਟਮੈਂਟ ਔਰਥੋਟਿਕਸ ਕੰਪਰੈਸ਼ਨ ਸਟਾਕਿੰਗਸ ਤੇ ਹੋਰ ਵੀ ਬਹੁਤ ਸਾਰੇ ਖਾਸ ਤਰ੍ਹਾਂ ਦੇ ਟ੍ਰੀਟਮੈਂਟਸ ਅੱਜ ਹੀ ਤੁਸੀਂ ਮਿਲੋ ਤੁਹਾਡੀ ਭਾਸ਼ਾ ਬੋਲਣ ਵਾਲੇ ਉੱਥੇ ਮੌਜੂਦ ਹਨ ਜੇ ਤੁਹਾਡੇ ਕੋਲ ਬੈਨੀਫਿਟਸ ਨਹੀਂ ਹਨ ਤਾਂ ਤੁਹਾਨੂੰ ਦਿੱਤਾ ਜਾਂਦਾ ਹੈ ਖਾਸ ਡਿਸਕਾਊਂਟ ਅੱਜ ਹੀ ਮਿਲੋ ਪੈਮ ਰਹਿਸੀ ਨੂੰ ਰਜਿਸਟਰਡ ਮਸਾਜ ਥੈਰੇਪਿਸਟ ਨੰਬਰ ਟੂ ਕਾਲ 647-992-9833 647-992-9833 60 ਮੈਰੀਟਾਈਮ ਓਨਟੈਰੀਓ ਬੁਲੇਵਾਰਡ ਯੂਨਿਟ ਨੰਬਰ 38 ਬ੍ਰੈਮਟਨ ਇਨਫਿਨਿਟੀ ਹੈਲਥ ਐਂਡ ਵੈਲਨੈਸ ਸੈਂਟਰ Mortgage de vadiya rate chahunde ho first second third mortgage di pal vich ho tohanu equity line of credit refinancing commercial mortgage ja business loan chahida law phir naam aur number note kar lo bhai ji munish teji aho ji universal mortgage nal kaam karde munish teji 416-317-3487 expert sala cheti banu kaam call munish teji at 416-317-3487 today your job is done munish teji 416-317-3487 brokerage License 10039. हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए और जब तलाश हो ऐसे फर्नीचर की तो यहाँ ये स्टीवंस फर्नीचर एन अल्ट्रा मॉडर्न फर्नीचर डेस्टिनेशन इन GTA जहाँ आपको मिलेगा बिल्कुल सॉलिड फर्नीचर चाहे बेड सेट हो सोफा सेट या मैट्रेसेस एवरीथिंग ओनली एट स्टीवंस फर्नीचर सिंस 1992 अफोर्डेबल स्टाइलिश एंड क्वालिटी फर्नीचर विजिट इन स्टोर फॉर मच मोर 905-790-0560 Stevens Furniture ਅਵਲ ਤੁਹਾਨੂੰ ਟਰੱਕਿੰਗ ਵਿੱਚ ਨਵਾਂ ਕਰੀਅਰ ਜਾਂ ਬਿਜ਼ਨਸ ਸ਼ੁਰੂ ਕਰਨ ਵਿੱਚ ਹੈਲਪ ਕਰ ਸਕਦਾ ਹੈ ਟਰੱਕਿੰਗ ਇੰਡਸਟਰੀ ਵਿੱਚ ਹਰ ਇੱਕ ਚੀਜ਼ ਦਾ ਹੱਲ ਅਵਲ
ਅਵਲ ਦਾ ਜ਼ਬਰਦਸਤ ਡਿਸਪੈਚ ਸਪੈਸ਼ਲਿਸਟ ਕੋਰਸ ਅਵਲ ਟਰੱਕਿੰਗ ਕੰਪਨੀਆਂ ਲਈ ਪਰਮਿਟ ਕੈਰੀਅਰ ਬੌਂਡਸ ਤੇ ਸਰਟੀਫਿਕੇਸ਼ਨਸ ਲੈ ਕੇ ਦਿੰਦੀ ਹੈ ਕੈਨੇਡਾ ਤੇ ਅਮਰੀਕਾ ਵਿਚਕਾਰ ਟਰੱਕਿੰਗ ਵਪਾਰ ਨੂੰ ਸੁਖਾਲਾ ਬਣਾਓ ਅਵਲ ਦੇ ਨਾਲ ਅਵਲ ਐਕਸਪ੍ਰੈਸ ਤੇ AFM ਸੌਫਟਵੇਅਰ ਟਰੱਕਿੰਗ ਆਪਰੇਸ਼ਨਸ ਲਈ ਡਰਾਈਵਰਸ ਤੇ ਡਿਸਪੈਚਰਸ ਲਈ ਅਵਲ ਦੀ ਮੋਬਾਈਲ ਐਪ ਅਵਲ ਟੇਕ ਦ ਫਾਸਟ ਲੇਨ ਕੀ ਤੁਸੀਂ ਵੀ ਆਪਣਾ ਪਾਰਕ ਟੋਲ ਲਈ ਸਭ ਕੁਝ ਟਰਾਈ ਕਰ ਚੁੱਕੇ ਹੋ ਫਿਰ ਕਿਉਂ ਨਹੀਂ ਟਰਾਈ ਕਰਦੇ ਅਮੇਜ਼ਿੰਗ ਐਂਡ ਹੈਲਦੀ ਵੇਟ ਲਾਸ ਪ੍ਰੋਡਕਟਸ ਬਾਈ ਬਲਬੀਰ ਲਹਿਲ ਖੁਦ ਤੇ ਆਜ਼ਮਾਇਆ 100% ਇਫੈਕਟਿਵ ਥੈਂਕਸ ਟੂ ਦਿਸ ਨੈਚੁਰਲ ਪ੍ਰੋਡਕਟ ਇਸ ਨੂੰ ਟਰਾਈ ਕਰਨ ਤੋਂ ਬਾਅਦ ਮੈਂ ਆਪਣਾ 100 ਪਾਉਂਡ ਭਾਰ ਹੀ ਨਹੀਂ ਘਟਾਇਆ ਆਪਣੇ ਭਾਰ ਨੂੰ ਲੰਬੇ ਸਮੇਂ ਤੋਂ ਮੇਨਟੇਨ ਵੀ ਕੀਤਾ ਹੋਇਆ ਨਾਓ ਆਈ ਫੀਲ ਮੋਰ ਫਿਟ ਐਂਡ ਹੈਪੀ ਜੇ ਤੁਸੀਂ ਵੀ ਹੋ ਆਪਣੇ ਵੱਧ ਰਹੇ ਭਾਰ ਤੋਂ ਪਰੇਸ਼ਾਨ ਤਾਂ ਮੈਨੂੰ ਬਲਬੀਰ ਲਹਿਲ ਨੂੰ 416-602-7479 ਰੀਸ਼ੇਪ ਯੋਰ ਬਾਡੀ ਰੀਡਿਸਕਵਰ ਯੋਰ ਲਾਈਫ ਸਾਂਝਾ ਪੰਜਾਬ ਟੀ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਦੁਬਾਰਾ ਫਿਰ ਸਤਿ ਸ਼੍ਰੀ ਅਕਾਲ ਬ੍ਰੇਕ ਤੋਂ ਬਾਅਦ ਜਿੱਦਾਂ ਤੁਸੀਂ ਪਹਿਲਾਂ ਦੇਖ ਰਹੇ ਸੀ ਕਿ ਸਾਡੀ ਅੱਜ ਦਾ ਜਿਹੜਾ ਸਾਡਾ ਹੈਗਾ ਪ੍ਰੋਗਰਾਮ ਉਹ ਖਾਸ ਤੌਰ 'ਤੇ ਜਿਹੜੇ ਸਾਡੇ ਭੈਣ ਜੀ ਬਲਬੀਰ ਕੌਰ ਜੀ ਸੋਹੀ ਜਿਹੜੇ ਕਿ ਬ੍ਰਹਮਟਨ ਦੇ ਵਿੱਚ ਵਾਰਡ 9 ਅਤੇ 10 ਤੋਂ ਸਕੂਲ ਟਰਾਸੀ ਲਈ ਪਬਲਿਕ ਸਕੂਲ ਟਰਾਸੀ ਲਈ ਉਮੀਦਵਾਰ ਹਨ ਸਾਡੇ ਉਹ ਅੱਜ ਗੈਸਟ ਨੇ ਸੋ ਅਸੀਂ ਉਹਨਾਂ ਦੇ ਨਾਲ ਪਹਿਲਾਂ ਤਾਂ ਹੁਣ ਤੱਕ ਇਹ ਗੱਲਾਂ ਕਰ ਚੁੱਕੇ ਹਾਂ ਕਿੱਦਾਂ ਕਦੋਂ ਅਤੇ ਇੱਥੇ ਆਏ ਅਤੇ ਇੱਥੇ ਕੀ ਉਹਨਾਂ ਨੇ ਕੰਮ ਕਾਰ ਕੀਤੇ ਕਿੱਦਾਂ ਸਟੈਬਲਿਸ਼ ਹੋਏ ਉਹਨਾਂ ਨੇ ਬਹੁਤ ਹੀ ਠਰਮੇ ਦੇ ਨਾਲ ਬਹੁਤ ਵਧੀਆ ਢੰਗ ਦੇ ਨਾਲ ਆਪਣੀ ਲਿਆਕਤ ਬਾਰੇ ਸਾਰਾ ਦੱਸਣ ਦੇ ਮੁਤਾਬਕ ਹੁਣ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਵੀ ਬਲਬੀਰ ਜੀ ਤੁਹਾਡੇ ਵਾਰਡ 9 ਅਤੇ 10 ਦੇ ਵਿੱਚ ਬ੍ਰਹਮਟਨ ਦੇ ਵਿੱਚ ਤੁਹਾਡੇ ਵਾਰਡ ਦੇ ਵਿੱਚ ਕਿੰਨੇ ਜਿਹੜੇ ਪਬਲਿਕ ਸਕੂਲ ਉਹ ਆਉਂਦੇ ਨੇ ਜਿਹੜੇ ਵੀ ਮਿਡਲ ਜਿੰਨੇ ਵੀ ਸਕੂਲ ਜਿੰਨੇ ਐਲੀਮੈਂਟਰੀ ਸਕੂਲਸ ਮਿਡਲ ਸਕੂਲਸ ਐਂਡ ਹਾਈ ਸਕੂਲਸ ਠੀਕ ਹੈ ਸੋ ਦੋਜ਼ ਆਰ ਦਾ ਸਕੂਲਸ ਦੈਟ ਕਮਸ ਅੰਡਰ ਅਸ ਤੁਸੀਂ ਹੁਣ ਤੱਕ ਉਹਨਾਂ ਸਕੂਲਾਂ ਦੇ ਨਾਲ ਜਿਹਦਾ ਤੁਸੀਂ ਦੱਸਦੇ ਹੋ ਵੀ ਜੇ ਤੁਸੀਂ ਜਾਂਦੇ ਹੋ ਤੇ ਉਹਨਾਂ ਸਕੂਲਾਂ ਦੇ ਨਾਲ ਪ੍ਰਿੰਸੀਪਲਸ ਨਾਲ ਜਾਂ ਸਟਾਫ ਨਾਲ ਹੁਣ ਤੱਕ ਕਈ ਮੀਟਿੰਗਾਂ ਕਰ ਚੁੱਕੇ ਹੋਣੇ ਹੋ ਮੈਂ ਵੈਸੇ ਉਹਨਾਂ ਸਕੂਲਾਂ ਦੇ ਨਾਲ ਸਪੈਸੀਫਿਕਲੀ ਇੱਦਾਂ ਨਹੀਂ ਸੀ ਮਿਲ ਸਕਦੀ ਬਿਕੋਜ਼ ਆਮ ਰਨਿੰਗ ਐਜ਼ ਅ ਕੈਂਡੀਡੇਟ ਫਾਰ ਅਪੀਅਰ ਡਿਸਟ੍ਰਿਕਟ ਸਕੂਲ ਬੋਰਡ ਟਰਸਟੀ ਅਸੀਂ ਉਹ ਸਕੂਲ ਦੀ ਪ੍ਰੋਪਰਟੀ 'ਤੇ ਨਹੀਂ ਜਾ ਸਕਦੇ ਨਹੀਂ ਪਹਿਲਾਂ ਇਸ ਤੋਂ ਪਹਿਲਾਂ ਜਦੋਂ ਇਸ ਤੋਂ ਪਹਿਲਾਂ ਮੈਂ ਮਿਲ ਚੁੱਕੀ ਹੈਗੀ ਹਾਂ ਆਈ ਹੈਵ ਮੈਟ ਮੈਨੀ ਟੀਚਰਸ ਸਪੈਸੀਫਿਕਲੀ ਅਤੇ ਉਹਨਾਂ ਨਾਲ ਪਹਿਲਾਂ ਅਸੀਂ ਕਾਫੀ ਮਿਲ ਚੁੱਕੇ ਹੈਗੇ ਹਾਂ ਕਿ ਉਹਨਾਂ ਦੇ ਕੀ ਇਸ਼ੂਜ਼ ਹੈਗੇ ਨੇ ਵੈਨ ਆਈ ਵਾਸ ਡੂਇੰਗ ਮਾਈ ਹੋਮਵਰਕ ਕਿ ਮੁੱਦੇ ਕਿਹੜੇ ਹੈਗੇ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਪ੍ਰੋਬਲਮ ਹੈਗੀ ਆ ਹੁਣ ਵੀ ਅਸੀਂ ਮਿਲਦੇ ਹਾਂ ਜਦੋਂ ਡੋਰ ਟੂ ਡੋਰ ਜਾਂਦੇ ਹਾਂ ਵੀ ਮੀਟ ਅ ਲੋਟ ਆਫ ਟੀਚਰਸ ਬਟ ਨਾਓ ਵੀ ਕੈਨੋਟ ਗੋ ਇਨਸਾਈਡ ਦ ਸਕੂਲ ਪ੍ਰੋਪਰਲੀ ਜਿੱਦਾਂ ਹੁਣ ਤੱਕ ਜਿੱਦਾਂ ਸਾਡੇ ਸੰਬੰਧ ਹੈ ਜਾਂ ਸਾਨੂੰ ਕੋਈ ਲੋਕੀ ਦੱਸਦੇ ਬਹੁਤ ਮੁਸ਼ਕਲ ਆ ਸਕੂਲਾਂ ਦੇ ਵਿੱਚ ਹਾਂਜੀ ਖਾਸ ਕਰਕੇ ਛੋਟਿਆਂ ਸਕੂਲਾਂ ਤੋਂ ਲੈ ਕੇ ਹਾਈ ਸਕੂਲਾਂ ਤੱਕ ਤੁਸੀਂ ਹੁਣ ਤੱਕ ਕੁਛ ਜਿਹੜੀਆਂ ਕੀਤੀਆਂ ਵੀ ਤੁਹਾਨੂੰ ਕਿਹੜੀਆਂ ਕਿਹੜੀਆਂ ਲੱਗਦੀਆਂ ਜਿਹੜੀਆਂ ਪ੍ਰੋਪਰਟੀ ਬੇਸ 'ਤੇ ਤੁਸੀਂ ਹੁਣ ਤੱਕ ਫੀਲ ਕੀਤੀਆਂ ਵੀ ਆਹ ਜਿਹੜੀਆਂ ਖਾਸ ਮੁਸ਼ਕਲਾਂ ਜਿਹੜੀਆਂ ਆਪਣੀ ਕਮਿਊਨਿਟੀ ਦੇ ਨਹੀਂ ਆ ਕਿਉਂਕਿ ਤੁਸੀਂ ਸਾਰਿਆਂ ਨੂੰ ਸਾਂਝੇ ਹੁੰਦੇ ਵੀ ਜਿਹੜੀ ਹੁਣ ਤੱਕ ਸਕੂਲ ਦੇ ਵਿੱਚ ਜਾਂ ਪੇਰੈਂਟਸ ਦੇ ਨਾਲ ਜਾਂ ਬੱਚਿਆਂ ਨੂੰ ਕਿਹੜੀਆਂ ਐਬਸੋਲੂਟਲੀ ਜਦੋਂ ਵੀ ਅਸੀਂ ਡੋਰ ਟੂ ਡੋਰ ਜਾਂਦੇ ਹੈਗੇ ਹਾਂ ਰਿਗਾਰਡਲੈਸ ਆਫ ਹੂ ਵਿਚ ਕਮਿਊਨਿਟੀ ਵੀ ਆਰ ਡੀਲਿੰਗ ਵਿਦ ਦ ਮੋਸਟ ਮੈਂ ਕਹੂੰਗੀ ਕਿ ਕੰਸਰਨਡ ਇਸ਼ੂਜ਼ ਜਿਹੜੇ ਹੈਗੇ ਨੇ ਉਹ ਸਭ ਤੋਂ ਵੱਧ ਤਾਂ ਸਾਰੇ ਜਾਣੇ ਯੂਥ ਵਾਇਲੈਂਸ ਨੂੰ ਲੈ ਕੇ ਬੜੇ ਵਰੀਡ ਹੈਗੇ ਨੇ ਸਕੂਲਾਂ ਦੇ ਵਿੱਚ ਵੀ ਟੀਚਰਸ ਵੀ ਈਵਨ ਜਿਹੜਾ ਸਕੂਲਾਂ ਦੇ ਵਿੱਚ ਡਿਸਿਪਲਨ ਹੈਗਾ ਉਹਦੇ ਨਾਲ ਦੀ ਨਾਲ ਮੈਂਟਲ ਹੈਲਥ ਇਜ਼ ਗੋਇੰਗ ਅਪ ਡੇ ਬਾਈ ਡੇ ਇਟਸ ਕੰਸਰਨਡ ਪੇਰੈਂਟਸ ਦੇ ਲਈ ਵੀ ਅਤੇ ਟੀਚਰਸ ਦੇ ਲਈ ਵੀ ਉਹਦੀਆਂ ਜਿਹੜੀਆਂ ਕਾਉਂਸਲਿੰਗਸ ਕਿੰਨੀਆਂ ਹੈਗੀਆਂ ਨੇ ਉਹਦੇ ਲਈ ਕਿੰਨੀ ਕੁ ਜ਼ਿਆਦਾ ਫੰਡਿੰਗ ਹੈਗੀ ਹੈ ਸੋ ਉਹ ਵੀ ਇੱਕ ਨਵਾਂ ਇਸ਼ੂ ਹੈਗਾ ਜਿਹੜਾ ਪਹਿਲਾਂ ਇੰਨਾ ਜ਼ਿਆਦਾ ਨਹੀਂ ਸੀਗਾ ਸੋ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਡਰੱਗਸ ਯੂਜਿਸ ਦੀ ਡਰੱਗ ਯੂਜ ਐਂਡ ਅਬਿਊਜ਼ ਮੈਂ ਕਹੂੰਗੀ ਇਨਸਾਈਡ ਦਾ ਸਕੂਲ ਔਰ ਆਨ ਦਾ ਸਕੂਲ ਪ੍ਰੋਪਰਟੀ ਸੋ ਉਹਦੀ ਗੱਲ ਕਾਫੀ ਹੋ ਰਹੀ ਹੈਗੀ ਹੈ ਪੇਰੈਂਟਸ ਕੰਸਰਨ ਹੈਗੇ ਨੇ ਫਿਰ ਬੁਲਿੰਗ ਦੀ ਗੱਲ ਕਰਦੇ ਹਾਂ ਅਸੀਂ ਬੁਲਿੰਗ ਨਾਟ ਜਸਟ ਦਾ ਫਿਜ਼ੀਕਲੀ ਵਨ ਔਨ ਵਨ ਬਟ ਆਲਸੋ ਜਿਹੜੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਬੁਲਿੰਗ ਦੀ ਗੱਲ ਕਰਦੇ ਹਾਂ ਜਾਂ ਅਸੀਂ ਟੈਕਸਟਿੰਗ ਦੇ ਉੱਤੇ ਗੱਲ ਕਰਦੇ ਹੈਗੇ ਹਾਂ ਬਿਕੋਜ਼ ਇਟ ਕਮਸ ਹੋਮ ਇਟਸ ਨੋਟ ਕਿ ਆਪਾਂ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਬੱਚੇ ਨੇ ਕੁਛ ਕਹਿ ਦਿੱਤਾ ਅਤੇ ਤੁਸੀਂ ਘਰੇ ਚਲੇ ਗਏ ਤੁਸੀਂ ਡਿਸਕਨੈਕਟ ਹੋ ਗਏ ਪਰ ਬਿਕੋਜ਼ ਆਫ ਦਾ ਸੋਸ਼ਲ ਮੀਡੀਆ ਯੂ ਆਰ ਆਲਵੇਜ ਕਨੈਕਟਡ ਅਤੇ ਤੁਸੀਂ ਇੱਕ ਦੂਸਰੇ ਨਾਲ ਹਮੇਸ਼ਾ ਗੱਲ ਕਰ ਰਹੇ ਹੈਗੇ ਹਾਂ ਕੋਈ ਬੱਚਾ ਕਿਸੇ ਗਰੁੱਪ ਦੇ ਵਿੱਚ ਚੈਟ ਕਰ ਰਿਹਾ ਹੈਗਾ ਅਤੇ ਤੁਹਾਡੇ ਬਾਰੇ ਗੱਲ ਕਰ ਰਿਹਾ ਹੈਗਾ ਸੋ ਉਹ ਸੋਸ਼ਲ ਮੀਡੀਆ ਦੀ ਜਿਹੜੀ ਗੱਲ ਹੈਗੀ ਹੈ ਜਿਹੜਾ ਐਕਸਪੋਜਰ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਉਹਦੀ ਪ੍ਰੈਜੈਂਸ ਜਿਹੜੀ ਹੈਗੀ ਆ ਉਹਦੇ 'ਤੇ ਕਿੱਦਾਂ ਦੇ ਮੈਸੇਜਸ ਨੇ ਜਿਹੜੇ ਉਹ ਐਕਸਚੇਂਜ ਹੁੰਦੇ
ਹੈਗੇ ਨੇ ਉਹ ਵੀ ਇੱਕ ਵੱਖਰਾ ਮੁੱਦਾ ਹੈ। ਸੋ ਕਾਫੀ ਤਰ੍ਹਾਂ ਦੀ ਡਿਫਰੈਂਟ ਹੈਗੇ ਨੇ। ਅਗਰ ਅਸੀਂ ਸਕੂਲਾਂ ਦੇ ਵਿੱਚ ਪ੍ਰੋਗਰਾਮਸ ਦੀ ਗੱਲ ਕਰਦੇ ਹੈਗੇ ਹਾਂ ਤਾਂ ਸਪੈਸ਼ਲ ਨੀਡ ਜਿਹੜੇ ਬੱਚੇ ਹੈਗੇ ਨੇ ਉਹਨਾਂ ਦੇ ਲਈ ਕਿੰਨੇ ਕੁ ਟੀਚਰ ਅਸਿਸਟੈਂਟਸ ਹੈਗੇ ਨੇ ਜਾਂ ਸਪੈਸ਼ਲ ਨੀਡ ਜਿਹੜੇ ਬੱਚਿਆਂ ਦੀ ਟੇਕ ਕੇਅਰ ਕਰਨ ਦੇ ਲਈ ਜਿਹੜੇ ਟੀਚਰਸ ਹੈਗੇ ਨੇ ਉਹ ਕਿੰਨੇ ਕੁ ਹੈਗੇ ਨੇ। ਇਸ ਦੇ ਨਾਲ ਹੀ ਫਰੈਂਚ ਐਮਰਜੈਂਸ ਸਕੂਲਾਂ ਦੀ ਗੱਲ ਹੁੰਦੀ ਹੈ ਵਾਰਡ 9 and 10 ਦੇ ਵਿੱਚ ਜਿਹੜੀਆਂ ਐਕਸਟਰਾ ਕੋਰੀਕੁਲਰ ਐਕਟੀਵਿਟੀਜ਼ ਨੇ ਜਿਹੜੇ ਜਿਮ ਟੀਚਰਸ ਨਹੀਂ ਹੈਗੇ ਐਕਸਟਰਾ ਕੋਰੀਕੁਲਰ ਐਕਟੀਵਿਟੀਜ਼ ਘੱਟ ਰਹੀਆਂ ਹੈਗੀਆਂ ਨੇ ਅਤੇ ਪੇਰੈਂਟਸ ਕਹਿੰਦੇ ਨੇ ਕਿ ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਸੋਸ਼ਲ ਮੀਡੀਆ ਤੋਂ ਬੱਚਿਆਂ ਨੂੰ ਹਟਾ ਕੇ ਕਿਸੇ ਫਿਜ਼ੀਕਲ ਐਕਟੀਵਿਟੀ ਵੱਲ ਲੈ ਕੇ ਜਾਇਆ ਜਾਵੇ ਅਤੇ ਸਕੂਲਾਂ ਦੇ ਵਿੱਚ ਫਿਜ਼ੀਕਲ ਐਕਟੀਵਿਟੀਜ਼ ਘੱਟ ਰਹੀਆਂ ਹੈਗੀਆਂ ਨੇ। ਸੋ ਵੇਅਰ ਵੀ ਆਰ ਸਟੈਂਡਿੰਗ ਔਨ ਦੈਟ। ਸੋ ਇਸ ਤਰ੍ਹਾਂ ਦੇ ਮੁੱਦੇ ਹੈਗੇ ਇਹ ਜਿਹੜੀ ਤੁਸੀਂ ਇਸ ਪ੍ਰੋਬਲਮ ਬਾਰੇ ਦੱਸਿਆ ਇਹ ਸਕੂਲਾਂ ਦੇ ਵਿੱਚ ਤੁਸੀਂ ਚਾਹੁੰਦੇ ਵੀ ਇਹ ਹੋਰ ਘਰਾਂ ਦੇ ਵਿੱਚ ਵੀ ਅਸੀਂ ਜਿਹੜੇ ਮਾਪੇ ਹਾਂ ਬਹੁਤ ਬਹੁਤ ਇਸ ਗੱਲ ਨੂੰ ਚਾਹੁੰਦੇ ਹਾਂ ਆਪਾਂ ਵੀ ਘਰਾਂ ਵੀ ਬੱਚਿਆਂ ਨੂੰ ਬਾਹਰ ਗੇਮਾਂ 'ਤੇ ਪਾਈ ਜਦੋਂ ਵੀ ਬੱਚੇ ਘਰਾਂ ਦੇ ਈਵਨ ਅਸੀਂ ਵੀ ਘਰ ਹੁੰਦੇ ਮਾਂ ਬਾਪ ਵੀ ਜਦੋਂ ਘਰ ਦੇ ਵਿੱਚ ਇਹੋ ਜਿਹਾ ਅੱਜ ਕੱਲ੍ਹ ਮਾਹੌਲ ਬਣਿਆ ਵੀ ਜਿੰਨੇ ਜੀ ਚਾਰੇ ਘਰ 'ਚ ਜੀ ਬੈਠੇ ਚਾਰਾਂ ਕੋਲ ਆਪਣੇ ਆਪਣੇ ਫੋਨ 'ਤੇ ਬੈਠੇ ਜਿਹੜੀ ਤੁਹਾਡੀ ਕਮਿਊਨੀਕੇਸ਼ਨ ਆਪਸ ਵਿੱਚ ਵੀ ਉਹ ਵੀ ਘੱਟ ਰਹੀ ਹੈ ਬਹੁਤ ਗੱਲਬਾਤ ਘਰਾਂ ਦੇ ਵਿੱਚ ਵੀ ਹੈ ਨਹੀਂ ਇਹ ਬਹੁਤ ਵੱਡਾ ਇਹ ਜਿਹੜਾ ਗਾਹਾਂ ਲੇਟਰ ਉਹ ਨੁਕਸਾਨ ਹੋਣੇ ਵਾਲੀ ਗੱਲ ਆ। ਹਾਂਜੀ ਜਿੱਦਾਂ ਤੁਸੀਂ ਦੱਸਿਆ ਵੀ ਡਰੱਗ ਬਾਰੇ ਗੱਲ ਕੀਤੀ ਜਿੱਦਾਂ ਆਪਾਂ ਇੱਥੇ ਸੁਣਦੇ ਹਾਂ ਮੀਡੀਆ ਦੇ ਵਿੱਚ ਕਈ ਵਾਰੀ ਤੁਹਾਤੋਂ ਪਹਿਲਾਂ ਵੀ ਕਈ ਵਾਰੀ ਬੰਦੇ ਜਿੱਦਾਂ ਕਿਸੇ ਨੇ ਵੀ ਗੱਲ ਹੋਈ ਉਹ ਕਹਿੰਦੇ ਵੀ ਸਕੂਲਾਂ ਦੇ ਆਸ ਪਾਸ ਨਾ ਜਿਹੜੀ ਡਰੱਗ ਦਾ ਹੈਗਾ ਤੁਸੀਂ ਇਹ ਮੰਨਦੇ ਹੋ ਵੀ ਸਕੂਲਾਂ ਦੇ ਵਿੱਚ ਜਿਹੜੇ ਮਿਡਲ ਸਕੂਲ ਦੇ ਵਿੱਚ ਜਾਂ ਹਾਈ ਸਕੂਲ ਦੇ ਵਿੱਚ ਉੱਥੇ ਹੈਗੀ ਆ ਡਰੱਗ ਦੀ? ਯਾ ਵੀ ਮੀਟ ਆਈ ਮੈਟ ਮੈਨੀ ਪੇਰੈਂਟਸ ਟੂ ਬੀ ਆਨੈਸਟ ਆਈ ਮੈਟ ਅ ਕਪਲ ਆਫ ਪੇਰੈਂਟਸ ਜਿਨ੍ਹਾਂ ਨੇ ਕਿਹਾ ਕਿ ਕਿਸੇ ਨੇ ਸਾਡੇ ਬੱਚੇ ਨੂੰ ਸੈੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਦੇ ਵਿੱਚ ਫਿਰ ਉਹ ਕਹਿ ਰਹੇ ਸੀਗੇ ਕਿ ਸੇਫਟੀ ਇਹ ਅਸੀਂ ਕਿੱਦਾਂ ਕਰ ਸਕਦੇ ਹਾਂ ਕਿ ਬਾਹਰਲਾ ਬੰਦਾ ਸਕੂਲ ਦੇ ਵਿੱਚ ਨਾ ਆਵੇ, ਲਾਈਕ ਵਟ ਆਰ ਦਾ ਮੈਜਰਸ ਵੀ ਕੈਨ ਟੇਕ ਔਰ ਐਜ਼ ਅ ਬੋਰਡ ਹੈਜ਼ ਟੂ ਡਿਸਕਸ ਦੀ ਆਪਸ਼ਨਸ ਔਨ ਦਿਸ ਦੈਟ ਹਾਊ ਵੀ ਕੈਨ ਮੇਕ ਆਰ ਸਕੂਲਸ ਬੈਟਰ। ਫਿਰ ਅਲਕੋਹਲ ਯੂਸੇਜ ਜਿਹੜੀ ਹੈਗੀ ਆ ਉਹ ਵੀ ਕਾਫੀ ਹੈਗੀ ਆ ਸਕੂਲਾਂ ਦੇ ਵਿੱਚ, ਈਵਨ ਇਫ ਯੂ ਗੋ ਔਨ ਟੂ ਦਾ ਜਿਹੜੇ ਸਕੂਲਾਂ ਦੇ ਬਾਹਰ ਪਾਰਕ ਹੈਗਾ ਜਿਹੜਾ ਨੇੜੇ ਤੇੜੇ ਪਾਰਕ ਹੈਗਾ ਉਹਨਾਂ ਦੇ ਵਿੱਚ ਤੁਹਾਨੂੰ ਮਿਲਦੇ ਹੈਗੇ ਨੇ। ਕਈ ਵਾਰੀ ਸਕੂਲਾਂ ਦੇ ਵਿੱਚ ਇਨ ਵਾਟਰ ਬਾਟਲ ਠੀਕ ਪੀਪਲ ਦ ਕਿਡਸ ਠੀਕ ਅਲਕੋਹਲ ਟੂ ਦਾ ਸਕੂਲ। ਸੋ ਦੇਰ ਆਰ ਪ੍ਰੋਬਲਮਸ, ਦੇਰ ਆਰ ਇਸ਼ੂਜ਼ ਦੈਟ ਦੇਰ ਇਜ਼ ਅ ਯੂਜ਼ ਆਫ ਡਰੱਗਸ ਇਨ ਦਾ ਸਕੂਲ। ਮੈਂ ਜਦੋਂ ਤੁਸੀਂ ਦੱਸਿਆ ਵੀ ਅਲਕੋਹਲ ਦੀ ਪ੍ਰੋਬਲਮ ਹੈ ਜਿਹੜੀ ਖਾਸ ਕਰਕੇ ਮੈਂ ਖਿਆਲ ਤੁਸੀਂ ਪਹਿਲਾਂ ਵੀ ਕਿਸੇ ਰੇਡੀਓ 'ਤੇ ਜਾਂ ਟੀ ਵੀ 'ਤੇ ਗੱਲ ਕੀਤੀ ਹੋਣੀ ਹੈ ਜਿਹੜੀ ਜਿਹੜੀ ਆਪਣੀ ਕਮਿਊਨਿਟੀ ਹੈ ਨਾ ਖਾਸ ਤੌਰ 'ਤੇ ਜਿਹੜੀ ਅਸੀਂ ਅਲਕੋਹਲ ਹੈ ਇਹਨੂੰ ਤਾਂ ਅਸੀਂ ਡਰੱਗ ਮੰਨਦੇ ਨਹੀਂ। ਜਿਹੜਾ ਸਭ ਤੋਂ ਵੱਡਾ ਕਾਰਨ ਹੈ ਸਾਡੇ ਘਰਾਂ ਦੇ ਵਿੱਚ ਜਿਹੜੀ ਅਲਕੋਹਲ ਆ ਉਹ ਐਜ ਏ ਉੱਦਾਂ ਹੀ ਪਈ ਆ ਵੀ ਇਹ ਡਰੱਗ ਨਹੀਂ ਪਰ ਇਹ ਜਿਹੜੀ ਬੱਚਿਆਂ ਲਈ ਬਹੁਤ ਖਤਰਨਾਕ। ਐਨੀਥਿੰਗ ਦੈਟ ਕੈਨ ਅਲਟਰ ਯੋਰ ਮਾਈਂਡ ਇਜ਼ ਲਾਈਕ ਯੂ ਨੋ ਤੁਹਾਡੀ ਜਿਹੜੀ ਇੰਟੈਲੀਜੈਂਸ ਨੂੰ ਘਟਾਉਂਦਾ ਹੈਗਾ ਕੋਈ ਵੀ ਜਿਹੜਾ ਸਬਸਟੈਂਸ ਹੈਗਾ ਬੇਸਿਕਲੀ ਆਪਾਂ ਕਹੀਏ ਕਿ ਉਹਦਾ ਯੂਜੇਜ ਜਿਹੜੀ ਇਸ ਲੈਵਲ ਤੱਕ ਚਲੀ ਜਾਂਦੀ ਹੈ ਕਿ ਤੁਹਾਨੂੰ ਸੈਂਸ ਨਹੀਂ ਰਹਿੰਦੀ ਹੈਗੀ, ਦੈਟ ਇਜ਼ ਨੋਟ ਗੁੱਡ। ਸੋ ਸਕੂਲਾਂ ਦੇ ਵਿੱਚ ਬੱਚੇ ਪੜ੍ਹਨ ਦੇ ਲਈ ਜਾਂਦੇ ਹੈਗੇ ਨੇ ਅਤੇ ਜੇ ਉਹਨਾਂ ਨੇ ਉੱਥੇ ਡਰਿੰਕ ਕੀਤੀ ਹੈਗੀ ਹੈ ਤਾਂ ਓਬਵੀਅਸਲੀ ਦੈਟ ਦੇਅਰ ਅਬਿਲਿਟੀ ਟੂ ਕੰਸਨਟ੍ਰੇਟ ਔਨ ਦੇਅਰ ਸਟੱਡੀਜ਼ ਇਜ਼ ਨੋਟ। ਇੱਕ ਇਹਦੇ ਨਾਲ ਹੀ ਗੱਲ ਹੈ ਜਿੱਦਾਂ ਆਪਾਂ ਨੂੰ ਪਤਾ ਜਿਹੜੇ ਸਕੂਲ ਆ ਹਾਂਜੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਪੇਰੈਂਟਸ ਨੂੰ ਵੀ ਪਤਾ ਬੱਚਿਆਂ ਨੂੰ ਵੀ ਪਤਾ ਕੋਈ ਨਾ ਕੋਈ ਸਕੂਲ ਦੇ ਲਾਗੇ ਇਹੋ ਜਿਹਾ ਏਰੀਆ ਹੁੰਦਾ ਵੀ ਜਿੱਥੇ ਆਪਾਂ ਨੂੰ ਪਤਾ ਵੀ ਇੱਥੇ ਡਰੱਗ ਸੇਲ ਕਰਦੇ ਆ ਬੱਚਿਆਂ ਨੂੰ ਹਾਂਜੀ ਉਹ ਉਹਨਾਂ ਨੂੰ ਪਤਾ ਸਾਰੇ ਵੇਚਣ ਵਾਲੇ ਨੂੰ ਪਤਾ ਖਰੀਦਣ ਵਾਲੇ ਨੂੰ ਪਤਾ ਅਤੇ ਆਮ ਉਹ ਜਿਹੜੀ ਜਨਤਾ ਉਹਨੂੰ ਵੀ ਪਤਾ ਇਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਇਹਦੇ ਵਿੱਚ ਜਾਂ ਜਿਹੜੀ ਆਪਣੀ ਪੁਲੀਸਿੰਗ ਆ ਉਹਦਾ ਜਾਂ ਘੱਟ ਚੈੱਕ ਆ ਹੁਣ ਜਦੋਂ ਪੁਲਿਸ ਵਾਲੇ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਅਸੀਂ ਇੱਕ ਇੱਕ ਦੋ ਦੋ ਹਰੇਕ ਜਗ੍ਹਾ ਪੁਲਿਸ ਆਫਿਸਰ ਦਿੱਤੇ ਆ ਸਕੂਲ 'ਚ ਗੇੜਾ ਮਾਰਦੇ ਆ ਉਹਨਾਂ ਦੇ ਨਾਲ ਜਦੋਂ ਗੱਲ ਹੋਈ ਉਹ ਕਹਿੰਦੇ ਅਸੀਂ ਐਵਰੀ ਡੇ ਜਿਹੜੀ ਸਕੂਲ ਦੀ ਰਿਪੋਰਟ ਹੁੰਦੀ ਅਸੀਂ ਪ੍ਰਿੰਸੀਪਲ ਨੂੰ ਸਾਂਝੀ ਕਰਦੇ ਤੁਹਾਡੇ ਬੱਚੇ ਇੱਥੇ ਇੱਦਾਂ ਦਾ ਉਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਜੇ ਉਸ ਚੀਜ਼ ਨੂੰ ਰੋਕਣਾ ਜਾਵੇ ਉਹਦੇ ਵਿੱਚ ਤੁਸੀਂ ਕਿੰਨਾ ਕੁ ਜਿਹੜਾ ਆਪਣਾ ਹਿੱਸਾ ਪਾ ਸਕਦੇ? ਐਜ਼ ਅ ਸਕੂਲ ਟਰਸਟੀ ਕਿਹੜੇ ਕਿਹੜੇ ਸਕੂਲ ਦੇ ਵਿੱਚ ਕਿਹੜੀ ਕਿਹੜੀ ਪ੍ਰੋਬਲਮ ਹੈਗੀ ਆ ਆਪਾਂ ਇਨ ਦਾ ਬੋਰਡ ਵੀ ਕੈਨ ਡਿਸਕਸ, ਵੀ ਕੈਨ ਰੇਜ਼ ਦਾ ਅਵੇਅਰਨੈਸ, ਵੀ ਕੈਨ ਬ੍ਰਿੰਗ ਆਰ ਵੋਇਸ, ਵੀ ਕੈਨ ਰੈਪ੍ਰਜੈਂਟ ਦੋਜ਼ ਸਕੂਲਸ ਐਂਡ ਦਾ ਕੰਸਟੀਚੁਐਂਟਸ ਆਫ ਦੈਟ ਏਰੀਆ। ਐਂਡ ਫਿਰ ਇਹ ਗੱਲ ਹੁੰਦੀ ਹੈਗੀ ਹੈ ਕਿ ਬੋਰਡ ਨੇ ਇਨ ਕੋਲੈਬੋਰੇਸ਼ਨ ਵਰਕ ਵਿਦ ਅਦਰ ਔਰਗਨਾਈਜੇਸ਼ਨਸ ਜਿਸ ਤਰ੍ਹਾਂ ਅਸੀਂ ਪੀਲ ਪੁਲਿਸ ਦੀ ਗੱਲ ਕਰਦੇ ਹੈਗੇ ਹਾਂ ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਇਨ ਟੀਮ ਇਕੱਠੇ ਹੋ ਕੇ ਤੁਸੀਂ ਕੰਮ ਕਰ ਸਕਦੇ ਹੋ ਜਿਹਦੇ ਵਿੱਚ ਪੇਰੈਂਟਸ ਵੀ ਇਨਵੋਲਵ ਹੋਣਗੇ ਜਿਹਦੇ ਵਿੱਚ ਟੀਚਰਸ ਵੀ ਇਨਵੋਲਵ ਹੋਣਗੇ ਅਤੇ ਪ੍ਰਿੰਸੀਪਲਸ ਵੀ ਇਨਵੋਲਵ ਹੋਣਗੇ ਸੋ ਉਹਦੇ ਵਿੱਚ ਇੱਕ ਇਸ ਤਰ੍ਹਾਂ ਦਾ ਮੈਂ ਕਹਾਂਗੀ ਕਿ ਪੋਲਿਸੀ ਰੱਖ ਸਕਦੇ ਹੈਗੇ ਉਹਦੇ ਵਿੱਚ ਇਸ ਤਰ੍ਹਾਂ ਦਾ ਇੱਕ ਅਸੀਂ ਜਵਾਬ ਲੈ ਕੇ ਆ ਸਕਦੇ ਹਾਂ ਕਿ ਇਹ ਜਿਹੜੇ ਏਰੀਆਜ਼ ਹੈਗੇ ਨੇ ਜਦੋਂ ਵੀ ਕੋਈ ਇੱਥੇ ਕਿਸੇ ਨੂੰ ਦੇਖਦਾ ਹੈਗਾ ਦੇ ਮਸਟ ਕਾਲ ਆਈਦਰ ਦਾ ਪ੍ਰਿੰਸੀਪਲ ਔਰ ਇਫ ਦੇ ਨੋ ਦਟ ਦੀਜ਼ ਆਰ ਦ ਕਿਡਸ ਫਰੋਮ ਦਿਸ ਸਕੂਲ ਡਿਊਰਿੰਗ ਦਾ ਸਕੂਲ ਟਾਈਮ ਅਤੇ ਫਿਰ ਉਹਦੇ ਵਿੱਚ ਅਸੀਂ ਜਿਹੜੇ ਪੁਲਿਸ ਦੇ ਜਿਹੜੇ ਲੀਜ਼ੋਨ ਆਫਿਸਰਸ ਹੁੰਦੇ ਹੈਗੇ ਨੇ ਬਿਟਵੀਨ ਦਾ
ਸਕੂਲ ਐਂਡ ਦ ਪੀਓ ਜਿਹੜੀ ਆਪਣੀ ਪੁਲਿਸ ਹੈਗੀ ਆ ਉਹਨਾਂ ਦੇ, ਸੋ ਉਹਨਾਂ ਨੂੰ ਆਪਾਂ ਕੰਸਲਟ ਕਰ ਸਕਦੇ ਹਾਂ ਕਿ ਇਸ ਟਾਈਮਿੰਗ ਦੇ ਉੱਤੇ ਇੱਥੇ ਲੋਕ ਆਉਂਦੇ ਹੈਗੇ ਨੇ, ਸੋ ਦੇ ਮਸਟ ਗੋ ਅਰਾਊਂਡ ਐਟ ਦੈਟ ਟਾਈਮ ਇਨ ਦੋਜ਼ ਏਰੀਆਸ. ਸੋ ਦਿਸ ਇਜ਼ ਲਾਈਕ ਵੈਨ ਦ ਕਮਿਊਨਿਟੀ ਬ੍ਰਿੰਗਸ ਦੋਜ਼ ਇਸ਼ੂਜ਼ ਐਂਡ ਦੈਨ ਵੀ ਟੇਕ ਦੋਜ਼ ਇਸ਼ੂਜ਼ ਐਜ਼ ਅ ਸਕੂਲ ਟਰਸਟੀ ਟੂ ਦ ਬੋਰਡ ਲੈਵਲ ਐਂਡ ਦੈਨ ਵਰਕ ਇਨ ਅ ਕੋਲਾਬੋਰੇਸ਼ਨ ਵਿਦ ਦੀ ਅਦਰ ਆਰਗਨਾਈਜੇਸ਼ਨ. ਇੱਕ ਜਿੱਦਾਂ ਤੁਸੀਂ ਜਿਹੜੀਆਂ ਹੁਣ ਤੱਕ ਮੁਸੀਬਤਾਂ ਸੀਗੀਆਂ, ਜਿਹੜੀ ਜਿਹੜੀ ਆਪਣੇ ਪੇਰੈਂਟਸ ਦੀ ਬਹੁਤ ਜਿੱਦਾਂ ਜਿਹੜੀ ਹੁੰਦੀ ਹੈ ਖਾਸ, ਉਹਨਾਂ ਦਾ ਤਾਂ ਇਹੀ ਆ ਜੀ ਸਾਡੇ ਨਿਆਣੇ ਨੂੰ ਬੱਸਾਂ ਦੇ ਵਿੱਚ. ਤੁਸੀਂ ਹੁਣ ਦੇਖਦੇ ਹੋ ਤੁਹਾਡਾ ਬਜਟ ਜਿੰਨਾ ਆ ਉਹਦੇ ਵਿੱਚੋਂ ਕਾਫ਼ੀ ਹਿੱਸਾ ਜਿਹੜਾ ਬਜਟ ਆਉਂਦਾ ਉਦੋਂ ਸੈਲਰੀ ਦੇ ਵਿੱਚ ਹੀ ਚਲੇ ਜਾਂਦਾ, ਬਹੁਤ ਥੋੜ੍ਹੇ ਪੈਸੇ ਰਹਿੰਦੇ ਇਹਦੇ ਵਿੱਚ, ਤੁਸੀਂ ਸਾਰਾ ਮੈਨੇਜ ਕਰਨਾ ਹੁੰਦਾ. ਬੱਸਾਂ ਬਾਰੇ ਤੁਹਾਡੇ ਨਾਲ ਜੇ ਤੁਸੀਂ ਡੋਰ ਟੂ ਡੋਰ ਜਾਂਦੇ ਕੋਈ ਬੰਦੇ ਦੇ ਹੈ ਵੀ ਇਹਦੇ ਬੱਸਾਂ ਦੀ ਕਿੱਦਾਂ ਕੀ ਆ ਜਾਂ ਕੱਟ ਕਰ ਰਹੇ ਆ ਬੱਸਾਂ 2 years ago there was a big issue, a lot of parents used to talk about this, about the busing. ਜਦੋਂ ਵੀ ਕੋਈ ਤੁਹਾਡੀਆਂ ਗਰਮੀਆਂ ਦੇ ਵਿੱਚ ਬਾਰਬੀਕਿਊਜ਼ ਹੁੰਦੇ ਨੇ, ਪਿਕਨਿਕਸ ਹੁੰਦੇ ਨੇ, ਤੇ ਇਹ ਬੜਾ ਹੌਟ ਟੌਪਿਕ ਹੁੰਦਾ ਸੀ ਕਿਉਂਕਿ ਬੱਚਿਆਂ ਨੂੰ ਇੰਨੀ ਦੂਰ ਜਾਣਾ ਪੈਂਦਾ ਸੀ, ਬੜੇ ਔਖੇ ਹੈਗੇ ਆ. ਬਟ ਦਿਸ ਈਅਰ ਇਟ ਵਾਸ ਨੋਟ ਐਨ ਇਸ਼ੂ. ਸੋ ਆਈ ਹੈਵਨਟ ਹਰਡ ਦੈਟ ਮੱਚ ਫਰੋਮ ਦ ਪੇਰੈਂਟਸ, ਬਿਕੋਜ਼ ਉਹਦੇ ਵਿੱਚ ਇਹ ਹੈਗਾ ਕਿ ਪੇਰੈਂਟਸ ਹੁਣ ਜਿਸ ਤਰ੍ਹਾਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਉਹਨਾਂ ਨੂੰ ਪਤਾ ਹੈਗਾ, ਯੈਸ ਦੇਅਰ ਆਰ ਕੰਸਰਨਸ, ਜਿੱਥੇ ਜ਼ਿਆਦਾ ਲੌਂਗ ਡਿਸਟੈਂਸ ਹੈਗਾ ਸਾਡੀ ਕਮਿਊਨਿਟੀ ਦੇ ਵਿੱਚ ਜਾਂ ਹੋਰਾਂ ਕਮਿਊਨਿਟੀਜ਼ ਦੇ ਵਿੱਚ ਵੀ, ਜਦੋਂ ਕੋਈ ਇੱਕ ਬੰਦੇ ਨੇ ਇਕੱਲੇ ਨੇ ਤੁਰ ਕੇ ਆਉਣਾ, ਸਪੈਸ਼ਲੀ ਗਰਲਸ ਜਦੋਂ ਤੁਰ ਕੇ ਆਉਂਦੀਆਂ ਨੇ, ਦੇ ਫੀਲ ਦੈਟ ਦੇ ਆਰ ਦੇ ਸੇਫ, ਹੈ ਨਾ. ਪਰ ਇਸ ਵਾਰੀ ਜਿੰਨੇ ਵੀ ਅਸੀਂ ਡੋਰ ਟੂ ਡੋਰ ਜਾਂਦੇ ਹੈਗੇ ਹਾਂ, ਸਭ ਤੋਂ ਜ਼ਿਆਦਾ ਯੂਥ ਵਾਇਲੈਂਸ ਦੀ ਗੱਲ ਕੀਤੀ ਜਾਂਦੀ ਹੈ, ਸਭ ਤੋਂ ਜ਼ਿਆਦਾ ਡਰੱਗਸ ਦੀ ਗੱਲ ਕੀਤੀ ਜਾਂਦੀ ਹੈ. ਪੀਪਲ ਆਰ ਕੰਸਰਨ, ਪੀਪਲ ਆਰ ਵਰੀਡ ਅਬਾਊਟ ਗੈਟਿੰਗ ਮੈਰਵਾਨਾ, ਯੂ ਨੋ, ਉਹਦੀ ਜਿਹੜੀ ਲੀਗਲਾਈਜੇਸ਼ਨ ਹੋ ਰਹੀ ਹੈਗੀ ਆ ਉਹਦੇ ਬਾਰੇ ਗੱਲ ਕਰਦੇ ਹੈਗੇ ਨੇ. ਸੋ ਦੋਜ਼ ਆਰ ਦ ਮੇਜਰ ਕੰਸਰਨਸ ਆਊਟ ਦੇਅਰ. ਪਰ ਜਿੱਦਾਂ ਇਹਦੇ ਨਾਲ ਨਾਲ ਆਪਾਂ ਇਹ ਮੁਸ਼ਕਲਾਂ ਦੀ ਗੱਲ ਕਰਦੇ ਹਾਂ, ਮੈਂ ਪਿਛਲੇ ਵੀਕ ਕਿਤੇ ਸੁਣ ਰਿਹਾ ਸੀ, ਮੈਨੂੰ ਪ੍ਰੋਪਰ ਉਹਦੇ ਬਾਰੇ ਪਤਾ ਨਹੀਂ, ਮੈਂ ਤੁਹਾਡੇ ਏਰੀਏ ਦੇ ਵਿੱਚ ਨਵਾਂ ਸਕੂਲ ਬਣਿਆ ਥੋੜ੍ਹਾ ਚਿਰ ਹੋਇਆ, ਨਵਾਂ ਸਕੂਲ ਬਣਿਆ, ਹਜੇ ਸਕੂਲ ਸ਼ੁਰੂ ਹੋਇਆ, ਨਾਲੇ ਉਹਨਾਂ ਨੇ ਪੋਰਟੇਬਲ ਫੇਸ ਰੱਖ ਦਿੱਤਾ, ਇਹਦਾ ਕੀ ਕਾਰਨ? ਜਦੋਂ ਆਪਾਂ ਇਹ ਸੋਚਦੇ ਹਾਂ ਵੀ ਜਾਂ ਉਹਨਾਂ ਨੇ ਸੋਚਿਆ ਨਹੀਂ ਇੰਨਾ ਜਾਂ ਓਵਰ ਕਰਾਊਡਡ ਕਿੱਦਾਂ, ਇਹਦਾ ਮਤਲਬ ਇਹਦੇ ਵਿੱਚ ਕਈ ਕਾਰਨ ਹੈਗੇ ਨੇ. ਸੋ ਇੱਕ ਤਾਂ ਕਾਰਨ ਇਹ ਹੈਗਾ ਕਿ ਜਦੋਂ ਵੀ ਕੋਈ ਸਕੂਲ ਬਣਦਾ ਹੈਗਾ ਉਹ ਸਰਵੇ ਕਰਦੇ ਨੇ ਕਿ ਕਿੰਨੇ ਬੱਚੇ ਹੈਗੇ ਨੇ ਇੱਥੇ ਅਤੇ ਕਿੰਨੇ ਬੱਚਿਆਂ ਦੇ ਲਈ ਬਣ ਰਿਹਾ ਹੈਗਾ. ਸੋ ਜਦੋਂ ਵੀ ਕੋਈ ਸਕੂਲ ਬਣਦਾ ਹੈਗਾ ਉਹ 100 ਸਾਲ ਲਈ ਬਣਦਾ. ਸੋ ਇਟਸ ਨੋਟ ਜਸਟ ਫੋਰ 10 ਈਅਰਸ ਔਰ 20 ਈਅਰਸ ਔਰ 50 ਈਅਰਸ. ਸੋ 100 ਸਾਲਾਂ ਦੇ ਵਿੱਚ ਉਹਦੇ ਵਿੱਚ ਜਿਹੜੀ ਯੰਗ ਜਨਰੇਸ਼ਨ ਹੈ, ਹੁਣ ਜਿਹੜੇ ਬੱਚੇ ਛੋਟੇ ਹੈਗੇ ਨੇ, ਫਿਰ ਉਹਨਾਂ ਨੇ ਮੈਚਿਓਰ ਹੋ ਜਾਣਾ, ਫਿਰ ਉਹ ਏਰੀਆ ਮੈਚਿਓਰ ਹੋ ਜਾਂਦਾ. ਸੋ ਅਸੀਂ ਕਈ ਵਾਰੀ ਇਹ ਵੀ ਸੁਣਦੇ ਹੈਗੇ ਹਾਂ ਕਿ ਕਿਤੇ ਸਕੂਲ ਬੰਦ ਹੋ ਰਿਹਾ, ਬਿਕੋਜ਼ ਉੱਥੇ ਸਾਰੇ ਕੋਈ ਬੱਚਾ ਹੀ ਹੈ ਨਹੀਂ ਉੱਥੇ ਪੜ੍ਹਨ ਨੂੰ, ਬਿਕੋਜ਼ ਦੈਟ ਕਮਿਊਨਿਟੀ ਮੈਚਿਓਰਸ, ਰਾਈਟ? ਜਦੋਂ ਤੁਸੀਂ ਇੱਕੋ ਚੀਜ਼ 100 ਸਾਲ ਲਈ ਬਣਾ ਰਹੇ ਹੈਗੇ ਹੋ, ਸੋ ਰਾਈਟ ਨਾਓ ਉਹ ਯੰਗ ਹੈਗੀ ਆ, ਯੂ ਕੈਨੋਟ ਮੇਕ ਇਟ ਦੈਟ ਬਿਗ ਕਿ ਹੁਣ ਆਪਾਂ ਉੱਥੇ ਜਿਵੇਂ 1600 ਬੱਚੇ ਦੀ ਕਪੈਸਿਟੀ ਹੈਗੀ ਆ ਅਤੇ ਉੱਥੇ 2200 ਬੱਚਾ ਹੈਗਾ. ਸੋ ਦੈਟਸ ਵੇਅਰ ਦ ਪੋਰਟੇਬਲ ਕਮਸ ਇਨ. ਸੋ ਇੱਕ ਚੀਜ਼ ਉਹਦੇ 'ਚ ਹੋਰ ਹੈਗੀ ਹੈ ਕਿ ਸਪੈਸੀਫਿਕਲੀ ਇਨ ਬ੍ਰੈਂਪਟਨ ਜਿੰਨੀਆਂ ਵੀ ਬੇਸਮੈਂਟਸ ਨੇਗੀਆਂ, ਜਿਹੜੀ ਬੇਸਮੈਂਟਸ ਦੇ ਵਿੱਚ ਪਾਪੂਲੇਸ਼ਨ ਹੈਗੀ ਆ, ਸੋ ਕਈ ਵਾਰੀ ਕਿਸੇ ਕਾਊਂਟ 'ਚ ਨਹੀਂ ਆਉਂਦੀ, ਬਿਕੋਜ਼ ਦ ਬੇਸਮੈਂਟਸ ਆਰ ਨੋਟ ਲੀਗਲ ਐਂਡ ਦੇ ਆਰ ਨੋਟ ਡਿਕਲੇਅਰਡ ਆਊਟ ਦੇਅਰ ਕਿ ਉਹਨਾਂ ਦੇ ਵਿੱਚ ਕਿੰਨੇ ਬੱਚੇ ਰਹਿ ਰਹੇ ਹੈਗੇ ਨੇ. ਸੋ ਦੋਜ਼ ਆਰ ਦ ਇਸ਼ੂਜ਼. ਐਂਡ ਅਗੇਨ ਇਟ ਡਿਪੈਂਡਸ ਪੋਨ ਤੁਹਾਨੂੰ ਫੰਡਿੰਗ ਕਿੰਨੀ ਮਿਲ ਰਹੀ ਹੈਗੀ ਆ, ਕਿੰਨੇ ਸਕੇਅਰ ਫੁੱਟ ਦਾ ਤੁਸੀਂ ਜਿਹੜਾ ਉਹ ਸਕੂਲ ਬਣਾ ਰਹੇ ਹੈਗੇ ਹੋ. ਲੋਟ ਆਫ ਥਿੰਗਸ ਇਨ ਦ ਸਕੂਲ ਬੋਰਡ, ਮੈਂ ਕਹੂੰਗੀ, ਦੇ ਗੋ ਬੈਕ to how you are getting the funding from province, how much funding you are getting from the province. So ide vich main aap hi tuhanu dass dinni aa ki ek sade punjabi radios de utte vi kafi edi gal hundi hegi aa ki acc, because it was a hot weather this year, hun jinna reha is hisab na very hard hai bachche. Haan ji, so I agree, being a mother of 2 children, I know sometimes kids come home and they say, mom, it was really hot today, I couldn't concentrate and all that. So ode vich vi ਜਿਹੜੀ ਇਹ ਫੰਡਿੰਗ ਹੈਗੀ ਆ ਹੁਣ ਪ੍ਰੋਵਿੰਸ ਤੋਂ, ਇਹ ਬਿਲੀਅਨਸ ਆਫ ਡਾਲਰ ਦਾ ਪ੍ਰੋਜੈਕਟ ਹੈਗਾ, ਬਿਕੋਜ਼ ਅਕਰੋਸ ਅੰਟਰੀਓ ਉਹਨਾਂ ਨੂੰ ਇਹ ਸਾਰੇ ਸਕੂਲਾਂ ਦੇ ਵਿੱਚ ਏਸੀ ਲਾਉਣੇ ਪੈਣਗੇ. ਸੋ ਇੰਨੀ ਜਿਹੜੀ ਫੰਡਿੰਗ ਹੈਗੀ ਆ ਜਦੋਂ ਤੁਸੀਂ ਲੈਣੀ ਹੈਗੀ ਹੈ ਅਤੇ ਉਹ ਕਿਸ ਤਰ੍ਹਾਂ ਜਾਂਦੀ ਹੈਗੀ ਆ. ਸੋ ਦੈਟ ਪ੍ਰੋਵਿੰਸ਼ੀਅਲ ਗਵਰਨਮੈਂਟ ਪ੍ਰੋਵਿੰਸ਼ੀਅਲ ਫੰਡਿੰਗ ਕ੍ਰਾਈਟੀਰੀਆ ਪਲੇਜ਼ ਅ ਹਿਊਜ ਰੋਲ ਇਨ ਆਰ ਪਬਲਿਕ ਸਕੂਲ ਬੋਰਡ ਸਿਸਟਮ. ਇਹਦੇ ਨਾਲ ਹੀ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੇ, ਜਿਹੜੀ ਕਿ ਵੋਟਿੰਗ ਆ ਇਹ 22 ਅਕਤੂਬਰ ਨੂੰ ਹੋਣ ਜਾ ਰਹੀ ਹੈ. ਹਾਂਜੀ. ਸੋ ਇਹਦਾ ਕੀ ਟਾਈਮਿੰਗ ਹੋਵੇਗਾ? 22 ਅਕਤੂਬਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਹੁੰਦੀ ਹੈ ਜੀ. ਇਹਦੇ ਵਿੱਚ ਪ੍ਰੀ ਪੋਲਿੰਗ ਵੀ ਹੁੰਦੀ ਹੈ,
ਅਕਟੂਬਰ 2nd, 3rd, 4th ਜਿਹੜੀ ਬਰੈਂਪਟਨ ਸਿਟੀ ਹਾਲ ਦੇ ਵਿੱਚ ਤੁਸੀਂ ਪ੍ਰੀ ਪੋਲ ਕਰ ਸਕਦੇ ਹੈਗੇ ਹੋ। ਅਕਟੂਬਰ 6th and 13th ਨੂੰ ਤੁਸੀਂ ਇਨ ਵਾਰਡ 9 and 10 ਮੈਂ ਦੱਸ ਰਹੀ ਹੈਗੀ ਹਾਂ ਫੋਰ ਜਿਹੜਾ ਸੋਕਰ ਸੈਂਟਰ ਹੈਗਾ ਅਤੇ ਨਾਲ ਗੋਰ ਮੇਰੋ ਕਮਿਊਨਿਟੀ ਸੈਂਟਰ ਹੈਗਾ ਉਹਦੇ ਵਿੱਚ ਤੁਸੀਂ ਕਰ ਸਕਦੇ ਹੈਗੇ ਹੋ। ਅਕਟੂਬਰ 9th and 11th ਨੂੰ ਸਿਵਿਕ ਸੈਂਟਰ ਦੇ ਵਿੱਚ ਹੈਗੀ ਹੈ। ਸੋ ਅਕਟੂਬਰ 22nd ਨੂੰ ਤੁਸੀਂ ਆਪਣੇ ਜਿਹੜੇ ਵਾਰਡ ਦੇ ਕਿਸੇ ਵੀ ਜਿਹੜੇ ਸਕੂਲ ਦੇ ਵਿੱਚ ਤੁਸੀਂ ਵੋਟ ਕਰ ਸਕਦੇ ਹੈਗੇ ਹੋ। ਜਿਹੜੇ ਜਿਹੜੇ ਸਕੂਲਸ ਉਹਨਾਂ ਨੇ ਲਿਸਟ ਕੀਤੇ ਨੇਗੇ ਜਿੱਥੇ ਜਿੱਥੇ ਉਹਨਾਂ ਨੇ ਪੋਲਿੰਗ ਸਟੇਸ਼ਨਸ ਬਣਾਏ ਨੇ। ਸੋ ਨੋਟ ਸਪੈਸੀਫਿਕਲੀ ਦੈਟ ਯੂ ਹੈਵ ਟੂ ਗੋ ਟੂ ਦਾ ਪੋਲਿੰਗ ਸਟੇਸ਼ਨ ਵਿਚ ਇਜ਼ ਨੈਕਸਟ ਟੂ ਯੂਅਰ ਹੋਮ ਔਰ ਕਲੋਜ਼ੈਸਟ ਟੂ ਯੂਅਰ ਹੋਮ। ਸੋ ਯੂ ਕੈਨ ਐਕਚੁਲੀ ਗੋ ਇਨ ਟੂ ਐਨੀ ਪੋਲਿੰਗ ਸਟੇਸ਼ਨ ਵਿਦ ਇਨ ਦੈਟ ਵਾਰਡ। ਇਹਦੇ ਵਿੱਚ ਅਸੀਂ ਜ਼ਰੂਰ ਆਪਣੇ ਵੱਲੋਂ ਇਹ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ 9-10 ਵਾਰਡ ਤੋਂ ਜਾਂ ਜਿੱਥੇ ਵੀ ਇਹਦੇ ਵਿੱਚ ਓਨਟਾਰੀਓ ਦੇ ਵਿੱਚ ਕਿਤੇ ਵੀ ਨੇ ਆਪਣੀ ਜਿਹੜੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਅਤੇ ਮੋਸਟਲੀ ਟਰਾਈ ਇਹ ਕਰਨੀ ਚਾਹੀਦੀ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਵਧੀਆ ਸਹੂਲਤਾਂ ਆਪਾਂ ਨੂੰ ਦਿੱਤੀਆਂ ਵੀ ਤੁਸੀਂ ਐਡਵਾਂਸ ਵੋਟ ਪਾ ਸਕਦੇ ਹੋ। ਕਈ ਵਾਰੀ ਤੁਹਾਡਾ ਸਕੈਜੂਅਲ ਨਹੀਂ ਹੁੰਦਾ, ਜਦੋਂ ਤੁਸੀਂ 22 ਤਰੀਕ ਨੂੰ ਪਾਉਣ ਜਾਓਗੇ ਸ਼ਾਇਦ ਉੱਥੇ ਲਾਈਨ ਅੱਪ ਹੀ ਹੋਊਗੀ। ਜਦੋਂ ਤੁਸੀਂ ਪਹਿਲਾਂ ਐਡਵਾਂਸ ਦੇ ਵਿੱਚ ਵੋਟ ਪਾ ਦਿੰਦੇ ਹੋ ਇੱਕ ਤਾਂ ਤੁਹਾਡੇ ਲਈ ਵਧੀਆ ਅਤੇ ਇੱਕ ਜਿਹੜਾ ਸਿਸਟਮ ਤੁਸੀਂ ਯੂਜ ਕਰਦੇ ਉਹਦੇ ਲਈ ਵਧੀਆ, ਤੁਸੀਂ ਆਪਣੇ ਟਾਈਮ ਦੇ ਮੁਤਾਬਕ ਜਾ ਕੇ ਪਾ ਸਕਦੇ ਹੋ। ਸੋ ਸਾਰਿਆਂ ਨੂੰ ਅਸੀਂ ਆਪਣੇ ਵੱਲੋਂ ਐਜ ਏ ਸਾਂਝਾ ਪੰਜਾਬ ਵੱਲੋਂ ਅਤੇ ਆਪਣੇ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਵੀ ਆਪਣੀ ਜਿਹੜੀ ਵੋਟ ਦਾ ਹੱਕ ਆ ਉਹ ਜ਼ਰੂਰ ਇਸਤੇਮਾਲ ਕਰਿਆ ਕਰੋ। ਜੇ ਤੁਸੀਂ ਕੁਛ ਚੇਂਜ ਚਾਹੁੰਦੇ ਹੋ, ਕੋਈ ਵਧੀਆ ਕੰਮ ਹੋਵੇ, ਜਦ ਤੱਕ ਤੁਸੀਂ ਉਹਦੇ ਵਿੱਚ ਇਨਪੁੱਟ ਆਪਣੇ ਵੱਲੋਂ ਨਹੀਂ ਪਾਉਂਦੇ ਉਦੋਂ ਤੱਕ ਵਧੀਆ ਕੰਮ ਹੋਣ ਦੀ ਸੰਭਾਵਨਾ ਨਹੀਂ ਹੁੰਦੀ ਵੀ ਵਧੀਆ ਕੰਮ ਹੋਰ ਕੋਈ ਕਰੇ ਤਾਂ ਅਸੀਂ ਕੁਛ ਨਾ ਕਰੀਏ, ਅਸੀਂ ਆਪਣਾ ਕੰਮ ਕਰੀਏ। ਜਦੋਂ ਤੁਸੀਂ ਕਾਫੀ ਲੰਬੇ ਟਾਈਮ ਤੋਂ ਇੱਦਾਂ ਕਮਿਊਨਿਟੀ ਲਈ ਕੰਮ ਟਾਈਮ ਕੱਢ ਰਹੇ ਹੋ, ਸੋ ਇੱਦਾਂ ਹੀ ਜਿੰਨੇ ਵੀ ਕੈਂਡੀਡੇਟ ਆ ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਆਪਣੀ ਜਿਹੜੀ ਕੰਪੇਨ ਹੈਗੀ ਆ ਉਹ ਵਧੀਆ ਤੌਰ 'ਤੇ ਕਰੋ। ਤੁਸੀਂ ਕਦੇ ਇਹ ਤਾਂ ਨਹੀਂ ਕਰਦੇ ਵੀ ਮੇਰੇ ਨਾਲ 10-12 ਬੰਦੇ ਵੀ ਅਸੀਂ 12 ਉੱਥੇ ਹੋਰ ਵੀ ਮੈਂ ਕਿਸੇ ਤਰ੍ਹਾਂ ਕਿਸੇ ਨੂੰ ਥੱਲੇ ਵਿੱਧ ਕੇ ਚੜ੍ਹਨ ਦੀ ਕੋਸ਼ਿਸ਼। ਆਈ ਆਲਵੇਜ਼ ਬਿਲੀਵ ਇਨ ਪੋਜ਼ਿਟਿਵ ਐਟੀਟਿਊਡ ਐਂਡ ਦੈਟਸ ਮਾਈ ਰੈਕਰਡ ਕਿ ਹਮੇਸ਼ਾ ਚੰਗਾ ਸੋਚੋ ਅਤੇ ਚੰਗਾ ਕਰੋ। ਬਿਕੋਜ਼ ਆਈ ਐਮ ਹੇਅਰ ਟੂ ਟੈਲ ਐਵਰੀ ਵਨ ਹੂ ਆਈ ਐਮ, ਦੀਜ਼ ਆਰ ਮਾਈ ਕ੍ਰੈਡੈਂਸ਼ਲ, ਦੀਜ਼ ਆਰ ਮਾਈ ਕਮਿਊਨਿਟੀ ਇਨਵੋਲਵਮੈਂਟਸ ਐਂਡ ਗੋ ਓਵਰ ਐਵਰੀ ਕੈਂਡੀਡੇਟ, ਦੈਟਸ ਵਾਟ ਆਮ ਸੇਇੰਗ। ਆਈ ਇਵਨ ਸੈਡ ਇਟ ਇਨ ਦ ਸਟਾਰਟਿੰਗ ਆਫ ਦਿਸ ਪ੍ਰੋਗਰਾਮ ਕਿ ਹਰ ਕੈਂਡੀਡੇਟ ਨੂੰ ਦੇਖੋ ਐਂਡ ਦੈਨ ਡਿਸਾਈਡ ਹੂ ਡੂ ਯੂ ਲਾਈਕ ਦ ਮੋਰ। ਸੋ ਇਹਦੇ ਵਿੱਚ ਤੁਸੀਂ ਜਿਹੜਾ ਪੋਜ਼ਿਟਿਵ ਜਿਹੜਾ ਤੁਹਾਡਾ ਐਟੀਟਿਊਡ ਆ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ, ਬਿਕੋਜ਼ ਇਟਸ ਅ ਹੈਲਦੀ ਕੰਪੀਟੀਸ਼ਨ। ਬਿਕੋਜ਼ ਇਹ ਹੈਲਦੀ ਕੰਪੀਟੀਸ਼ਨ ਹੋਊਗਾ ਤਾਂ ਹੀ ਅਸੀਂ ਐਜ਼ ਅ ਕੈਂਡੀਡੇਟ ਆਪਣੇ ਆਪ ਨੂੰ ਇੰਪਰੂਵ ਕਰਾਂਗੇ। ਜਿਹੜੀ ਤੁਸੀਂ ਪਹਿਲਾਂ ਕਹਿ ਰਹੇ ਸੀ ਵੋਟ ਪਾਉਣ ਦੀ ਗੱਲ, ਸਾਡੇ ਜਿਹੜੀ ਮਿਊਂਸੀਪਲ ਇਲੈਕਸ਼ਨਸ ਦੇ ਵਿੱਚ ਪਰਸੈਂਟੇਜ ਕਾਫੀ ਘੱਟ ਜਾਂਦੀ ਹੈਗੀ ਆ, ਜਦਕਿ ਸਾਡੇ ਜਿਹੜੇ ਡੇਲੀ ਦੇ ਡੇ ਟੂ ਡੇ ਅਫੇਅਰਸ ਹੈਗੇ ਨੇ ਉਹ ਸਾਰੇ ਹੀ ਸਿਟੀ ਦੇ ਨਾਲ ਮਿਊਂਸੀਪੈਲਿਟੀ ਲੈਵਲ ਦੇ ਉੱਤੇ ਕਨੈਕਟਡ ਹੈਗੇ। ਭਾਵੇਂ ਅਸੀਂ ਕਿਸੇ ਵੀ ਸਿਟੀ ਲੈਵਲ ਦੇ ਉੱਤੇ ਕਿੰਨਾ ਕੁਛ ਹੈਗਾ ਜੀ, ਸਾਡਾ ਸਾਰਾ ਕੁਛ ਹੀ ਇੱਥੇ ਹੁੰਦਾ, ਮੋਸਟਲੀ ਸਾਡਾ ਇਹਦੇ ਨਾਲ ਹੀ ਸੰਬੰਧ ਹੁੰਦਾ, ਸਾਰਾ ਸਾਡਾ ਇਹਦੇ ਨਾਲ ਸੰਬੰਧ ਹੁੰਦਾ। ਅਤੇ ਅਸੀਂ ਸਾਡੀ ਜਿਹੜੀ ਵੋਟਿੰਗ ਹੈਗੀ ਹੈ ਇਹਦੇ ਵਿੱਚ ਹੀ ਘੱਟ ਹੈਗੀ ਹੈ, ਜਦਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਬਿਕੋਜ਼ ਇਟਸ ਅਬਾਊਟ ਯੂਅਰ ਲੋਕਲ ਨੀਡਸ, ਇਟਸ ਅਬਾਊਟ ਯੂਅਰ ਡੇ ਟੂ ਡੇ ਨੀਡਸ, ਇਟ ਅਫੈਕਟਸ ਯੂਅਰ ਫੈਮਲੀਜ਼, ਇਟ ਅਫੈਕਟਸ ਯੂਅਰ ਫਿਊਚਰ ਚਿਲਡਰਨ, ਦ ਫਿਊਚਰ ਆਫ ਯੂਅਰ ਚਿਲਡਰਨ। ਸੋ ਯੂ ਮਸਟ ਕਾਸਟ ਯੂਅਰ ਵੋਟ ਔਨ ਦ ਅਕਟੂਬਰ 22nd ਔਰ ਈਵਨ ਔਨ ਦ ਪ੍ਰੀ ਵੋਟਿੰਗ ਡੇ। ਸੋ ਅਸੀਂ ਜਿੱਦਾਂ ਤੁਹਾਨੂੰ ਵੀ ਇਹ ਕਿਹਾ ਵੀ ਤੁਸੀਂ ਜਿਹੜੀ ਆਪਣੀ ਕੈਂਪੇਨ ਹੈ ਬਹੁਤ ਅਸੀਂ ਅੱਛੇ ਢੰਗ ਨਾਲ ਕਰੋ। ਜਿਹੜੇ ਬਾਕੀ ਵੀ ਜੇ ਕੈਂਡੀਡੇਟ ਨਾ ਜਿੰਨਾ ਵੀ ਹੁੰਦਾ ਵੀ ਜੇ ਅੱਛੇ ਢੰਗ ਨਾਲ ਪੋਜ਼ੀਟਿਵ ਤਰੀਕੇ ਨਾਲ ਕਰਦੇ ਆ ਉਹਦੇ ਨਾਲ ਜਿਹੜੇ ਵੋਟਰ ਆ ਉਹਨਾਂ ਦਾ ਵੀ ਉਹ ਅਚੇਚੇ ਤੌਰ 'ਤੇ ਮਨ ਬਣਦਾ ਵੀ ਜਿਹੜੇ ਕੈਂਡੀਡੇਟ ਸਾਰੇ ਸਮਝਦਾਰ ਆ, ਅਸੀਂ ਵੀ ਆਪਣਾ ਜਾ ਕੇ ਫਰਜ਼ ਪਛਾਣੀ। ਕਈ ਵਾਰ ਜਦੋਂ ਕੈਂਡੀਡੇਟ ਜਾਂ ਜਿਹੜੇ ਆਪਣੇ ਵਲੰਟੀਅਰ ਖਾਸ ਤੌਰ 'ਤੇ ਵਲੰਟੀਅਰ ਨੂੰ ਵੀ ਅਸੀਂ ਇਸ ਤਾਂ ਹੀ ਇਸ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਵੀ ਤੁਸੀਂ ਕਿਸੇ ਨਾਲ ਵੀ ਤੁਸੀਂ ਹੈਗੇ ਹੋ, ਕਿਸੇ ਨਾਲ ਵੀ ਤੁਸੀਂ ਤੁਹਾਡਾ ਸੰਬੰਧ ਹੈ, ਪਰ ਜਿਹੜਾ ਦੂਸਰੇ ਦਾ ਵਲੰਟੀਅਰ ਹੈ ਉਹਦੇ ਵੀ ਰਿਸਪੈਕਟ ਕਰੋ, ਦੂਸਰੇ ਕੈਂਡੀਡੇਟ ਦੀ ਵੀ ਰਿਸਪੈਕਟ ਕਰੋ, ਤਾਂ ਕਿ ਜਿਹੜੀ ਪਬਲਿਕ ਦੇ ਵਿੱਚ ਤੁਹਾਡਾ ਚੰਗਾ ਜਾਵੇ ਅਤੇ ਪਬਲਿਕ ਫਿਰ ਨਾਲ ਉੱਠ ਕੇ ਤੁਹਾਡੇ ਨਾਲ ਹੋਰ ਵੀ ਬੰਦੇ ਦੇ ਕੰਮ ਕਰਨ ਦਾ ਉਹ ਹੋਵੇ। ਕਿਉਂਕਿ ਆਪਾਂ ਪਿਛਲੀ ਵਾਰ ਜਦੋਂ MP ਦੀ ਇਲੈਕਸ਼ਨ ਉਹਦੇ ਵਿੱਚ ਹੁੰਦੀ ਹੈ, ਕੋਈ ਕਿਸੇ ਦਾ ਵੋਟ ਕੱਟ ਗਿਆ, ਕੋਈ ਰਾਤ ਨੂੰ ਕਿਸੇ ਦਾ ਟੁੱਟ ਗਿਆ, ਉਹਦੇ ਨਾਲ ਜਿਹੜੀ ਕਮਿਊਨਿਟੀ 'ਤੇ ਵੋਟ ਪਾਉਣ ਦੇ ਜਿਹੜਾ ਬੰਦਾ ਸੋਚਿਆ ਹੁੰਦਾ ਉਹ ਵੀ ਸੋਚਦਾ ਪਿਆ ਨਹੀਂ। ਖਾਸ ਤੌਰ 'ਤੇ ਕਮਿਊਨਿਟੀ ਦੇ ਵਿੱਚ ਜਿੰਨੇ ਆਪਣੇ ਯੂਥ ਜਿੰਨੀ ਵੋਟਰ ਦੇ ਰਹੇ, ਤੁਸੀਂ ਉਹਨਾਂ ਨੂੰ ਮੇਰੀ ਜ਼ਰੂਰ ਬੇਨਤੀ ਆ ਵੀ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ, ਹਰੇਕ ਕੈਂਡੀਡੇਟ ਨੇ ਤੁਹਾਡੇ ਘਰ ਆਉਣਾ, ਕੋਈ ਵੀ ਕੁਐਸਚਨ ਤੁਸੀਂ ਉਹਨਾਂ ਨੂੰ ਹੁਣ ਪੁੱਛ ਲਓ ਵੀ ਉਹਨਾਂ ਦੇ ਰੈਕਰਡ ਤੁਸੀਂ ਚੈੱਕ ਕਰ ਸਕਦੇ ਕੌਣ ਕਿੰਨਾ ਕੰਮ ਕਰ ਸਕਦਾ। ਇਹ ਚੂਜ ਕਰਿਓ ਵੀ ਤੁਸੀਂ ਜਿਹੜੇ ਵਧੀਆ ਕੈਂਡੀਡੇਟ ਹੈਗੇ ਨੇ ਉਹਨਾਂ ਨੂੰ ਉਮੀਦਵਾਰ ਬਣਾ ਕੇ ਉੱਥੇ ਭੇਜੋ, ਤਾਂ ਕਿ ਹੁਣ ਜਿਹੜੀ ਬਹੁਤ ਲੋੜ ਹੈ ਆਪਣੀ ਕਮਿਊਨਿਟੀ ਨੂੰ, ਸਾਰੀ ਕਮਿਊਨਿਟੀ ਨੂੰ ਲੋੜ ਆ ਕਿ ਉਹ ਜਿਹੜਾ ਤੁਹਾਡਾ ਵਿਚਲਾ ਕੈਂਡੀਡੇਟ ਹੈ ਬੰਦਾ ਆ ਤੁਹਾਡੇ ਨਾਲ ਗੱਲ ਕਰਨੀ ਜਾਂ ਸਕੂਲ ਨਾਲ ਗੱਲ ਕਰਨੀ ਜਾਂ ਜਿੰਨੀਆਂ ਵੀ ਸੰਸਥਾਵਾਂ ਗਾ ਉਹਨਾਂ ਨਾਲ ਗੱਲ ਕਰਨੀ, ਉਹਨੂੰ ਇਹ ਜ਼ਰੂਰ ਕੈਪੇਬਲ ਹੋਣਾ ਚਾਹੀਦਾ ਉਹ ਹਰੇਕ ਭਾਸ਼ਾ ਦੇ ਵਿੱਚ ਪੂਰੀ ਮੁਹਾਰਤ ਰੱਖਦਾ ਹੋਵੇ, ਜਿੱਥੇ ਵੀ ਕਿਤੇ ਗੱਲ ਕਰਨ ਦੇ ਉਹ
ਉਹਦੇ ਵਿੱਚ ਇਹ ਜ਼ਰੂਰ ਹੋਣੀ ਚਾਹੀਦੀ ਵੀ ਗੱਲ ਕਰ ਸਕਦਾ ਹੋਵੇ। ਬਾਅਦ ਵਿੱਚ ਆਪਾਂ ਕਈ ਵਾਰ ਇਹ ਕਰਦੇ ਰਹਿੰਦੇ ਹਾਂ ਯਾਰ ਨਹੀਂ ਵੀ ਇਹ ਮੈਂ ਆਪਣੇ ਭੂਆ ਨੂੰ ਮਾਸੀ ਨੂੰ ਜਾਂ ਲਿਸਨ ਕਰ ਲਿਆ ਜਾਂ ਕਿਸੇ ਫਰੈਂਡ ਨੂੰ ਲਿਸਨ ਕਰਕੇ ਵੋਟ ਪਾ ਦਿੱਤੀ। ਤੁਸੀਂ ਜ਼ਰੂਰ ਆਪਣਾ ਜਿਹੜਾ ਅਧਿਕਾਰ ਆ ਉਹਨੂੰ ਵਰਤੋ, ਆਪਣੀ ਪੂਰੀ ਤੁਸੀਂ ਆਪਣੀ ਹੁਣ ਤੁਹਾਡੇ ਕੋਲ ਬਹੁਤ ਟਾਈਮ ਹੈ, ਤੁਸੀਂ ਹਰੇਕ ਕੈਂਡੀਡੇਟ ਦਾ ਦੇਖ ਸਕਦੇ ਹੋ ਕਿਹੜਾ ਕੰਮ ਕਰ ਸਕਦਾ ਕਿਹੜਾ ਨਹੀਂ ਕਰ ਸਕਦਾ। ਜਿੱਦਾਂ ਹੁਣ ਤੱਕ ਤੁਸੀਂ ਆਪਣੇ ਦੱਸੇ ਆ ਵੀ ਮੈਂ ਇੱਦਾਂ ਇੱਦਾਂ ਕੀਤੇ ਆ, ਜਿਹੜਾ ਬੰਦਾ ਕਮਿਊਨਿਟੀ ਲਈ ਟਾਈਮ ਦੇ ਸਕਦਾ ਉਹਨੂੰ ਆਪਾਂ ਨੂੰ ਦੇਣੀ ਚਾਹੀਦੀ ਆ। ਕੋਈ ਵੀ ਹੋਵੇ ਤੁਸੀਂ ਜਾਂ ਤੁਹਾਡੇ ਤੋਂ ਵਧੀਆ ਹੋਰ ਵੀ ਕੋਈ ਜਿਹੜਾ ਬੰਦਾ, ਆਪਾਂ ਇਹੀ ਕਰਦੇ ਹਾਂ ਵੀ ਜਿਹੜਾ ਤੁਸੀਂ ਚੰਗੇ ਬੰਦੇ ਨੂੰ ਜਿਤਾ ਕੇ ਭੇਜੋ ਤਾਂ ਕਿ ਜਿਹੜੀਆਂ ਆਪਣੀਆਂ ਮੁਸੀਬਤਾਂ ਉਹਨਾਂ ਨੂੰ ਹੱਲ ਕਰਨ ਦਾ। ਇੱਕ ਹੋਰ ਚੀਜ਼ ਐਡ ਕਰਨੀ ਚਾਹਾਂਗੀ ਜਿਹੜੀ ਹੁਣ ਮੈਨੂੰ ਆਪਣੀ ਕੈਂਪੇਨਿੰਗ ਕਰਨ ਦੇ ਦੌਰਾਨ ਪਤਾ ਲੱਗੀ, ਇੱਥੇ ਅਸੀਂ ਕਈ ਵਾਰੀ ਇਲਾਕਾਵਾਦ ਦੀ ਵੀ ਗੱਲ ਕਰਦੇ ਬਹੁਤ ਜ਼ਿਆਦਾ ਜੀ, ਹੈ ਨਾ ਜੀ, ਅਤੇ ਨਾਲ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਰਿਸ਼ਤੇਦਾਰ ਹੈਗੇ ਨੇ, ਆਈ ਐਗਰੀ ਆਈ ਰਿਸਪੈਕਟ ਦੈਟ, ਬਟ ਐਟ ਦ ਸੇਮ ਟਾਈਮ ਅਸੀਂ ਆਪਣੇ ਕਿਸੇ ਉਹਨਾਂ ਦੇ ਵਿੱਚ ਲੱਗ ਕੇ ਅਸੀਂ ਕਿਸੇ ਨੂੰ ਵੋਟ ਪਾ ਦਿੱਤੀ ਹੈ, ਨਾਓ ਯੂ ਨੀਡ ਹੈਲਪ, ਯੂ ਆਰ ਸਫਰਿੰਗ ਫਰੋਮ ਸਮਥਿੰਗ, ਦੇਰ ਇਜ਼ ਅ ਬਿਗ ਇਸ਼ੂ ਵਿਦ ਯੂਰ ਚਿਲਡਰਨ ਐਂਡ ਯੂ ਨੀਡ ਹੈਲਪ, ਸੋ ਹਾਓ ਦੈਟ ਪਰਸਨ ਵਿਲ ਬੀ ਏਬਲ ਟੂ ਸੋਲਵ ਇਟ, ਕਿ ਜੇ ਉਹ ਉਸ ਦੀ ਕਪੈਸਿਟੀ ਨਹੀਂ ਰੱਖਦਾ ਹੈਗਾ, ਜੇ ਉਹ ਉਸ ਦੀ ਕਾਬਲੀਅਤ ਨਹੀਂ ਰੱਖਦਾ ਹੈਗਾ। ਐਂਡ ਐਟ ਦਾ ਬੋਰਡ ਲੈਵਲ ਜਦੋਂ ਅਸੀਂ ਆਪਣਾ ਕੋਈ ਰੈਪ੍ਰਜੈਂਟੇਸ਼ਨ ਉੱਥੇ ਰੈਪ੍ਰਜੈਂਟੇਟਿਵ ਭੇਜਦੇ ਹੈਗੇ ਹਾਂ ਸਾਡੀ ਰੈਪ੍ਰਜੈਂਟੇਸ਼ਨ ਦੇ ਲਈ, ਸੋ ਉੱਥੇ ਜਾ ਕੇ ਜਿਹੜਾ ਉਹ ਬੰਦਾ ਹੈਗਾ ਅਗਰ ਉਹ ਟੀਮ ਵਰਕ ਨਹੀਂ ਕਰ ਸਕਦਾ, ਉਹਦੇ ਕੋਲ ਐਕਸਪੀਰੀਅੰਸ ਹੀ ਨਹੀਂ ਹੈਗਾ ਕਿ ਔਰਗਨਾਈਜੇਸ਼ਨਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਕੰਮ ਕਰਦੇ ਹੋ, ਉਹਦੇ ਕੋਲ ਰੀਅਲ ਲਾਈਫ ਐਕਸਪੀਰੀਅੰਸ ਨਹੀਂ ਹੈਗਾ ਕਿ ਅਗਰ ਇੱਕ ਮਦਰ ਆ ਕੇ ਤੁਹਾਨੂੰ ਕਹਿ ਰਹੀ ਹੈਗੀ ਹੈ ਕਿ ਇੱਦਾਂ ਇੱਦਾਂ ਦੀ ਪ੍ਰੋਬਲਮ ਹੈਗੀ ਹੈ ਮੇਰੇ ਘਰ ਦੀ, ਇਹ ਪ੍ਰੋਬਲਮ ਤਾਂ ਬੱਚਾ ਹੀ ਸਮਝਦਾ ਹੈਗਾ, ਇਫ ਯੂ ਹੈਵਨਟ ਲਿਵਡ ਥਰੂ ਦੈਟ ਦੇਰ ਇਟ ਵਿਲ ਬੀ ਰੀਅਲੀ ਹਾਰਡ ਫੋਰ ਯੂ ਟੂ ਅੰਡਰਸਟੈਂਡ ਦੈਟ। ਸੋ ਸਾਡੀ ਬੜੀ ਕਹਾਵਤ ਹੈਗੀ ਆ ਜੀ ਕਿ ਅਸੀਂ ਘੋੜੀ ਚੜ੍ਹਦਾ ਨਹੀਂ ਦੇਖਿਆ ਪਰ ਸਾਨੂੰ ਪਤਾ, ਬਟ ਆਈ ਆਲਵੇਜ਼ ਅਸੀਂ ਕੋਈ ਘੋੜੀ ਚੜ੍ਹਦਾ ਦੇਖਣ 'ਚ ਅਤੇ ਚੜ੍ਹਨ 'ਚ ਬਹੁਤ ਜ਼ਿਆਦਾ ਫਰਕ ਹੈ। ਸੋ ਯੂ ਲੁੱਕ ਫੋਰ ਦ ਕੈਂਡੀਡੇਟਸ ਹੂ ਹੈਵ ਲਿਵਡ ਦੋਜ਼ ਐਕਸਪੀਰੀਅੰਸਿਸ, ਹੂ ਕੈਨ ਅੰਡਰਸਟੈਂਡ ਦੋਜ਼ ਇਸ਼ੂਜ਼ ਐਜ਼ ਅ ਹਿਊਮਨ ਬੀਂਗ, ਉਹ ਪਹਿਲਾਂ ਆਪ ਅੰਡਰਸਟੈਂਡ ਕਰਦੇ ਨੇ ਅਤੇ ਉਹਨਾਂ ਦੇ ਆਪਦਾ ਜਿਹੜਾ ਐਟੀਟਿਊਡ ਹੈਗਾ ਟੁਵਰਡਸ ਦਾ ਲਾਈਫ ਕਿੱਦਾਂ ਦਾ ਹੈਗਾ, ਉਹਨਾਂ ਦੀ ਆਪਣੀ, ਮੈਂ ਕਹੂੰਗੀ ਦ ਪਰਸਨ, ਉਹਨਾਂ ਦੀ ਪਰਸਨਲ ਲਾਈਫ ਵੀ ਕਈ ਵਾਰੀ ਰਿਫਲੈਕਟ ਕਰ ਦਿੰਦੀ ਹੈਗੀ ਹੈ ਕਿ ਹਾਊ ਦੇ ਵਿਲ ਬੀ ਏਬਲ ਟੂ ਵਰਕ। ਬਟ ਆਈ ਐਮ ਨੋਟ ਸੇਇੰਗ ਦੈਟ ਯੂ ਲੁੱਕ ਇਨ ਡੀਪਰ ਇਨ ਟੂ ਦੈਟ, ਬਟ ਆਈ ਐਮ ਜਸਟ ਸੇਇੰਗ ਦੈਟ ਉਹਨਾਂ ਦੇ ਆਪਣੇ ਕ੍ਰੀਡੈਂਸ਼ੀਅਲਸ, ਉਹਨਾਂ ਨੇ ਕਮਿਊਨਿਟੀ ਦੇ ਵਿੱਚ ਕੀ ਕੀਤਾ ਹੈਗਾ, ਹਾਊ ਦੇ ਵਿਲ ਬੀ ਏਬਲ ਟੂ ਰੈਪ੍ਰਜੈਂਟ ਯੂ ਐਂਡ ਵਰਕ ਐਜ਼ ਅ ਟੀਮ, ਬਿਕੋਜ਼ ਕਿਤੇ ਵੀ ਇੱਕ ਇਕੱਲਾ ਬੰਦਾ ਕੁਛ ਵੀ ਨਹੀਂ ਕਰ ਸਕਦਾ, ਇਟਸ ਅ ਟੀਮ। ਜਦੋਂ ਤੁਸੀਂ ਕਿਤੇ ਵੀ ਜਾਂਦੇ ਹੈਗੇ, ਭਾਵੇਂ ਤੁਸੀਂ ਐਮ ਪੀ ਹੋਵੋ, ਭਾਵੇਂ ਤੁਸੀਂ ਐਮ ਪੀ ਪੀ ਹੋਵੋ, ਭਾਵੇਂ ਤੁਸੀਂ ਕਾਊਂਸਲਰ ਹੋਵੋ, ਜਾਂ ਈਵਨ ਤੁਸੀਂ ਮੇਅਰ ਹੋਵੋ, ਯੂ ਨੀਡ ਅ ਟੀਮ ਆਫ ਅ ਲਾਈਕ ਮਾਈਂਡਡ ਪੀਪਲ ਦੈਟ ਅੰਡਰਸਟੈਂਡ ਦ ਕਮਿਊਨਿਟੀ, ਅੰਡਰਸਟੈਂਡ ਦ ਇਸ਼ੂਜ਼, ਐਂਡ ਦੈਨ ਦੇ ਕੈਨ ਵਰਕ ਟੂਗੈਦਰ। ਜਿਹੜੀ ਤੁਸੀਂ ਗੱਲ ਕੀਤੀ ਟੀਮ ਬਾਰੇ, ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਆਪਾਂ ਹੁਣ ਰਹਿੰਦੇ ਹਾਂ, ਇੱਥੇ ਤੁਸੀਂ ਕੋਈ ਵੀ ਚੀਜ਼ ਲੈਣੀ ਆ ਜਾਂ ਤੁਸੀਂ ਕੋਈ ਵੀ ਚੀਜ਼ ਆਪਣੇ ਤੁਸੀਂ ਬਾਹਰ ਲਈ ਲੈਣੀ ਆ, ਸਿਟੀ ਲਈ ਲੈਣੀ ਆ, ਤੁਹਾਨੂੰ ਬਹੁਤ ਜ਼ਿਆਦਾ ਟੀਮ ਵਰਕ ਕਰਨਾ ਪੈਂਦਾ, ਕਿਉਂਕਿ ਜਿਹਨਾਂ ਕੰਟਰੀਆਂ ਦੇ ਪਹਿਲਾਂ ਅਸੀਂ ਸੀ ਉੱਥੇ ਤੁਸੀਂ ਧੱਕੇ ਨਾਲ ਆਪਦਾ ਕਰ ਲਓ ਜਾਂ ਕਿਸੇ ਤਰ੍ਹਾਂ ਇੱਧਰ ਉੱਧਰ ਕਰਕੇ, ਇਹਨਾਂ ਕੰਟਰੀਆਂ ਦੇ ਵਿੱਚ ਜਿਹੜਾ ਬੰਦਾ ਵੀ ਜਿੱਥੇ ਵੀ ਜਾਂਦਾ ਪੂਰਾ ਉਹਨੂੰ ਆਪਣੇ ਮਨ 'ਤੇ ਫੋਰਸ ਹੋਣਾ ਚਾਹੀਦਾ ਵੀ ਮੈਂ ਜੇ ਆਹ ਚੀਜ਼ਾਂ ਦਸ ਲੈਣ ਗਿਆ ਤਾਂ ਮੈਂ ਉੱਥੋਂ ਜਦੋਂ ਮੁੜ ਕੇ ਉੱਠ ਕੇ ਆਵਾਂ ਮੇਰੇ ਕੋਲ 6 ਤਾਂ ਘੱਟੋ ਘੱਟ ਹੋ, ਉਹਨੂੰ ਆਪਾਂ ਇੱਥੇ ਕਾਬਲ ਲੀਡਰ ਮੰਨਦੇ ਹਾਂ। ਕਈ ਵਾਰ ਜੇ ਤੁਸੀਂ ਟੀਮ ਵਰਕ ਨਹੀਂ ਇੱਥੇ ਕਰਦੇ, ਤੁਸੀਂ ਜੇ 10 ਲੈਣ ਗਏ ਤਾਂ ਤੁਸੀਂ 1 ਮਹੀਨ ਲੈ ਕੇ ਆਉਂਦੇ, ਬਹੁਤ ਵੱਡਾ ਪੇਸ਼ੈਂਟ ਚਾਹੀਦਾ, ਖਾਸ ਕਰਕੇ ਜੇ ਤੁਸੀਂ ਪੋਜੀਸ਼ਨ ਦੇ ਲਈ ਹੋ, ਖਾਸ ਕਰਕੇ ਬੱਚਿਆਂ ਦੇ ਲਈ ਇਹ ਬਹੁਤ ਬਹੁਤ ਕਈ ਵਾਰੀ ਇਹੋ ਜਿਹੇ ਇਸ਼ੂ ਹੁੰਦੇ ਆ, ਤੁਸੀਂ ਬਹੁਤ ਇਮੋਸ਼ਨਲ ਹੋ ਜਾਂਦੇ ਹੋ, ਪਰ ਫਿਰ ਵੀ ਤੁਹਾਨੂੰ ਉੱਥੇ ਤੱਕ ਜਾ ਕੇ ਉਹਨਾਂ ਅਦਾਰਿਆਂ ਦੇ ਵਿੱਚ ਗੱਲ ਕਰਨੀ ਪੈਂਦੀ ਆ। ਸੋ ਇਹਦੇ ਨਾਲ ਹੀ ਕਿਉਂਕਿ ਕੋਈ ਵੀ ਜਿਹੜਾ ਐਫਰਟ ਹੈਗਾ ਨਾ ਉਹ ਕਲੈਕਟਿਵ ਕੋਲੈਬੋਰੇਸ਼ਨ ਦੇ ਵਿੱਚ ਕਰਨਾ ਵਧੀਆ। ਜਿਹੜਾ ਪੀਲ ਡਿਸਟ੍ਰਿਕਟ ਸਕੂਲ ਬੋਰਡ ਹੈਗਾ, ਇਹਦਾ ਮੈਂਡੇਟ ਹੈਗਾ ਸਕਸੈਸ ਐਂਡ ਟੂ ਅਚੀਵ ਸਟੂਡੈਂਟ ਸਕਸੈਸ ਦੀ ਅਸੀਂ ਗੱਲ ਕਰਦੇ ਹਾਂ, ਜਾਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਟੂ ਕ੍ਰੀਏਟ ਅ ਹੋਪ ਇਨ ਐਵਰੀ ਸਟੂਡੈਂਟ। ਸੋ ਉਹ ਜਿਹੜੀ ਚੀਜ਼ ਹੈਗੀ ਆ ਉਹਦੇ ਲਈ ਤੁਹਾਨੂੰ ਟੀਮ ਵਰਕ ਦੇ ਵਿੱਚ ਹੀ ਕੰਮ ਕਰਨਾ ਪੈਣਾ ਹੈਗਾ, ਬਿਕੋਜ਼ ਦੈਨ ਵੀ ਆਰ ਬ੍ਰਿੰਗਿੰਗ ਦ ਇਸ਼ੂਜ਼ ਫਰੋਮ ਈਚ ਏਰੀਆ ਐਂਡ ਦੈਨ ਵਰਕਿੰਗ ਇਨ ਕੋਲੈਬੋਰੇਸ਼ਨ ਫੋਰ ਦ ਬੈਟਰ ਰਿਜ਼ਲਟਸ ਫੋਰ ਆਰ ਸਟੂਡੈਂਟਸ ਐਂਡ ਆਰ ਚਿਲਡਰਨ। ਸੋ ਇਹ ਜ਼ਰੂਰੀ ਹੈ ਕਿ ਜਿਹੜਾ ਬੰਦਾ ਉੱਥੇ ਜਾ ਰਿਹਾ ਹੈਗਾ ਉਹਦਾ ਆਪਣਾ ਪ੍ਰੋਫਾਈਲ ਕਿੱਦਾਂ ਦਾ ਹੈਗਾ, ਵਿਲ ਦੈਟ ਪਰਸਨ ਵਿਲ ਹੈਵ ਦੈਟ ਮੱਚ ਆਫ ਇਨਫਲੂਐਂਸ ਦੈਟ ਕਿ ਉਹ ਜਿਹੜੇ ਬਾਕੀ ਦੇ ਹੈਗੇ ਨੇ ਉਹਦੀ ਗੱਲ ਸਮਝ ਲੈਣਗੇ ਪਹਿਲੀ ਗੱਲ, ਅਤੇ ਫਿਰ ਉਹਨੂੰ ਅੰਡਰਸਟੈਂਡ ਕਰਕੇ ਉਹਦੇ 'ਤੇ ਵਰਕ ਉਹਦੇ ਨਾਲ ਕਰਨਗੇ। ਸੋ ਅਗਰ ਤੁਹਾਡਾ ਜਿਹੜਾ ਕੈਂਡੀਡੇਟ ਆ ਉਹ ਬਿਲਕੁਲ ਹੀ ਪੜ੍ਹਿਆ ਲਿਖਿਆ ਨਹੀਂ ਹੈਗਾ, ਉਹਨੂੰ ਕਿਸੇ ਮੁੱਦੇ ਦੀ ਸਮਝ ਨਹੀਂ ਹੈਗੀ, ਜਾਂ ਕੋਈ ਵੀ ਅਸੀਂ ਐਕਸ ਵਾਈਜ਼ ਦੀ ਕੋਈ ਵੀ ਕਾਰਨ ਲੈ ਸਕਦੇ ਹੈਗੇ, ਅਤੇ ਬਾਕੀ ਦੇ ਫਿਰ ਉਹ ਕਿੰਨਾ ਕੁ ਰਿਸਪੈਕਟ ਦੇ ਵਿੱਚ ਉਹਦੇ ਨਾਲ ਕੰਮ ਕਰਨਗੇ। ਸੋ ਫੋਰ ਦੈਟ ਵੀ ਨੀਡ ਟੂ ਮੇਕ ਸ਼ੋਰ ਕਿ ਜਿਹੜਾ ਸਾਡੇ ਜਿਹੜਾ ਬੰਦਾ ਚਾਹੁੰਦਾ ਹੈਗਾ ਉਹਦਾ ਆਪਦਾ ਜਿਹੜਾ ਵਜ਼ੂਦ ਦੀ ਗੱਲ ਕਰੀਏ, ਕਿਉਂਕਿ ਜੇ ਤੁਸੀਂ ਅੱਗੇ ਜਾ ਕੇ ਵਕਾਲਤ ਕਰਨੀ ਹੈ, ਤੁਸੀਂ
ਕੋਈ ਕੇਸ ਰੱਖਿਆ, ਤੁਸੀਂ ਉਹਦੀ ਵਕਾਲਤ ਦੇ ਲਈ ਜਦੋਂ ਤੁਸੀਂ ਕੋਈ ਲੋਇਰ ਹਾਇਰ ਕਰਦੇ ਹੋ ਤਾਂ ਆਪਾਂ ਪਹਿਲਾਂ ਦੇਖਦੇ ਹਾਂ ਕਿ ਇਹਨੇ ਪਹਿਲਾਂ ਕਿਹੜੇ ਕਿਹੜੇ ਕੇਸ ਜਿੱਤੇ ਹੋਏ ਨੇ, ਕੀ ਇਹਨੇ ਇਹਦੇ ਵਿੱਚ ਕੰਮ ਵੀ ਕੀਤਾ ਹੋਇਆ, ਬਿਕਾਜ਼ ਅਸੀਂ ਬੜੇ ਕੰਸਰਨ ਹੁੰਦੇ ਹਾਂ ਕਿ ਇਹ ਸਾਨੂੰ ਸਾਡੇ ਲਈ ਇਹ ਚੰਗੀ ਵਕਾਲਤ ਕਰ ਸਕੂਗਾ, ਕੀ ਅਸੀਂ ਕੇਸ ਜਿੱਤ ਸਕਾਂਗੇ, ਕੀ ਇਹਦਾ ਜਿਹੜਾ ਉੱਧਰਲੇ ਪਾਸਿਓਂ ਲੋਇਰ ਆ ਰਿਹਾ ਹੈਗਾ ਉਹਦੇ ਉੱਪਰ ਇਹਦਾ ਅਪਰ ਹੈਂਡ ਹੈਗਾ, ਉਹਦੇ ਨਾਲੋਂ ਇਹ ਬੈਟਰ ਹੈਗਾ। ਸੋ ਇਹ ਚੀਜ਼ਾਂ ਤੁਹਾਨੂੰ ਆਪਣੇ ਕੈਂਡੀਡੇਟਸ 'ਚ ਵੀ ਦੇਖਣੀਆਂ ਪੈਣਗੀਆਂ। ਬਲਵੀਰ ਜੀ, ਜਿੱਦਾਂ ਤੁਸੀਂ ਗੱਲ ਕੀਤੀ, ਜੇ ਹੁਣ ਜਿੰਨੇ ਆਪਣੇ ਦਰਸ਼ਕ ਆ ਜਾਂ ਆਪਣੇ ਹੁਣ ਹੈਗੇ ਆ ਤੁਹਾਡੇ ਬਾਰ ਤੋਂ ਜਾਂ ਹੋਰ ਕਿਸੇ ਬਾਰ ਤੋਂ, ਜੇ ਤੁਹਾਡੀ ਕੋਈ ਹੈਲਪ ਕਰਨਾ ਚਾਹੁੰਦਾ, ਜੇ ਤੁਹਾਨੂੰ ਕੋਈ ਮਿਲਣਾ ਚਾਹੁੰਦਾ, ਕਿੱਥੇ ਹੁਣ ਤੁਹਾਨੂੰ ਕਿੱਦਾਂ ਉਹ ਤੁਹਾਡੇ ਨਾਲ ਕੰਟੈਕਟ ਕਿੱਦਾਂ ਕਰ ਸਕਦੇ, ਤੁਹਾਡੇ ਆਫਿਸ ਬਾਰੇ ਜਾਂ ਕਿੱਦਾਂ ਉਹਦੇ ਬਾਰੇ? ਸਾਨੂੰ ਹਰ ਚੀਜ਼ ਦੇ ਲਈ ਵਾਲੰਟੀਅਰਸ ਚਾਹੀਦੇ ਨੇ। ਆਈਲ ਬੀ ਮੋਰ ਦੈਨ ਹੈਪੀ ਟੂ ਹੈਵ ਯੂ ਇਨ ਮਾਈ ਟੀਮ। ਬੱਚੇ ਨੇ ਬਹੁਤ ਕੁਛ ਲਰਨ ਕਰਦੇ ਨੇ, ਸਪੈਸ਼ਲੀ ਜਦੋਂ ਡੋਰ ਟੂ ਡੋਰ ਜਾਂਦੇ ਹੈਗੇ ਨੇ, ਤੁਸੀਂ ਕਿਸੇ ਦੇ ਹਾਵ ਭਾਵ ਨੂੰ ਦੇਖ ਕੇ ਕਿਸ ਤਰ੍ਹਾਂ ਦੀ ਕਨਵਰਸੇਸ਼ਨ ਕਰਨੀ ਹੈਗੀ ਆ, ਇਟ ਬ੍ਰਿੰਗਸ ਅ ਲੋਟ ਆਫ ਕੌਨਫੀਡੈਂਸ ਇਨ ਦਾ ਚਿਲਡਰਨ। ਜਿਹੜੇ ਅਸੀਂ ਕਹਿ ਦਿੰਦੇ ਹਾਂ ਬੱਚੇ ਸ਼ਾਈ ਨੇ ਜੀ, ਕਿਸੇ ਨਾਲ ਗੱਲ ਨਹੀਂ ਕਰਦੇ ਹੈਗੇ, ਦੈਟ ਆਈ ਐਮ ਟਾਕਿੰਗ ਫਰੋਮ ਮਾਈ ਓਨ ਐਕਸਪੀਰੀਅੰਸ, ਬਿਕੋਜ਼ ਮਾਈ ਬੋਥ ਚਿਲਡਰਨ ਆਰ ਹੈਲਪਿੰਗ ਮੀ ਇਨ ਮਾਈ ਕੈਂਪੇਨ ਐਂਡ ਆਈ ਹੈਵ ਸੀਨ ਅ ਬਿਗ ਚੇਂਜ ਕਿ ਕਿਸ ਤਰ੍ਹਾਂ ਉਹ ਇੰਨੇ ਜ਼ਿਆਦਾ ਆਊਟਸਪੋਕਨ ਹੋਏ ਨੇ, ਪੋਜ਼ਿਟਿਵ ਹੋਏ ਨੇ, ਐਂਡ ਦੇ ਹੈਵ ਦੈਟ ਅਬਿਲਿਟੀ ਨਾਓ ਦੈਟ ਦੇ ਕੈਨ ਟਾਕ ਟੂ ਸਮਵਨ ਬਾਈ ਲੁਕਿੰਗ ਐਟ ਦੇਅਰ ਐਕਸਪ੍ਰੈਸ਼ਨਸ। ਸੋ ਈਵਨ ਸਾਡੇ ਨਾਲ ਬਜ਼ੁਰਗ ਨੇ, ਮੇਰੀਆਂ ਜਿਹੜੀਆਂ ਭੈਣਾਂ ਹੈਗੀਆਂ ਨੇ, ਆਈ ਰੀਅਲੀ ਵਾਂਟ ਮੇਰੀਆਂ ਭੈਣਾਂ ਨੂੰ ਮੇਰੇ ਨਾਲ ਇਹ ਜੁਆਇਨ ਕਰਨ, ਬਿਕੋਜ਼ ਇੱਕ ਮਦਰ ਦੂਸਰੀ ਮਦਰ ਦੇ ਨਾਲ ਬੜੀ ਵਧੀਆ ਤਰ੍ਹਾਂ ਨਾਲ ਗੱਲ ਕਰ ਸਕਦੀ ਹੈ ਜਦੋਂ ਅਸੀਂ ਬੱਚਿਆਂ ਦੀ ਪਰਵਰਿਸ਼ ਦੀ ਗੱਲ ਕਰਦੇ ਹੈਗੇ ਹਾਂ। ਤੁਸੀਂ ਮੇਰੀ ਵੈਬਸਾਈਟ 'ਤੇ ਜਾ ਸਕਦੇ ਹੋ ਜੀ, balbirsohi.com, ਜਾਂ ਤੁਸੀਂ ਕਿਸੇ ਵੀ ਸੋਸ਼ਲ ਮੀਡੀਆ ਦੇ ਜ਼ਰੀਏ, ਬਲਬੀਰ ਸੋਹੀ ਹੈ ਜੀ, ਉਹਦੇ ਜ਼ਰੀਏ ਤੁਸੀਂ ਮੈਨੂੰ ਲੱਭ ਸਕਦੇ ਹੈਗੇ ਹੋ। ਸਿਟੀ ਆਫ ਬ੍ਰੈਂਪਟਨ ਦੀ ਜਿਹੜੀ ਵੈਬਸਾਈਟ ਹੈਗੀ ਆ ਜੀ, ਉਹਦੇ 'ਤੇ ਤੁਸੀਂ ਜਾ ਕੇ ਦੇਖਦੇ ਹੋ ਕਿ ਕੈਂਡੀਡੇਟਸ ਫੋਰ ਮਿਊਂਸੀਪਲ ਇਲੈਕਸ਼ਨ ਫੋਰ 2018 ਅੰਡਰ ਪਬਲਿਕ ਸਕੂਲ ਬੋਰਡ ਟਰਸਟੀ ਵਾਰਡ 9 and 10, ਯੂ ਵਿਲ ਸੀ ਮਾਈ ਨੇਮ ਐਂਡ ਆਲ ਦੀ ਇਨਫੋਰਮੇਸ਼ਨ ਓਵਰ ਦੇਅਰ। ਯੂ ਕੈਨ ਕਾਲ ਮੀ ਐਨੀ ਟਾਈਮ, ਮਾਈ ਪਰਸਨਲ ਸੈੱਲ ਫੋਨ ਨੰਬਰ ਇਜ਼ 416-828-4330, or through even my website balbirsohi.com you can connect to me. So ਸਾਰਿਆਂ ਨੂੰ ਅਸੀਂ ਇਹੀ, ਜਿੰਨੇ ਵੀ ਆਪਣੇ ਇਸ ਵੇਲੇ ਦਰਸ਼ਕ ਦੇਖ ਰਹੇ ਨੇ ਸਾਂਝਾ ਪੰਜਾਬ ਨੂੰ, ਵੀ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਅਤੇ ਤੁਸੀਂ ਜ਼ਰੂਰ ਜਿੰਨਾ ਵੀ ਤੁਸੀਂ ਟਾਈਮ ਕੱਢ ਸਕਦੇ ਹਾਂ ਜ਼ਰੂਰ ਵਲੰਟੀਅਰ ਕਰਿਆ ਕਰੋ। ਇੱਕ ਤਾਂ ਤੁਹਾਨੂੰ ਪਤਾ ਲੱਗਦਾ ਵੀ ਆਪਾਂ ਇੱਕ ਦੂਜੇ ਦੀ ਹੈਲਪ ਕਰਨ ਦੇ ਵਿੱਚ ਕਿੰਨਾ ਕੁਛ, ਇੱਕ ਦੂਜੇ ਦਾ ਬੱਚਿਆਂ ਨੂੰ ਆਪਾਂ ਖਾਸ ਤੌਰ 'ਤੇ ਵਲੰਟੀਅਰ ਦੇ ਵਿੱਚ ਭੇਜਦੇ ਹਾਂ, ਜਦੋਂ ਆਪਾਂ ਬੱਚੇ ਘਰ ਬਣੇ ਹੁੰਦੇ ਆਪਾਂ ਨੂੰ ਵੀ ਫੀਲ ਹੁੰਦਾ ਪਏ ਨਹੀਂ ਇਹ ਬਹੁਤ ਜ਼ਿਆਦਾ, ਜਦੋਂ ਬਾਹਰ ਜਾ ਕੇ ਕਿਸੇ ਵੀ ਕੰਪੇਨ ਦੇ ਵਿੱਚ ਕੰਮ ਕਰਦੇ ਨਾ, ਜਦੋਂ ਤੁਸੀਂ ਬੱਚਾ ਘਰ ਆ ਕੇ ਤੁਹਾਨੂੰ ਦੱਸਦਾ, ਫਿਰ ਆਪਾਂ ਉਹ ਦੇਖਦੇ ਹਾਂ, ਕਿਉਂਕਿ ਬਾਕੀ ਬੱਚਿਆਂ ਦੇ ਰਹਿਣ ਨਾਲ ਉਹ ਜਿਹੜਾ ਉਹਦਾ ਵੀ ਗ੍ਰਾਫ ਉਹ ਉੱਪਰ ਗਿਆ ਹੁੰਦਾ ਕਿ ਉਹਨੂੰ ਨੌਲੇਜ ਬਹੁਤ ਵਧੀ। ਇਨਵੋਲਵਮੈਂਟ ਹੁੰਦੀ ਹੈ, ਇਨਵੋਲਵਮੈਂਟ ਹੁੰਦੀ ਹੈ ਕਿ ਤੁਹਾਡੀਆਂ ਰਾਈਟਸ ਕੀ ਨੇ, ਇਨਵੋਲਵਮੈਂਟ ਹੁੰਦੀ ਹੈ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ, ਹਾਓ ਦਾ ਸਿਟੀ ਵਰਕਸ, ਹਾਓ ਦਾ ਮਿਊਨਸਪੈਲਿਟੀਜ਼ ਵਰਕ, ਹਾਓ ਦਾ ਪ੍ਰੋਵਿੰਸ ਵਰਕਸ। ਸੋ ਉਹ ਜਦੋਂ ਉੱਦਾਂ ਦੀਆਂ ਗੱਲਾਂ ਕਰਦੇ ਹੈਗੇ ਨੇ, ਦੇ ਕੇਮ ਟੂ ਨੋ ਸੋ ਮੈਨੀ ਅਦਰ ਥਿੰਗਸ ਜਿਹੜੀਆਂ ਉਹਨਾਂ ਨੂੰ ਨਹੀਂ ਪਹਿਲਾਂ ਪਤਾ ਹੁੰਦੀਆਂ। ਐਂਡ ਔਨ ਟੋਪ ਆਫ ਦੈਟ, ਟੂ ਬੀ ਅ ਗੁੱਡ ਸਿਟੀਜ਼ਨ, ਤੁਸੀਂ ਆਪਣੀ ਜਿਹੜੀ ਸਿਟੀਜ਼ਨ ਜਦੋਂ ਅਸੀਂ ਬਣਦੇ ਹੈਗੇ ਹਾਂ, ਸਾਨੂੰ ਹੱਕ ਮਿਲਦਾ ਜੀ ਵੋਟ ਪਾਉਣ ਦਾ। ਅਤੇ ਉਹ ਜਿਹੜਾ ਬੱਚਾ ਜਦੋਂ ਇਸ ਲੈਵਲ ਦੇ ਉੱਤੇ ਆਪਣੀ ਇਸ ਛੋਟੀ ਉਮਰ ਦੇ ਵਿੱਚ ਸਿੱਖਦਾ ਹੈਗਾ ਕਿ ਮੈਂ ਵੀ ਅੱਗੇ ਜਾ ਕੇ ਵੋਟ ਪਾਉਣੀ ਹੈ, ਐਂਡ ਅਤੇ ਮੈਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ, ਸੋ ਯੂ ਬਿਕਮ ਅ ਬੈਟਰ ਸਿਟੀਜ਼ਨ ਆਈ ਵੁੱਡ ਸੇ, ਬਿਕੋਜ਼ ਯੂ ਵਿਲ ਬੀ ਏਬਲ ਟੂ ਨੋ ਨਾਓ ਹਾਊ ਟੂ ਡਿਫਰੈਂਸ਼ੀਏਟ ਬਿਟਵੀਨ ਅ ਕੈਂਡੀਡੇਟ, ਬਿਟਵੀਨ ਦ ਟੂ ਕੈਂਡੀਡੇਟਸ ਟੂ ਸੀ ਵਿਚ ਵਨ ਇਜ਼ ਦ ਬੈਸਟ ਵਨ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਬਹੁਤ ਜ਼ਰੂਰੀ ਨੇ, ਐਂਡ ਨਾਲ ਦੀ ਨਾਲ ਇਹ ਚੀਜ਼ ਜਦੋਂ ਤੁਸੀਂ ਵਾਲੰਟੀਅਰ ਕਰਦੇ ਹੋ, ਵੈਨ ਐਵਰ ਯੂ ਆਰ ਗਿਵਿੰਗ ਬੈਕ ਇਨ ਦ ਕਮਿਊਨਿਟੀ ਵਿਦਆਊਟ ਗੈਟਿੰਗ ਐਨੀ ਮਨੀ, ਇਟ ਐਡਸ ਅ ਲੋਟ ਇਨ ਟੂ ਯੂਰ ਪਰਸਨੈਲਿਟੀ। ਬਿਕੋਜ਼ ਸਾਡੇ ਤਾਂ ਜਿਹੜੇ ਮੈਂ ਕਹਾਂਗੀ ਅਗਰ ਧਰਮ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਹੀ ਸਭ ਤੋਂ ਪਹਿਲਾਂ ਹੈਗਾ ਦੈਟ ਯੂ ਬਿਕਮ ਸੈਲਫ ਅਵੇਅਰ, ਅਤੇ ਉਹਦੇ ਵਿੱਚ ਤੁਹਾਡੇ 'ਚ ਜਿਹੜੀ ਗ੍ਰੈਟੀਟਿਊਡ ਦੀ ਭਾਵਨਾ ਆਉਂਦੀ ਹੈਗੀ ਹੈ, ਅਤੇ ਨਾਲ ਦੀ ਨਾਲ ਤੁਸੀਂ ਜਦੋਂ ਸਾਡੇ ਤਾਂ ਹਮੇਸ਼ਾ ਲਿਖਿਆ ਕਿ 10% ਅਸੀਂ ਜਿਹੜਾ ਹੈਗਾ ਆਪਣਾ ਦਸਵੰਧ ਕੱਢਣਾ, ਅਸੀਂ ਕਮਿਊਨਿਟੀ ਨੂੰ ਗਿਵ ਬੈਕ ਕਰਨਾ, ਨੋਟ ਜਸਟ ਇਨ ਅ ਮਨੀ ਬੇਸਿਸ ਬਟ ਆਲਸੋ ਸੇਵਾ ਕਰਨ ਦੀ ਗੱਲ ਕਰਦੇ ਹੈਗੇ ਹਾਂ। ਸੋ ਉਹ ਜਿਹੜਾ ਵਾਲੰਟੀਅਰ ਦੇ ਵਿੱਚ ਤੁਸੀਂ ਫਰੀ 'ਚ ਗਿਵ ਬੈਕ ਕਰਦੇ ਹੋ, ਉੱਥੋਂ ਤੁਹਾਡੇ ਵਿੱਚ ਇੱਕ ਐਟੀਟਿਊਡ ਆਉਂਦਾ ਹੈਗਾ ਦੈਟ ਹਾਊ ਆਈ ਵਿਲ ਬੀ ਏਬਲ ਟੂ ਸਰਵ ਮਾਈ ਕਮਿਊਨਿਟੀ ਵਿਚ ਇਜ਼ ਰੀਅਲੀ ਇੰਪੋਰਟੈਂਟ। ਸੋ ਬਲਬੀਰ ਜੀ, ਤੁਹਾਡਾ ਅੱਜ ਇੱਥੇ ਸਾਂਝਾ ਪੰਜਾਬ 'ਤੇ ਪਹੁੰਚਦੇ ਬਹੁਤ ਬਹੁਤ ਜੀ ਹੈ। ਅਸੀਂ ਹੋਪ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਅਤੇ ਜਿੱਦਾਂ ਤੁਸੀਂ ਪਹਿਲਾਂ ਕੰਮ ਕਰਦੇ ਹੋ ਉਹ ਤੋਂ ਵੀ ਅਸੀਂ ਤਾਂ ਇਹ ਤਮੰਨਾ ਕਰਦੇ ਵੀ ਉਹ ਤੋਂ ਵੱਧ ਕਰੋ, ਅਤੇ ਜਿੰਨੀ ਵੀ ਤੁਹਾਨੂੰ ਜ਼ਿੰਮੇਵਾਰੀ ਮਿਲੇ ਉਹਨੂੰ ਵਧੀਆ ਤਰ੍ਹਾਂ ਨਿਭਾ ਸਕੋ। ਸੋ ਬੈਸਟ ਵਿਸ਼ੇ ਸਾਡੇ ਸਾਂਝਾ ਪੰਜਾਬ ਵੱਲੋਂ, ਸਾਡੇ ਆਪਣੇ ਪਰਿਵਾਰਾਂ ਵੱਲੋਂ, ਕਿਉਂਕਿ ਜਦੋਂ ਕੋਈ ਵਧੀਆ ਕੈਂਡੀਡੇਟ ਆਊਗਾ ਅਤੇ ਵਧੀਆ ਆਪਣਾ ਜਿਹੜਾ ਗਾਹਾਂ ਦੇ ਇੱਥੇ ਦੇ ਫਿਊਚਰ ਭਵਿੱਖ ਵਧੀਆ ਬਣੇਗਾ। ਸੋ ਸਾਡੇ ਸਾਰਿਆਂ ਵੱਲੋਂ ਤੁਹਾਡੇ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਜੀ ਹੈ। ਸੋ ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਕਿਸੇ ਨੇ ਵੀ ਵਲੰਟੀਅਰ ਕਰਨ ਲਈ ਜਾਂ ਹੋਰ ਕਿਸੇ
ਜਦੋਂ ਵੀ ਕਿਤੇ ਤੁਸੀਂ ਜਾ ਕੇ ਕਿਸੇ ਫੋਨ ਨੰਬਰ ਜਿਹੜਾ ਦਿੱਤਾ ਬਲਬੀਰ ਸੋਹੀ ਨਾਲ ਤੁਸੀਂ ਕਿਸੇ ਵੀ ਹੋਰ ਗੱਲਬਾਤ ਕਰ ਸਕਦੇ ਹੋ। ਪਰ ਸਾਡੇ ਵੱਲੋਂ ਇਹੀ ਬੇਨਤੀ ਹੈ ਵੀ 22 ਅਕਤੂਬਰ ਨੂੰ ਤੁਸੀਂ ਆਪਣੀ ਜਿਹੜੀ ਵੋਟ ਆ ਜਾਂ ਐਡਵਾਂਸ ਪੋਲ ਦੇ ਵਿੱਚ ਜ਼ਰੂਰ ਪੋਲ ਕਰੋ ਤਾਂ ਕਿ ਜਿਹੜਾ ਆਪਾਂ ਵਧੀਆ ਫਿਊਚਰ ਇੱਥੇ ਦਾ ਬਣਾ ਸਕੀਏ ਵਧੀਆ ਕੈਂਡੀਡੇਟ ਭੇਜ ਕੇ। ਤੋ ਇਹਦੇ ਨਾਲ ਨਾਲ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਸਾਰਾ ਦਿਨ 24 ਘੰਟੇ 7 ਦਿਨ ਸਾਂਝਾ ਪੰਜਾਬ ਦੇ ਵੱਖਰੇ ਵੱਖਰੇ ਪ੍ਰੋਗਰਾਮ ਸੁਣਦੇ ਹੋ ਦੇਖਦੇ ਹੋ। ਤੁਸੀਂ ਜਿਹੜਾ ਸਾਡਾ ਐਪ ਆ SP24 ਸਾਂਝਾ ਪੰਜਾਬ TV ਔਰ ਰੇਡੀਓ 'ਤੇ ਤੁਸੀਂ ਜਾ ਕੇ ਕਿਸੇ ਵੀ ਤਰ੍ਹਾਂ ਦਾ ਸੰਪਰਕ ਕਰਨਾ ਹੋਵੇ ਤਾਂ ਸਾਡੇ ਜਿਹੜੇ ਇੱਥੇ ਦੇ ਓਨਰ ਨੇ ਬਹੁਤ ਸਾਂਝ ਉਹਨਾਂ ਨਾਲ ਗੱਲ ਕਰ ਸਕਦੇ ਹੋ ਅਤੇ ਵੱਖੋ ਵੱਖ ਪ੍ਰੋਗਰਾਮਾਂ ਨਾਲ ਹਮੇਸ਼ਾ ਜੁੜਦੇ ਹੋ। ਹੁਣ ਥੋੜ੍ਹੀ ਦੇਰ ਤੋਂ ਬਾਅਦ ਤੁਸੀਂ ਅੰਟਾਰੀਓ ਖਾਲਸਾ ਦਰਬਾਰ ਡਿਕਸੀ ਗੁਰੂ ਘਰ ਤੋਂ ਗੁਰਬਾਣੀ ਨਾਲ ਜੁੜੋਗੇ। ਸੋ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੁੜ ਕੇ ਫਿਰ ਅਗਲੇ ਵੀਰਵਾਰ ਕਿਸੇ ਨਵੇਂ ਗੈਸਟ ਨੂੰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਲਬੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।